This is not merely a celebration, it's a testament to the invincible charthi kala of those who came before us. This is a journey of charthi kala. Our Gadri Babe arrived seeking opportunity and facing immense adversity, planting the seed of future that has blossomed into the vibrant tree of our Sikh Canadian identity. They were here then, they are here now, and they will forever remain a vital part of our Canadian history. We demand that the name Kamagata Maru be restored to its original designation, Guru Nanak Jahaj. As coined by Baba Gurdas Singh Ji, the current name fails to capture the true struggle and essence of this historic voyage, and returning to the original name is essential to honor the legacy accurately. ਇਹ ਚਾਰਟਰਸ਼ਿਪ 6 ਮਹੀਨੇ ਵਾਸਤੇ $66,000 ਤੇ ਲਈਏ ਤੇ ਇਸ ਦਾ ਨਾਮ ਜਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਨਾਨਕ ਜਹਾਜ਼ ਰੱਖਿਆ ਗਿਆ। ਉਸ ਦੇ ਵਿੱਚ ਨਾ ਸਿਰਫ ਨਾ ਹੀ ਇਹ ਸੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਉੱਪਰ ਨਿਸ਼ਾਨ ਸਾਹਿਬ ਸੀ। Today I stand with you in solidarity, and I am sure Minister Rachna Singh, you know, she carries the same passion. And today I think you are asking for something. You are asking to make this. I know apologies have been made for Kamagata Maru, apologies whether in the parliament or in the PC legislature, but now we want to make it whole. We want to even, like, we are not saying that apology is not enough. That was a very significant milestone, but we are making it whole, giving it the name that it was originally named for. Holi de tehte te utte bahut kuch jehda aya gawaya janda hai. ਸਾਡੀ ਬੋਲੀ ਕਮਾਗਾਟਾ ਮਰੂ ਨਹੀਂ ਹੈਗੀ, ਨਾ ਕਦੀ ਸੀਗੀ। ਗੁਰੂ ਨਾਨਕ ਜਹਾਜ਼ ਜਿਹੜਾ ਆ, ਉਹ ਸ਼ਬਦ ਜਿਹੜਾ ਆ ਸਾਡਾ ਜਿਹੜਾ ਆ, ਉਹ ਇਤਿਹਾਸਿਕ ਸ਼ਬਦ ਇਕੱਲਾ ਨਹੀਂ ਹੈਗਾ, ਉਹ ਇੱਕ ਖੂਨ ਦੇ ਵਿੱਚ ਇਤਿਹਾਸ ਜਿਹੜਾ ਆ ਉਹ ਲਿਖਿਆ ਗਿਆ ਆ ਕਿ ਜਦੋਂ ਇੱਥੋਂ ਸਾਡੇ ਬਾਬੇ ਇੱਥੋਂ ਮੁੜ ਕੇ ਗਏ, ਜੋ ਉਹਨਾਂ ਦੇ ਨਾਲ ਉੱਥੇ ਜਾ ਕੇ, ਜੋ ਉੱਥੇ ਇੰਡੀਆ ਦੇ ਵਿੱਚ ਬ੍ਰਿਟਿਸ਼ ਆਕਿਊਪਾਈਡ ਬਾਈ ਦਾ ਕਾਲੋਨਾਈਜ਼ਰ ਇੰਡੀਆ ਦੇ ਵਿੱਚ ਉਹਨਾਂ ਨਾਲ ਹੋਇਆ, ਕਤਲੇਆਮ ਹੋਇਆ, ਉਹ ਵੀ ਇੱਥੇ ਆਣ ਕੇ ਐਡਰੈਸ ਕਰਨਾ ਚਾਹੀਦਾ ਆ। ਇਹ ਜੋ ਗੁਰੂ ਨਾਨਕ ਜਹਾਜ਼ ਦਾ 110 ਸਾਲਾ, ਜਿਸ ਦੇ ਬਾਰੇ ਇਤਿਹਾਸ ਦੇ ਪੰਨਿਆਂ 'ਤੇ ਬਹੁਤ ਅਹਿਮ ਜਾਣਕਾਰੀ ਹੈ, ਪਰ ਬਹੁਤ ਕੁਝ ਹੋਰ ਵੀ ਹੈ ਜਿਹੜਾ ਉਸ ਵਿੱਚ ਨਹੀਂ ਅੰਕਿਤ, ਜਿਸ ਦੇ ਬਾਰੇ ਸਾਨੂੰ ਸੁਚੇਤ ਹੋਣਾ ਚਾਹੀਦਾ। ਉਸ ਸੰਬੰਧ ਦੇ ਵਿੱਚ ਇਹ ਸਿਰਫ ਇੱਕ ਈਵੈਂਟ ਦੇ ਤੌਰ 'ਤੇ ਨਹੀਂ, ਇਹ ਇੱਕ ਖਾਸ ਮਕਸਦ ਦੇ ਤੌਰ 'ਤੇ ਰੱਖਿਆ ਗਿਆ ਪ੍ਰੋਗਰਾਮ ਹੈ, ਕਿਉਂਕਿ ਜਦੋਂ ਸਾਨੂੰ ਇਹ ਪਤਾ ਲੱਗਦਾ ਕਿ ਕੈਨੇਡਾ ਦੀ ਧਰਤੀ 'ਤੇ ਜਿਹੜਾ ਉਹ ਜਹਾਜ਼ ਵਾਪਸ ਮੋੜਿਆ ਗਿਆ, ਉਹ ਜਹਾਜ਼ ਉਹ ਸਾਡੇ ਵਿਰਸੇ ਦੇ ਨਾਲ, ਇਤਿਹਾਸ ਦੇ ਨਾਲ ਜੁੜਿਆ ਕੇਵਲ ਇੱਕ ਸਮੁੰਦਰੀ ਬੇੜਾ ਨਹੀਂ, ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਸਰਬੱਤ ਦੇ ਭਲੇ 'ਤੇ ਸਾਰਿਆਂ ਨੂੰ ਕਲਾਵੇ 'ਚ ਲੈਣ ਵਾਲਾ ਇੱਕ ਐਸਾ ਬੋਹਿਤ ਹੈ, ਜਿਸ ਬਾਰੇ ਅਸੀਂ ਹਮੇਸ਼ਾ ਅਰਦਾਸ ਵੀ ਕਹਿੰਦੇ ਹਾਂ ਕਿ ਸੰਸਾਰ ਤੋਂ ਵੀ ਉਹ ਬੋਹਿਤ ਪਾਰ ਕਰਦਾ, ਅਧਿਆਤਮਿਕ ਤੌਰ 'ਤੇ ਵੀ। ਸੋ ਬਾਬਾ ਗੁਰਦਿੱਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ, ਜਿਨ੍ਹਾਂ ਦੀਆਂ ਤਸਵੀਰਾਂ 'ਤੇ ਇਹ ਮੈਮੋਰੀਅਲ ਜਿਹੜਾ ਬਣਿਆ ਹੋਇਆ, ਉਹ ਇੱਕ ਇਤਿਹਾਸਿਕ ਪੱਖ ਹੈ ਜੋ ਉਹਨਾਂ ਨੇ ਕੀਤਾ। ਅੱਜ ਉਹਨਾਂ ਦੇ ਲਿਖਤਾਂ ਨੂੰ ਵੀ ਅਸੀਂ ਸਾਂਝਾ ਕਰਨਾ। ਵੱਖ ਵੱਖ ਕਮਿਊਨਿਟੀ ਸਾਡੇ ਨਾਲ ਨੇ, ਜਿਨ੍ਹਾਂ ਨੇ ਇਸ ਮੌਕੇ 'ਤੇ, ਚਾਹੇ ਉਹ ਸਾਡਾ ਇੰਡੀਜਨਸ ਭਾਈਚਾਰਾ, ਮੂਲ ਨਿਵਾਸੀ ਜਿਨ੍ਹਾਂ ਦੀ ਧਰਤੀ ਹੈ, ਜਿਹਨੂੰ ਅਸੀਂ ਰੈਕੋਗਨਾਈਜ਼ ਕਰਨਾ। ਪਰ ਉਸ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਾਂਗਾ, ਗੁਰਦੁਆਰਾ ਸਾਹਿਬ ਖਾਲਸਾ ਦਰਬਾਰ BC, ਜਿਨ੍ਹਾਂ ਨੇ ਜਦੋਂ ਅਸੀਂ ਇਹ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ, ਮੁੱਢਲੇ ਤੌਰ 'ਤੇ ਬੜਾ ਸਹਿਯੋਗ ਦਿੱਤਾ, ਜਿਨ੍ਹਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਸੋਹੀ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਦੇ ਤੌਰ 'ਤੇ ਆ ਕੇ ਜੀ ਆਇਆਂ ਨੂੰ ਆਖਣਗੇ,
ਪ੍ਰੋਗਰਾਮ ਦੀ ਜਿਹੜੀ ਇੱਕ ਵਿਲੱਖਣਤਾ ਹੈ ਉਹ ਤੁਸੀਂ ਕੁਝ ਪਲਾਂ ਦੇ ਵਿੱਚ ਖੁਦ ਨੋਟ ਕਰੋਗੇ, ਕਿਉਂਕਿ ਇਹ ਇੱਕ ਇਤਿਹਾਸਿਕ ਪੱਖ ਨੂੰ ਪੇਸ਼ ਕਰਦੀ ਹੋਈ ਗੱਲ ਹੋਏਗੀ। ਖਾਸ ਤੌਰ 'ਤੇ ਜਿਹੜੀਆਂ ਲਿਖਤਾਂ ਨੇ, ਕਿਤਾਬਾਂ ਨੇ, ਉਹਨਾਂ ਦੇ ਬਾਰੇ ਵੀ ਅਤੇ ਹੋਰ ਪਹਿਲੂ। ਸੋ ਸ਼ੁਰੂਆਤ ਦੀ ਜਿਹੜੀ ਹੈ, ਅਸੀਂ ਉਹਨਾਂ ਸੰਸਥਾਵਾਂ ਦੇ ਜਿਨ੍ਹਾਂ ਦੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ, ਅੱਗੇ ਜਾ ਕੇ ਵਿਸਥਾਰ 'ਚ ਦੱਸਾਂਗੇ। ਸੋ ਆਰੰਭ ਦੇ ਵਿੱਚ ਮੈਂ ਗੁਜ਼ਾਰਿਸ਼ ਕਰਦਾ BC ਖਾਲਸਾ ਦਰਬਾਰ ਉਹਨਾਂ ਦੇ ਸੇਵਾਦਾਰ ਆਪ ਜੀ ਦੇ ਸਨਮੁੱਖ ਹੋਣ ਅਤੇ ਵੈਲਕਮ ਜੀ ਆਇਆਂ ਨੂੰ ਸ਼ਬਦ ਸਾਂਝੇ ਕਰਨਗੇ। ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਇੱਕ ਜਹਾਜ਼ ਜਦੋਂ ਚੱਲਿਆ ਸੀ ਉਹਦਾ ਅੱਗੇ ਇਤਿਹਾਸ ਵੀ ਡਾਕਟਰ ਗੁਰਦੇਵ ਸਿੰਘ ਸਿੱਧੂ ਜੀ ਸਾਡੇ ਨਾਲ ਨੇ, ਹੋਰ ਹਿਸਟੋਰੀਅਨ ਸਾਡੇ ਨਾਲ ਨੇ ਦੱਸਣਗੇ। ਉਹ ਜਹਾਜ਼ ਜਦੋਂ ਸ਼ੁਰੂ ਹੋਇਆ, ਆਰੰਭ ਹੋਇਆ, ਉਸ ਵੇਲੇ ਵੀ ਬਕਾਇਦਾ ਅਰਦਾਸ ਹੋਈ, ਅਰਦਾਸ ਹੀ ਸਾਡੀ ਹੋਏਗੀ, ਅਸੀਂ ਉਸ ਅਰਦਾਸ ਦੇ ਵਿੱਚ ਵੀ ਸ਼ਾਮਿਲ ਹੋਵਾਂਗੇ। ਸੋ ਸੋਈ ਸਾਹਿਬ ਚੰਦ ਸ਼ਬਦ ਸਾਂਝੇ ਕਰਨਗੇ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਧੰਨਵਾਦ ਕਰੀਏ ਆਪਾਂ ਸਾਰੇ ਨਾਲ ਮਿਲ ਕੇ ਕਿ ਆਪਾਂ ਨੂੰ ਸਾਰਿਆਂ ਨੂੰ ਇੱਥੇ ਬੈਠ ਕੇ ਇਹ 110 ਸਾਲ ਪਹਿਲਾਂ ਸਾਡੇ ਜਿਹੜੇ ਪੂਰਵਜ ਸੀਗੇ ਜਿਨ੍ਹਾਂ ਨੇ ਸਾਨੂੰ ਸਾਡੇ ਵਾਸਤੇ ਇਸ ਮੁਲਕ ਵਿੱਚ ਆਉਣ ਦਾ ਰਾਹ ਖੋਲ੍ਹਿਆ, ਉਹਨਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਅਤੇ ਮੈਂ ਆਸ ਕਰਦਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਇਕੱਠ ਕਰਕੇ ਸਾਡੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਯਾਦ ਕਰਦੇ ਰਹੀਏ। 110 ਸਾਲ ਦੇ ਇਤਿਹਾਸ ਦੇ ਵਿੱਚ ਅੱਜ ਅਸੀਂ ਪ੍ਰਾਊਡਲੀ ਕਹਿ ਰਹੇ ਹਾਂ ਕਿ ਅਸੀਂ ਕੈਨੇਡੀਅਨ ਹਾਂ, ਪਰ ਉਹ ਕੈਨੇਡੀਅਨ ਦੇ ਵਿੱਚ ਜਿਹੜੀ ਰੋਡ ਪੇਵ ਕੀਤੀ ਹੈ ਉਹਨਾਂ ਦੇ ਵਿੱਚ ਕਾਮਾਗਾਟਾ ਮਾਰੂ ਦਾ ਅਹਿਮ ਰੋਲ ਹੈ। ਅਤੇ ਨਾਲ ਹੀ ਅੱਜ ਆਪਾਂ ਭੁੱਲ ਨਾ ਜਾਈਏ ਇਸ 110 ਸਾਲ ਦੇ ਸਮੇਂ ਦੇ ਵਿੱਚ ਭਾਈ ਮੇਵਾ ਸਿੰਘ, ਭਾਈ ਭਾਗ ਸਿੰਘ, ਭਾਈ ਬਤਨ ਸਿੰਘ ਇਹਨਾਂ ਨੇ ਸਾਰਿਆਂ ਨੇ ਸਾਡੇ ਵਾਸਤੇ, ਇਸ ਤੋਂ ਇਲਾਵਾ ਹੋਰ ਅਨੇਕਾਂ ਬੰਦੇ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਰਾਹ ਖੋਲ੍ਹਿਆ। ਇਸ ਇਕੱਠ ਦਾ ਮਤਲਬ ਇਹ ਹੈ ਕਿ ਆਪਾਂ ਇਹਦੇ ਵਿੱਚ ਗਿਣਤੀ ਦੀ ਗੱਲ ਨਹੀਂ ਹੈ, ਅਸੀਂ ਮੈਸੇਜ ਕੀ ਦੇਣਾ ਚਾਹੁੰਦੇ ਹਾਂ, ਅਸੀਂ ਕੀ ਚਾਹੁੰਦੇ ਹਾਂ। ਇਹ ਅਸੀਂ ਹੁਣ ਜਦ ਮੇਨ ਸਟ੍ਰੀਮ ਕਮਿਊਨਿਟੀ ਦਾ ਹਿੱਸਾ ਕੈਨੇਡੀਅਨ ਹਾਂ ਅਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਜਿਹੜੇ ਫੈਲੋ ਕੈਨੇਡੀਅਨ ਨੇ ਉਹਨਾਂ ਨੂੰ ਦੱਸ ਸਕੀਏ ਕਿ ਅਸੀਂ 110 ਸਾਲ ਦਾ ਸਫ਼ਰ ਕਿਸ ਤਰ੍ਹਾਂ ਤੈਅ ਕੀਤਾ। ਉਹ ਦੱਸਣ ਵਾਸਤੇ ਇੱਕ ਇਸ ਤਰ੍ਹਾਂ ਦਾ ਉਪਰਾਲਾ ਹੈਗਾ, ਦੂਸਰਾ ਉਪਰਾਲਾ ਜਿਹੜਾ ਹੈ ਜਿਹੜਾ ਸਾਡੇ ਬੱਚੇ ਆਉਣ ਵਾਲੀ ਜਿਹੜੀ ਸਾਡੀ ਪਨੀਰੀ ਹੈ ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਇਹ ਇਤਿਹਾਸ ਪੜ੍ਹਾਇਆ ਜਾਵੇ ਤਾਂ ਕਿ ਉਹ ਆਪਣੇ ਵਿਰਸੇ ਤੋਂ ਜਾਣੂ ਹੋ ਸਕਣ। ਇਸ ਸੰਬੰਧ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਕਦਮ ਚੁੱਕਣੇ ਚਾਹੀਦੇ ਹਨ। ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਉਹ ਧੰਨਦਾਰ ਯੋਗ ਹਨ ਅਤੇ BC ਖਾਲਸਾ ਦਰਬਾਰ ਨੂੰ ਜਦੋਂ ਭਾਈ ਧਾਲੀਵਾਲ ਸਾਹਿਬ ਨੇ ਫੋਨ ਕੀਤਾ ਅਤੇ ਇਸ ਗੱਲ ਦੀ ਸਾਰੀ ਐਗਜੈਕਟਰ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਅਤੇ ਇਹ ਕੰਮ ਬੜਾ ਨੇਕ ਕੰਮ ਹੈ, ਇਹ ਕੰਮ ਪਹਿਲਾਂ ਵੀ ਹੋਣਾ ਚਾਹੀਦਾ ਸੀ ਪਰ ਹੁਣ ਅਸੀਂ ਇਹ ਸ਼ੁਰੂ ਕੀਤਾ ਅਤੇ ਸਾਨੂੰ ਇਹਨੂੰ ਚਾਲੂ ਰੱਖਣਾ ਚਾਹੀਦਾ। ਅਤੇ ਮੈਂ ਇੱਕ ਵਾਰ ਫਿਰ ਲੋਅਰ ਮੇਨਲੈਂਡ ਦੀਆਂ ਸੰਗਤਾਂ ਵੱਲੋਂ ਅਤੇ ਵੈਨਕੂਵਰ ਦੀ ਸੰਗਤਾਂ ਵੱਲੋਂ ਅਤੇ BC ਖਾਲਸਾ ਦਰਬਾਰ ਵੱਲੋਂ ਆਏ ਸਾਰੇ ਸਮੂਹ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਅਜਿਹੇ ਇਕੱਠ ਕਰਕੇ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ, ਬਹੁਤ ਹੀ ਉਤਸ਼ਾਹ ਦੇ ਨਾਲ ਸਾਡੇ
ਨੌਜਵਾਨ ਸਿੱਖ ਰਾਈਡਰਸ ਵਾਲੇ ਖੜ੍ਹੇ ਨੇ, ਬਹੁਤ ਸਤਿਕਾਰ ਹੈ ਜੀ ਆਇਆਂ ਨੂੰ। ਇਸੇ ਤਰ੍ਹਾਂ ਸਾਡੇ ਇੱਥੋਂ ਦੇ ਜੰਮਪਲ ਬੱਚੇ ਜਿਹੜੇ ਕਿ ਖਾਲਸਾ ਗੱਤਕਾ ਦੇ ਰੂਪ ਦੇ ਵਿੱਚ ਅਕਾਲ ਅਖਾੜਾ ਭਾਈ ਜਗਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਨੇ, ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕਮੇਟੀ ਭਾਈ ਮਨਿੰਦਰ ਸਿੰਘ ਬੋਇਲ ਸਾਡੇ ਉਹਨਾਂ ਦੇ ਸਪੋਕਸਮੈਨ, ਅਤੇ ਨਾਲ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਨੁਮਾਇੰਦੇ ਇੱਥੇ ਮੌਜੂਦ ਨੇ, ਜਿਨ੍ਹਾਂ 'ਚੋਂ ਬੀ ਸੀ ਖਾਲਸਾ ਦਰਬਾਰ ਤੋਂ ਇਲਾਵਾ ਅਕਾਲੀ ਸਿੰਘ ਸਿੱਖ ਸੁਸਾਇਟੀ, ਗੁਰੂ ਨਾਨਕ ਨਿਵਾਸ ਰਿਚਮਿੰਡ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਸਿੰਘ ਸਭਾ ਸਰੀ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ, ਸੇਵਾਦਾਰ ਪ੍ਰਬੰਧਕ, ਖਾਸ ਤੌਰ 'ਤੇ ਲੰਗਰ ਦੀ ਸੇਵਾ ਸਾਰੀ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ, ਐਬਸਫੋਰਟ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਅਤੇ ਵੱਖ ਵੱਖ ਗੁਰਦੁਆਰਾ ਸੁਸਾਇਟੀਜ਼ ਜਿਨ੍ਹਾਂ ਦੇ ਵਿੱਚੋਂ ਸਰੀ ਦੀਆਂ, ਵੈਨਕੂਵਰ ਦੀਆਂ, ਐਬਸਫੋਰਟ ਦੀਆਂ, ਅਤੇ ਇਸ ਦੇ ਨਾਲ ਨਾਲ ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਹਿਊਮਨ ਰਾਈਟਸ ਔਰਗਨਾਈਜੇਸ਼ਨ ਨੇ, ਜਿਨ੍ਹਾਂ 'ਚ ਵਿਰਾਸਤ ਫਾਊਂਡੇਸ਼ਨ, ਜੀਵੇ ਪੰਜਾਬ, ਇਸ ਦੇ ਨਾਲ ਨਾਲ ਜਿਹੜੇ ਲੇਖਕ ਬੁੱਧੀਜੀਵੀ ਚਿੰਤਕ ਨੇ ਉਹ ਵੀ ਸ਼ਾਮਿਲ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਕਰ ਰਹੇ ਹਾਂ ਉਹ ਅਰਦਾਸ ਦੇ ਨਾਲ ਹੁੰਦੀ ਹੈ, ਹਮੇਸ਼ਾ ਹੀ ਸਾਡੀ ਇਹ ਸੋਚ ਹੁੰਦੀ ਹੈ। ਉਸ ਤੋਂ ਪਹਿਲਾਂ ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਕੁਰਸੀਆਂ 'ਤੇ ਬੈਠ ਸਕਦੇ ਨੇ ਜ਼ਰੂਰ ਬੈਠੋ, ਅਤੇ ਜੇ ਨਹੀਂ ਵੀ ਤਾਂ ਇਹ ਰਸਤਾ ਬਲੌਕ ਨਹੀਂ ਕਰਨਾ, ਕਿਉਂਕਿ ਆਉਣ ਜਾਣ ਦੇ ਵਿੱਚ ਕਿਸੇ ਨੂੰ ਦਿੱਕਤ ਨਾ ਹੋਵੇ। ਅਸੀਂ ਹੁਣੇ ਬਰੋਸ਼ਰ ਜਿਹੜੇ ਆ ਰਾਜ ਸਿੰਘ ਪੰਡਾਲ ਸਾਡੇ ਔਰਗਨਾਈਜ਼ਰ, ਤਜਿੰਦਰਪਾਲ ਸਿੰਘ ਜੀ ਅਤੇ ਬਾਕੀ ਵਲੰਟੀਅਰ ਜਿਨ੍ਹਾਂ 'ਚ ਮਨਮੋਹਨ ਸਿੰਘ ਜੀ, ਅਰਸ਼ਵੀਰ ਸਿੰਘ ਜੀ, ਨੌਜਵਾਨ ਵੀਰ ਸਾਰੇ ਸ਼ਾਮਿਲ ਨੇ, ਅਵਤਾਰ ਸਿੰਘ, ਉਹ ਪੰਫਲੇਟ ਵੀ ਵੰਡਣਗੇ ਜਿਨ੍ਹਾਂ 'ਚ ਸਾਰਾ ਇੰਗਲਿਸ਼ 'ਚ ਲਿਖਿਆ ਹੋਇਆ, ਪੰਜਾਬੀ 'ਚ ਹਿਸਟਰੀ ਲਿਖੀ ਹੋਈ ਹੈ। ਸੋ ਅਰਦਾਸ ਕਰਨ ਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਬੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾਦਾਰਾਂ ਦੇ ਵਿੱਚੋਂ ਸਾਡੇ ਨਾਲ ਅਕਾਲੀ ਸਿੰਘ ਸਿੱਖ ਸੁਸਾਇਟੀ ਦੇ ਭਾਈ ਸਾਹਿਬ ਭਾਈ ਗਿਆਨੀ ਜਸਵੀਰ ਸਿੰਘ ਜੀ ਇਸ ਵੇਲੇ ਸਾਡੇ ਵਿਚਕਾਰ ਨੇ, ਉਹਨਾਂ ਨੂੰ ਬੇਨਤੀ ਕਰਾਂਗੇ, ਉਹ ਆਉਣਗੇ ਅਤੇ ਅਰਦਾਸ ਜਿਹੜੀ ਹੈ ਉਹਦੇ ਨਾਲ ਆਰੰਭਤਾ ਹੋਏਗੀ। ਉਸ ਤੋਂ ਬਾਅਦ ਇੰਡੀਜਨਸ ਸਾਡੇ ਮੂਲ ਨਿਵਾਸੀ ਉਹ ਸ਼ਾਮਿਲ ਹੋਣਗੇ। ਸੋ ਬੇਨਤੀ ਹੈ ਗਿਆਨੀ ਜੀ ਆਉਣ, ਦੋ ਸ਼ਬਦਾਂ ਤੋਂ ਬਾਅਦ ਫਿਰ ਅਰਦਾਸ ਕੀਤੀ ਜਾਏਗੀ, ਉਸ ਤੋਂ ਬਾਅਦ ਇੰਡੀਜਨਸ ਭਾਈਚਾਰੇ ਦੇ ਨੁਮਾਇੰਦੇ ਸਾਡੇ ਉਹ ਆਉਣਗੇ ਅਤੇ ਆ ਕੇ ਆਪਣੇ ਵੱਲੋਂ ਜਿਹੜੀ ਉਹਨਾਂ ਦੀ ਅਰਦਾਸ ਹੈ, ਜਿਨ੍ਹਾਂ ਦੀ ਧਰਤੀ ਹੈ, ਉਹ ਸ਼ਾਮਿਲ ਹੋਣਗੇ। ਵੀਰ ਸੁਖਮਿੰਦਰ ਸਿੰਘ ਧਾਲੀਵਾਲ, ਮੈਂਬਰ ਆਫ ਪਾਰਲੀਮੈਂਟ ਸਾਡੇ ਵਿਚਕਾਰ ਨੇ, ਇਸ ਤਰ੍ਹਾਂ ਸਪੀਕਰ ਰਾਜਪਾਲ ਸਿੰਘ ਚੌਹਾਨ ਉਹ ਸ਼ਾਮਿਲ ਹੋਏ ਨੇ, ਉਹਨਾਂ ਦਾ ਧੰਨਵਾਦ ਹੈ। ਹੋਰ ਸ਼ਖਸੀਅਤਾਂ ਆ ਰਹੀਆਂ ਨੇ, ਕਈ MLAs ਮੌਜੂਦ ਨੇ, ਕੌਂਸਲਰ ਬਹੁਤ ਹੀ ਪਿਆਰੇ ਸਾਡੇ ਵੀਰ, ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਇਸ ਪ੍ਰਬੰਧ ਦੇ ਵਿੱਚ। ਸਾਡੇ ਜੈਸ ਵਿਰਦੀ ਉਹਨਾਂ ਨੇ ਬੈਸਟ ਸਹਿਯੋਗ ਦਿੱਤਾ, ਇੱਥੋਂ ਦੇ ਕਮਿਸ਼ਨਰ ਨੇ ਵੈਨਕੂਵਰ ਦੇ, ਬੇਨਤੀ ਹੈ ਉਹ ਵੀ ਆ ਕੇ ਸਜਣ। ਸੋ ਭਾਈ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਹਾਜ਼ਰੀ ਲਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਾਡੀ ਜਿਹੜੀ ਟਰੈਡੀਸ਼ਨ ਹੈ, ਸਾਡੀ ਜੋ ਪਰੰਪਰਾ ਹੈ ਅਰਦਾਸ ਦੀ, ਅਸੀਂ ਖੜ੍ਹੇ ਹੋ ਕੇ ਬੜੇ ਅਦਬ ਸਹਿਤ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਾਂ। ਇਸ ਲਈ ਮੈਂ ਸਮੂਹ ਜਿਹੜੇ ਇੱਥੇ ਵੀਰ ਭੈਣ ਬਜ਼ੁਰਗ ਬੈਠੇ ਹਨ, ਸਾਰਿਆਂ ਨੂੰ ਬੇਨਤੀ ਕਰਾਂ ਕਿ ਆਪ ਜ਼ਰੂਰ ਖੜ੍ਹੇ ਹੋਣ ਦੀ ਖੇਚਲ ਕਰੋ। ਜਿਹੜੇ ਸਿਰ ਢੱਕ ਸਕਦੇ ਹਨ, ਜਿਹਨਾਂ ਸਾਡਾ ਕਿਉਂਕਿ ਆਸਥਾ ਵਿਸ਼ਵਾਸ ਹੈ, ਸਾਡੀ ਇੱਕ ਪਰੰਪਰਾ ਹੈ, ਤਾਂ ਉਹ ਜ਼ਰੂਰ ਜਿਹੜਾ ਹੈ, ਜਿਹਨਾਂ ਪਾਸ ਸੁਵਿਧਾ ਹੈ ਤਾਂ ਉਹ ਕਰਨ। ਔਰ ਅਰਦਾਸ ਵਿੱਚ ਜਿਹੜੀ ਸਾਡੀ ਇਹ ਪਰੰਪਰਾ ਹੈ, ਅਸੀਂ ਇਸ ਨੂੰ ਵੀ ਇਸ ਰੂਪ ਵਿੱਚ ਧਿਆਨ ਵੀ ਰੱਖ ਕੇ ਹੀ ਤੁਰਦੇ ਹਾਂ। ਤਾਂ ਹੁਣ ਅਰਦਾਸ ਹੋਵੇਗੀ। ਤੁਧਿਆ ਗੈ ਅਰਦਾਸ ਹਮ ਜੀਓ ਪਿੰਡ ਤੇਰਾ ਕਹੁ ਨਾਨਕ
ਤੇਰੀ ਵਡਿਆਈ ਕੋਈ ਨਾਉ ਨਾ ਜਾ ਮੇਰਾ ਕਹੁ ਨਾਨਕ ਸਾ ਆਈ ਕੋਈ ਨਾਉ ਨਾ ਜਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈਐ ਜੇ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਇਸ ਬੰਦਰਗਾਹ 'ਤੇ ਗੁਰੂ ਨਾਨਕ ਜਹਾਜ਼ ਦੀ 110 ਸਾਲਾ ਅਮਨ ਦੇ ਚੜ੍ਹਦੀ ਕਲਾ ਦੇ ਸਫ਼ਰ ਵਜੋਂ ਮਨਾਉਣ ਹਿੱਤ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਦਤਾਰੂ ਪਾਤਸ਼ਾਹ ਜੀ ਉਹ ਜੇ ਅਖਟਾਂ ਦਾ ਮਹਾਨ ਆਸ਼ਾ ਉਦੇਸ਼ ਆਦਰਸ਼ ਸਮੂਹ ਪ੍ਰਾਣੀਆਂ ਦੇ ਹਿਰਦੇ ਵਿਖੇ ਵਸਾਉਣਾ ਜੋ ਇਸ ਘਟਨਾ ਦਾ ਸਾਕਾਰਾਤਮਕ ਪੱਖ ਹੈ ਸਮੂਹਾਂ ਦੇ ਹਿਰਦੇ ਵੀ ਦ੍ਰਿੜ ਕਰਾ ਉਸ ਨੂੰ ਅਮਲੀ ਜਾਮਾ ਪਹਿਨਾ ਅਪਣਾ ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ ਦਤਾਰ ਪਾਤਸ਼ਾਹ ਜੀ ਇਸ ਜੋੜੇ ਮਾਲੀ ਨੂੰ ਇਸ ਰੂਪ ਵਿੱਚ ਅਮਲੀ ਰੂਪ ਵਿੱਚ ਮਨਾਉਣ ਦੀ
ਸਮੂਹ ਸੁਮੇਵਾਰ ਸੱਜਣਾਂ ਨੂੰ ਸਮਰੱਥਾ ਪ੍ਰਦਾਨ ਕਰਨਾ, ਇਸ ਘਟਨਾ ਨਾਲ ਜੁੜੇ ਹੋਏ ਉਹ ਪਹਿਲੂ ਜਿਨ੍ਹਾਂ ਨੂੰ ਗਰੀਬ ਨਵਾਜ਼ ਪਾਤਸ਼ਾਹ ਜੀ ਉਹ ਜਾਣੇ ਅਣਜਾਣੇ ਨਜ਼ਰਅੰਦਾਜ਼ ਕੀਤਾ ਗਿਆ ਜਾਂ ਹੋ ਗਏ ਸਮਰੱਥਾ ਪ੍ਰਦਾਨ ਕਰਨਾ ਕਿ ਅਸੀਂ ਉਸ ਦਾ ਉਸਾਰੂ ਪਾਕ ਸਾਹਮਣੇ ਰੱਖ ਇਸ ਇਕੱਠ ਰਾਹੀਂ ਅਸੀਂ ਰਲ ਮਿਲ ਹਮਲਾ ਮਾਰ ਕੇ ਉਹਨਾਂ ਬਜ਼ੁਰਗਾਂ ਦੇ ਉਹਨਾਂ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾ ਸਕੀਏ। ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਧ ਸਿੰਘ ਜੀ ਆਪ ਬੈਠ ਸਕਦੇ ਹੋ, ਤੋ ਅਗਲੀ ਜੋ ਕਾਰਵਾਈ ਹੈ ਉਹ ਜੋ ਸੰਚਾਲਕ ਹੰਸ ਦੇ ਦਿਓ ਪ੍ਰਾਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗਿਆਨੀ ਜਸਵੀਰ ਸਿੰਘ ਜੀ। ਜਿਸ ਤਰ੍ਹਾਂ ਅਰਦਾਸ ਦੇ ਵਿੱਚ ਭਾਈ ਸਾਹਿਬ ਹੋਰਾਂ ਨੇ ਜ਼ਿਕਰ ਕੀਤਾ, ਇਹ ਬਹੁਤ ਵੱਡੀ ਇੱਕ ਇਤਿਹਾਸਿਕ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਇਤਿਹਾਸ ਨੂੰ ਜਾਣੇ ਅਣਜਾਣੇ ਦੇ ਵਿੱਚ ਜਿਸ ਪਾਸਿਓਂ ਵਿਸਾਰ ਦਿੰਦੇ ਹਾਂ, ਉਸ ਨੂੰ ਵਿਚਾਰਨਾ ਅਤੇ ਉਸ ਨੂੰ ਸੁਧਾਰਨਾ ਅਤੇ ਸਹੀ ਪੱਖ ਨੂੰ ਮੂਲ ਰੂਪ ਦੇ ਵਿੱਚ ਲਿਆਉਣਾ ਉਹ ਸਾਡਾ ਫਰਜ਼ ਬਣਦਾ। ਇਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਜਹਾਜ਼ ਇਹ ਨਾਮ ਜਿਹੜਾ ਹੈ ਉਸ ਵੇਲੇ ਉਸ ਚਾਰਟਰ ਨੂੰ ਦਿੱਤਾ ਗਿਆ, ਜਿਵੇਂ ਡਾਕਟਰ ਹਿਊ ਜੌਨਸਨ ਸ਼ਾਇਦ ਉਹ ਵੀ ਸਾਡੇ ਵਿਚਕਾਰ ਪਹੁੰਚ ਜਾਣ ਜਾਂ ਪਹੁੰਚ ਗਏ ਹੋਣ, ਉਹ ਵੀ ਕੁਝ ਸ਼ਬਦ ਬਾਅਦ 'ਚ ਸਾਂਝੇ ਕਰਨਗੇ। ਉਹਨਾਂ ਨੇ 1989 ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ ਜਿਹੜਾ ਕਿ ਲਿੰਕ 'ਤੇ ਬਹੁਤ ਸਾਰੇ ਅਖਬਾਰਾਂ 'ਚ ਛਪਿਆ, ਜਿਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀ ਕਿ ਇਹ ਗਰੁੱਪ ਆਫ ਸਿੱਖਸ ਲੈਡ ਬਾਏ ਬਾਬਾ ਗੁਰਦਿੱਤ ਸਿੰਘ ਬਰੋਟ ਏ ਚਾਰਟਰ ਕਾਮਾਗਾਟਾ ਮਾਰੂ ਟੂ ਕੈਨੇਡਾ ਟੂ ਬਰੋਟ ਇੰਡੀਅਨਸ ਇਨ ਕੈਨੇਡਾ ਦੇ ਨੇਮਡ ਦਾ ਸ਼ਿਪ ਗੁਰੂ ਨਾਨਕ ਜਹਾਜ਼ ਆਫਟਰ ਦਾ ਫਸਟ ਸਿੱਖ ਗੁਰੂ। ਸੋ ਇਹ ਕੁਝ ਸ਼ਬਦ ਸਨ ਜਿਹੜੇ ਉਹਨਾਂ ਦੇ ਲਿਖੇ ਹੋਏ ਸਨ, ਪਰ ਇਸ ਦੇ ਨਾਲ ਬਹੁਤ ਸਾਰੇ ਪੱਖ ਐਸੇ ਨੇ ਜਿਹੜੇ ਹੋਰ ਵੀ ਨੇ ਜਿਨ੍ਹਾਂ ਨੂੰ ਅਸੀਂ ਵਿਚਾਰਨ ਤੋਂ ਭੁੱਲ ਗਏ ਜਾਂ ਵਿਸਾਰ ਦਿੱਤਾ। ਸੋ ਕੈਨੇਡਾ ਦੀ ਇਹ ਧਰਤੀ ਇੰਡੀਜਨਸ ਭਾਈਚਾਰੇ ਦੀ ਹੈ, ਮੂਲ ਨਿਵਾਸੀਆਂ ਦੀ ਹੈ। ਆਈ ਵੁੱਡ ਰਿਕੁਐਸਟ ਟੂ ਕਮ ਔਨ ਦਾ ਸਟੇਜ ਸੈਸ ਕਲੀਆ ਪੁਆਇੰਟ, ਸ਼ੀ ਵਿਲ ਕਮ ਐਂਡ ਸੇ ਫਿਊ ਵਰਡਸ। ਸਾਰਿਆਂ ਨੂੰ ਬੇਨਤੀ ਹੈ ਕਿ ਮੂਲ ਨਿਵਾਸੀ ਭਾਈਚਾਰੇ ਦੇ ਸੈਸ ਕਲੀਆ ਪੁਆਇੰਟਸ ਜਿਹੜੇ ਸਾਡੇ ਵਿਚਕਾਰ ਨੇ ਉਹ ਆਉਣਗੇ ਅਤੇ ਆਪਣੀ ਰਵਾਇਤ ਦੇ ਅਨੁਸਾਰ ਜਿਵੇਂ ਅਸੀਂ ਅਰਦਾਸ ਕਰਦੇ ਹਾਂ ਉਹ ਆਪਣੀ ਅਰਦਾਸ ਜਿਹੜੀ ਹੈ ਕਰਨਗੇ। ਸੋ ਸਾਰਿਆਂ ਨੇ ਧਿਆਨ ਨਾਲ ਸੁਣਨਾ ਅਤੇ ਸਾਥ ਦੇਣਾ। ਵੈਲਕਮ। ASEAN NASIEA ANTHA CECILIA POINT TELITZAN AKLA FAMASQUIAM AMEEDS OF QUAQUILAM NATSAMATA SQUALOAN. I said my name's Cecilia Point. I'm from the Musqueam First Nation. I welcome you all here today. And I said we're all of one heart and one mind today. So I raise my hands to the organizers for considering protocol. It's very important. If you're coming into our territory for an event, if you were coming into our longhouse, the host nation opens the floor for you to do your work. And also to give you some information about the place you're in. So all of you know what this place was for your ancestors. And for our ancestors, we had a village called Kwai Kwai here, what is now called Stanley Park.
and we were removed from there. Our families were removed from there and put on a little reserve. If we didn't go to the reserve, we would cease to exist. So we stand in solidarity with you because we know what racism and colonialism has done. It's taken so many of our lives, so many of your lives. It's tragic. My ancestors are telling me that we're crying the same tears. We're holding up our ancestors in this place. I'm asking Creator to bless this gathering today and to bless the Sikh community because you are still under threat, losing one of your patriarchs to violence. My heart is breaking for losing elders who are so valuable in our communities. So I think those are all the words my ancestors are telling me. I want you to know what wasn't done when your families came here. Our families always went out on our canoes to greet visitors coming in. And we would ask you, are you coming here in a good way? So again, as I say many times to my Sikh friends, you have come here in a good way. I see you out there when there's a community emergency, handing out food, water, helping people. It's not lost on me. I see you. We see you. We raise our hands to you, Siams. So I'm going to sing the paddle song to welcome everyone here today. So it's the drum is the heartbeat. It's just like the dragon boat. You'll hear the drum. Those are the rhythm of the paddles. And our ancestors are going out to greet your ancestors, CMCAF. Hey!
ਥੈਂਕ ਯੂ ਵੈਰੀ ਮੱਚ ਸੈਸਲੀਆ ਪੁਆਇੰਟ। ਜਿਸ ਤਰ੍ਹਾਂ ਆਪੋ ਆਪਣਾ ਵਿਰਸਾ ਕਲਚਰ ਹੁੰਦਾ ਹੈ ਉਹਦੇ ਮੁਤਾਬਕ ਇਸ ਧਰਤੀ ਦੇ ਅਸਲੀ ਜਿਹੜੇ ਮਾਲਕ ਉਹਨਾਂ ਦੀ ਜੋ ਭਾਵਨਾ ਖਿਆਲ ਹੈ ਉਹ ਬੜਾ ਜ਼ਰੂਰੀ ਹੈ। ਅਤੇ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਸਗਲੀ ਧਰਤੀ ਸਾਧ ਕੇ ਉਹ ਅਕਾਲ ਪੁਰਖ ਦੀ ਹੈ ਜਿੱਥੇ ਜਿੱਥੇ ਜਿਹਨੂੰ ਬਖਸ਼ਿਆ ਥਾਂ, ਪਰ ਇਹ ਇਹਨਾਂ ਦੇ ਨਾਲ ਜੋ ਹੋਇਆ ਉਹ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਮਗਰੋਂ ਹੋਇਆ, ਉਸ ਤੋਂ ਪਹਿਲਾਂ ਇਹਨਾਂ ਨਾਲ ਹੋਇਆ। ਇਹ ਵੀ ਇੱਕ ਇਤਿਹਾਸਿਕ ਪੱਖ ਹੈ ਕਿ ਜਦੋਂ ਗੁਰੂ ਨਾਨਕ ਜਹਾਜ਼ ਇੱਥੇ ਆਇਆ ਤਾਂ ਉਸ ਵੇਲੇ ਇੱਥੋਂ ਦੀ ਜਿਹੜੀ ਨਸਲਵਾਦੀ ਸਰਕਾਰ ਸੀ ਉਸਨੇ ਉਤਰਨ ਨਾ ਦਿੱਤਾ, ਤਾਂ ਉਹਨਾਂ ਨੂੰ ਖਾਣਾ ਪਹੁੰਚਾਉਣ ਲਈ, ਸੇਵਾ ਕਰਨ ਲਈ ਇਹ ਮੂਲ ਭਾਈਚਾਰੇ ਦੇ ਇੰਡੀਜਨਸ ਭਾਈਚਾਰੇ ਦੇ ਲੋਕ ਮਦਦ ਕਰਿਆ ਕਰਦੇ ਸਨ। ਇਹ ਇਤਿਹਾਸ ਹੈ, ਅਸੀਂ ਆਪਣੀਆਂ ਜਨਰੇਸ਼ਨ ਨੂੰ ਜ਼ਰੂਰ ਦੱਸੀਏ। ਸੋ ਕੈਨੇਡਾ ਦੀ ਧਰਤੀ, ਜਿਸ ਧਰਤੀ ਨੇ ਸਾਨੂੰ ਵੀ ਮੌਕਾ ਦਿੱਤਾ ਅੱਜ ਉਹ ਅਤੇ ਅੱਜ ਦੇ ਕੈਨੇਡਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਜ਼ਰੂਰ ਗੌਰ ਕਰੀਏ। ਸੋ ਇੱਥੋਂ ਦਾ ਜਿਹੜਾ ਨੈਸ਼ਨਲ ਐਂਥਮ ਹੈ, ਇੱਥੋਂ ਦਾ ਰਾਸ਼ਟਰੀ ਗੀਤ ਹੈ ਉਹ ਕੈਨੇਡਾ, ਅਸੀਂ ਉਹ ਗੁਜ਼ਾਰਿਸ਼ ਕਰਾਂਗੇ। ਸੋ ਸਾਡੇ ਕੋਲ ਅਕਾਲ ਖਾਲਸਾ ਦੇ ਬੱਚੇ, ਉਹ ਬੱਚੇ ਜਿਹੜੇ ਕਿ ਬੜੇ ਹੋਣਹਾਰ ਨੇ, ਖਾਲਸਾਈ ਸਰੂਪ ਦੇ ਵਿੱਚ ਨੇ, ਇਹਨਾਂ ਨੇ ਗੱਤਕੇ ਦੇ ਜੌਹਰ ਵੀ ਅਖੀਰ 'ਚ ਦਿਖਾਉਣੇ ਨੇ, ਪਰ ਨਾਲੋਂ ਨਾਲ ਇਸ ਧਰਤੀ ਦੇ ਬਤੌਰ ਬਛਿੰਦੇ ਹੋਣ ਦੇ ਨਾਤੇ ਆਪਣੀ ਸ਼ਮੂਲੀਅਤ ਕਰ ਰਹੇ ਨੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਉਹ ਆਉਣਗੇ ਅਤੇ ਸਾਰੇ ਅਸੀਂ ਖੜ੍ਹੇ ਹੋ ਕੇ ਨਾਲ ਉਹ ਕੈਨੇਡਾ ਦਾ ਜਿਹੜਾ ਇੱਥੋਂ ਦੇ ਜਿਸ ਤਰ੍ਹਾਂ ਅਸੀਂ ਪਹਿਲਾਂ ਅਰਦਾਸ ਕੀਤੀ ਹੈ ਉਸ ਤੋਂ ਬਾਅਦ ਮੂਲ ਨਿਵਾਸੀ ਲੋਕਾਂ ਦੀ ਅਰਦਾਸ ਹੈ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਨਾਲੋਂ ਨਾਲ ਜਿਹੜਾ ਹੈ ਇਹਨਾਂ ਦੇ ਵੱਲੋਂ ਹੋਏਗੀ। ਸੋ ਉਸ ਤੋਂ ਬਾਅਦ ਸਾਡੇ ਸਾਰੇ ਨੁਮਾਇੰਦੇ ਜਿਹੜੇ ਵੱਖ ਵੱਖ ਫੀਲਡ ਦੇ ਖੇਤਰਾਂ ਦੇ ਲੈਵਲ ਦੇ ਸਰਕਾਰ ਦੇ ਉਹ ਮੌਜੂਦ ਨੇ, ਸ਼ਿਰਕਤ ਕਰਨਗੇ। ਸੋ ਆਓ ਉਹਨਾਂ ਤੋਂ ਹਾਜ਼ਰੀ ਲਵਾਉਂਦੇ ਹਾਂ ਉਹ ਕੈਨੇਡਾ। Our home and native land, true patriot love, in all of us command. With glowing hearts we seize the rise, grow true north strong and free. From far and wide, O Canada, we stand on guard for thee. God keep our land glorious and free. O Canada, we stand on guard for thee. O Canada, we stand on guard for thee. ਸਤਿ ਕੁਲ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ। ਬਹੁਤ ਸ਼ਾਬਾਸ਼। ਥੈਂਕ ਯੂ। ਸਤਿਗੁਰੂ ਰਖਨਾ ਵੰਗ ਮਨ ਤਿਆਰ, ਸਤਹੀ ਸੱਚੇ ਪਾਤਸ਼ਾਹ ਜੀਓ ਸਭ ਅਕਾਲੀ ਅਕਾਲ। ਬੋਲੇ ਸੋਨਹਾ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ, ਗੁਰਦੁਆਰਾ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ, ਖਾਲਸਾ ਦੀਵਾਨ ਸੁਸਾਇਟੀ, ਉਹ ਸਾਰੇ ਬੱਚੇ ਜਿਹੜੇ ਇਹ ਵੱਖ ਵੱਖ ਸਕੂਲਾਂ ਸੰਸਥਾਵਾਂ ਸੁਸਾਇਟੀਆਂ ਦੇ ਨੇ ਉਹਨਾਂ ਨੇ ਸ਼ਿਰਕਤ ਕੀਤੀ ਹੈ। ਸੋ ਜਿਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਸੁਸਾਇਟੀਜ਼ ਦਾ। ਸੋ ਸਾਡੇ ਵਿਚਕਾਰ ਐਜੂਕੇਸ਼ਨ ਮਿਨਿਸਟਰ ਰਚਨਾ ਸਿੰਘ ਵੀ ਸ਼ਾਮਿਲ ਨੇ, ਅਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਪਹਿਲਾਂ ਗੁਜ਼ਾਰਿਸ਼ ਕੀਤੀ ਸੀ
ਜਸਪ੍ਰੀਤ ਸਿੰਘ ਵਿਰਦੀ ਜਿਨ੍ਹਾਂ ਨੇ ਇਸ ਇਵੈਂਟ ਲਈ ਬੜਾ ਸਹਿਯੋਗ ਦਿੱਤਾ, ਉਹਨਾਂ ਦੇ ਨਾਲ ਜੋ ਵੈਨਕੂਵਰ ਕਮਿਸ਼ਨਰ ਮੈਰੀ ਕਲੇਅਰ ਹੋਵਰਡ, ਕਮਿਸ਼ਨਰ ਪਾਰਕ ਬੋਰਡ, ਉਹ ਵੀ ਨੇ। ਇਸ ਤੋਂ ਇਲਾਵਾ ਮੇਅਰ ਜਿਹੜੇ ਵੈਨਕੂਵਰ ਦੇ ਨੇ ਉਹਨਾਂ ਦਾ ਵੀ ਮੈਸੇਜ ਆਇਆ। ਸੋ ਵੱਖ ਵੱਖ ਪੋਲੀਟੀਕਲ ਪਾਰਟੀਜ਼ ਦੇ ਨੁਮਾਇੰਦੇ ਜਿਨ੍ਹਾਂ ਦੇ ਵਿੱਚੋਂ ਹਰਜੀਤ ਸਿੰਘ ਸੱਜਣ ਮਿਨਿਸਟਰ, ਉਹਨਾਂ ਨੇ ਆਪਣੇ ਵੱਲੋਂ ਸੁਨੇਹਾ ਭੇਜਿਆ। ਨਿਊ ਡੈਮੋਕ੍ਰੈਟ ਪਾਰਟੀ ਦੇ ਜਗਮੀਤ ਸਿੰਘ, ਉਹਨਾਂ ਦਾ ਵੀ ਸੁਨੇਹਾ। ਹੋਰ ਵੱਖ ਵੱਖ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਸੁਝਾਓ ਅਤੇ ਸੁਨੇਹੇ ਭੇਜੇ ਨੇ, ਉਹਨਾਂ ਦਾ ਧੰਨਵਾਦ ਹੈ। ਸੋ ਸਾਰਿਆਂ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕੁਛ ਜਾਣਕਾਰੀ ਸਾਂਝੀ ਕਰ ਰਹੇ ਹਾਂ, ਉਸ ਤੋਂ ਬਾਅਦ ਇੱਕ ਰੈਜ਼ੋਲੂਸ਼ਨ ਹੋਏਗਾ। ਫਿਰ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਵਿੱਚ ਮੌਜੂਦ ਨੇ, ਉਹ ਸਟੇਜ 'ਤੇ ਆਉਣਗੇ, ਆਪਣੇ ਕੀਮਤੀ ਅਲਫਾਜ਼ ਸਾਂਝੇ ਕਰਨਗੇ। ਉਸ ਤੋਂ ਬਾਅਦ ਦੋ ਕਿਤਾਬਾਂ ਜਿਹੜੀਆਂ ਨੇ ਉਹਨਾਂ ਬਾਰੇ ਡਿਸਕਸ਼ਨ ਹੋਏਗੀ। ਫਿਰ ਢਾਡੀ ਨੇ, ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਜਹਾਜ਼ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਬਾਕਾਇਦਾ ਤੌਰ 'ਤੇ ਇੱਕ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਸਾਡਾ ਵਿਰਸਾ ਵੀ ਨਾਲੋਂ ਨਾਲ ਚੱਲਦਾ ਸੀ, ਉਹ ਵੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਅਹਿਮ ਇਸ ਪ੍ਰੋਗਰਾਮ ਦੀਆਂ ਖੂਬਸੂਰਤੀਆਂ ਨੇ, ਉਹ ਸਾਂਝੀਆਂ ਕਰਾਂਗੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਹੁਣ ਦੋ ਸ਼ਬਦ ਜਿਹੜੇ ਆ ਉਹ ਰਾਜ ਸਿੰਘ ਪੰਡਾਲ ਸਾਡੇ ਨਾਲ ਸ਼ਾਮਿਲ ਹੋਣਗੇ। ਅਤੇ ਜਿਸ ਤਰ੍ਹਾਂ ਅਸੀਂ ਮਤੇ ਰੈਜ਼ੋਲੂਸ਼ਨਸ ਜਿਹੜੇ ਅੱਜ 110 ਸਾਲਾ ਇਹ ਸਮਾਗਮ ਹੈ ਉਸ 'ਤੇ ਸਾਂਝੇ ਕਰਨੇ ਨੇ, ਉਹਨਾਂ ਤੋਂ ਪਹਿਲਾਂ ਜੋ ਬੇਨਤੀ ਹੈ ਰਾਜ ਸਿੰਘ ਪੰਡਾਲ ਉਹ ਆਉਣਗੇ ਆ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਹੈ ਮੂਲ ਜਾਣਕਾਰੀ ਇੰਟਰੋਡਕਸ਼ਨ ਬੁਨਿਆਦੀ ਇਨਫੋਰਮੇਸ਼ਨ ਸਾਂਝੀ ਕਰਨਗੇ। ਸੋ ਇੱਕ ਵਾਰ ਫਿਰ ਬੇਨਤੀ ਹੈ, ਬਹੁਤ ਸਾਰੇ ਜਿਹੜੇ ਸਾਡੇ ਬਜ਼ੁਰਗ ਨੌਜਵਾਨ ਵੀਰ ਖੜ੍ਹੇ ਨੇ ਜਿਹੜੇ ਬੈਠ ਸਕਦੇ ਨੇ, ਉਹਨਾਂ ਲਈ ਜਗ੍ਹਾ ਹੈ। ਜੇ ਬਜ਼ੁਰਗ ਹੈ ਕੋਈ ਤਾਂ ਜ਼ਰੂਰ ਥਾਂ ਲਵੇ, ਨੌਜਵਾਨ ਜਿਹੜੇ ਹੈ ਖੜ੍ਹ ਵੀ ਸਕਦੇ ਨੇ। ਸੋ ਪਰ ਤੁਹਾਡਾ ਉਤਸ਼ਾਹ ਦੇਖ ਕੇ ਸਿਰ ਝੁਕਦਾ, ਤਹਿ ਦਿਲੋਂ ਸਤਿਕਾਰ ਹੈ। ਰਾਜ ਸਿੰਘ ਪੰਡਾਲ ਵਣਜਾਰਾ ਨੋਵੇਟ ਕਲੈਕਸ਼ਨ, ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਜਿਹੜੇ ਸਾਡੇ ਕੋ ਫਾਊਂਡਰ ਅਤੇ ਔਰਗਨਾਈਜ਼ਰ ਸਾਰੇ ਨੇ ਨੌਜਵਾਨ, ਇਹਨਾਂ ਦਾ ਧੰਨਵਾਦ ਹੈ। ਇਹ ਦੋ ਸ਼ਬਦ ਸਾਂਝੇ ਕਰਨਗੇ। ਬਹੁਤ ਬਹੁਤ ਧੰਨਵਾਦ ਜੀ। ਇੱਕ ਛੋਟਾ ਜਿਹਾ ਸੁਨੇਹਾ ਸਾਰਿਆਂ ਦੇ ਨਾਮ। ਫੈਲੋ ਕੈਨੇਡੀਅਨਸ, ਟੁਡੇ ਵੀ ਗੈਦਰ ਟੂ ਸੈਲੀਬ੍ਰੇਟ ਏ ਡਿਫਾਈਨਿੰਗ ਮੂਮੈਂਟ, ਦ 110th ਐਨੀਵਰਸਰੀ ਆਫ ਗੁਰੂ ਨਾਨਕ ਜਹਾਜ਼। ਵੀ ਸਟੈਂਡ ਔਨ ਸੀਕ੍ਰੇਟ ਗਰਾਊਂਡ ਐਂਡ ਰਿਚ ਬਾਈ ਦ ਡ੍ਰੀਮਸ ਐਂਡ ਸਟਰਗਲਸ ਆਫ ਆਰ ਗਦਰੀ ਬਾਬੇ। ਦਿਸ ਇਜ਼ ਨਾਟ ਮੇਅਰਲੀ ਏ ਸੈਲੀਬ੍ਰੇਸ਼ਨ, ਇਟਸ ਏ ਟੈਸਟਮੈਂਟ ਟੂ ਦ ਇਨਵਿਨਸੀਬਲ ਚੜ੍ਹਦੀ ਕਲਾ ਆਫ ਦੋਜ਼ ਹੂ ਖੇਮ ਬਿਫੋਰ ਅਸ। ਦਿਸ ਇਜ਼ ਏ ਜਰਨੀ ਆਫ ਚੜ੍ਹਦੀ ਕਲਾ, ਆਰ ਗਦਰੀ ਬਾਬੇ ਅਰਾਈਵਡ ਸੀਕਿੰਗ ਅਪਰਚੁਨਿਟੀ ਐਂਡ ਫੇਸਿੰਗ ਇਮੈਂਸ ਐਡਵਰਸਿਟੀ, planting the seed of future that has blossomed into the vibrant tree of our Sikh Canadian identity. They were here then, they are here now, and they will forever remain a vital part of our Canadian history. The saga of Guru Nanak Jahaz, oftenly naively or knowingly misnamed to Kamagata Maru, stands as a defining chapter in Punjabi migration to Canada. Embarked on a Sikh-led initiative by Gurdit Singh Ji, the passengers, a diverse mosaic of Punjabis, Sikhs, Hindus and Muslims, exemplified courage and determination.
As Baba Gurdesh Singh Ji said, our struggle is for our honor, and we will not rest until we achieve justice. This historical event underscores the critical importance of standing against racism and upholding the values of justice and equality. This is a sacred ground and a very honorable monument. Yet I pause and think, just a few yards away are Gadri Babe's appropriated photos hanging on the wires and light poles. Is this respectful? I ask myself. Should their place be inside city halls, in libraries, in parliaments, not on wires and light poles? We must be respectful. Language shapes our collective memory. The term South Asian is racist, it's reductive, it's repressive. It is a slur that has been infused into our lexicon through academia. Similarly, the name Kamagata Maru fails to capture the voyage's true essence. Baba Gurdesh Singh Ji named the ship Guru Nanak Jahaj to honor Guru Nanak Ji's legacy. It is imperative to correct this mislabeling. The federal apology issued under the Kamagata Maru name must be amended to reflect this truth. Restoring the true name is essential to accurately honor the legacy of this significant event. This isn't just about preserving our history. It's about honoring our ancestor with reverence and accuracy. Every year we have celebrated and remembered how the Gadri Babe came and were forced to return. But this year we changed the narrative. We as proud Canadians declare that we never left. Look around, they are present among us. Let's unite people. Let's celebrate. Let's remember. Let's be resilient yet respectful. Our journey of Chardi Kala continue as we build a Canada where diversity thrives, justice prevails, and all contributions are celebrated. Together we shape a future full of opportunity and unity. Let us honor our past, celebrate our present, and ensure the true spirit of Guru Nanak Jahaj lives on. Thank you, and may Waheguru bless my Canada, and may Waheguru bless our Canada. Thank you. ਬਹੁਤ ਬਹੁਤ ਸ਼ੁਕਰੀਆ ਰਾਜ ਸਿੰਘ ਪੰਡਾਲ ਜਿਹੜੇ ਕੁਝ ਇੱਕ ਅਹਿਮ ਪਹਿਲੂ ਜਿਹੜੇ ਸਾਂਝੇ ਕੀਤੇ ਨੇ ਅਸਲ 'ਚ ਇਹ 110 ਸਾਲਾ ਸਮਾਗਮ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਹਰ ਸਾਲ ਮਨਾਉਣ ਦੇ ਤਰ੍ਹਾਂ ਇੱਕ ਕੇਵਲ ਦਿਨ ਮਨਾਉਣ ਦਾ ਨਹੀਂ ਉਹਨਾਂ ਬਾਬਿਆਂ ਦੇ ਸਾਰੇ ਹੀ ਦਿਨ ਨੇ ਇਹ ਨਹੀਂ ਕਿ ਇੱਕ ਸਾਲ ਜਾਂ ਇੱਕ ਦਿਨ ਮਨਾ ਕੇ ਅਸੀਂ ਗੱਲ ਕਰ ਰਹੇ ਹਾਂ ਗੱਲ ਇਹ ਹੈ ਕਿ ਉਹ ਜਿਹੜਾ ਐਕਚੁਅਲ ਜਿਹੜੀ ਹਿਸਟਰੀ ਦੀ ਸ਼ਿਫਟਿੰਗ ਹੋਈ ਹੈ ਇਤਿਹਾਸ ਜਿਹੜਾ ਉਸ ਨੂੰ ਮੁੜ ਪੈਰਾਂ ਸਿਰ ਖੜਾ ਕਰਨਾ ਸੋ ਹੁਣ ਪ੍ਰੋਗਰਾਮ ਦੀ ਜਿਹੜੀ ਸਭ ਤੋਂ ਅਹਿਮ ਕੜੀ ਦੇ ਵਿੱਚੋਂ ਇੱਕ ਹੈ ਉਸ ਤੋਂ ਪਹਿਲਾਂ ਮੈਂ ਧੰਨਵਾਦ ਕਰਦੇ ਹਾਂ ਮੈਂ ਗੁਜ਼ਾਰਿਸ਼ ਵੀ ਕਰਾਂਗਾ BC ਜਿੱਥੇ ਸਿੱਖ ਕੌਂਸਲ ਦੇ ਨੌਜਵਾਨ ਮਨਿੰਦਰ ਸਿੰਘ ਜੀ ਬੋਇਲ ਸਾਡੇ ਵਿਚਕਾਰ ਨੇ ਉਹ ਵੀ ਆ ਕੇ ਜ਼ਰੂਰ ਸਟੇਜ ਦੇ ਕੋਲ ਆਉਣ ਇਸ ਤੋਂ ਇਲਾਵਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਾਡੇ ਨੌਜਵਾਨ ਪ੍ਰੈਜ਼ੀਡੈਂਟ ਦਾਨਿਸ਼ ਸਿੰਘ ਉਹ ਵੀ ਮੌਜੂਦ ਨੇ ਬਹੁਤ ਬਹੁਤ ਪਿਆਰ ਧੰਨਵਾਦ ਇਸੇ ਤਰੀਕੇ ਨਾਲ ਟਰੈਕਿੰਗ ਸਾਡੀਆਂ ਆਰਗੇਨਾਈਜੇਸ਼ਨ ਦੇ ਸਾਡੇ ਬਹੁਤ ਅਜ਼ੀਜ਼ ਗਗਨ ਸਿੰਘ ਅਤੇ ਉਹਨਾਂ ਦੇ ਨਾਲ ਸਾਰੇ ਸਹਿਯੋਗੀ ਨੇ ਅਕਾਲ ਅਕੈਡਮੀ ਦੇ ਨੁਮਾਇੰਦੇ ਨੇ ਸਾਡਾ ਬਹੁਤ ਹੀ ਅਦਬ ਨਾਲ ਸਿਰ ਝੁਕਦਾ ਰਾਏ ਕੱਲਾ ਪਰਿਵਾਰ ਅੱਗੇ ਰਾਏ ਅਜ਼ੀਜ਼ੁੱਲਾ ਖਾਨ ਉਹ ਪਰਿਵਾਰ ਜਿਹੜਾ ਕਿ
ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਾ ਸਿਰਫ ਮਿੱਤਰਤਾ ਦਾ ਆਨੰਦ ਮਾਣਿਆ ਬਲਕਿ ਉਸ ਤੋਂ ਬਾਅਦ ਵੀ ਜਿਸ ਨੂੰ ਅਸੀਂ ਪੰਜਾਬ ਕਹਿ ਦਿੰਦੇ ਹਾਂ ਨਾ, ਅਸੀਂ ਲਾਹੌਰ ਪੰਜਾਬ ਹੈ। ਜੇ ਅਸੀਂ ਅੱਜ ਗੱਲ ਕਰੀਏ ਕਿ ਪੰਜਾਬ ਸਿਰਫ ਇੱਕ ਪਾਸੇ ਵਾਲਾ ਪੰਜਾਬ ਹੈ, ਨਹੀਂ, ਮੁਕੰਮਲ ਪੰਜਾਬ, ਵੱਡਾ ਹਿੱਸਾ ਪੰਜਾਬ ਦਾ ਜਿਹੜਾ ਉਸ ਖਿੱਤੇ ਦੇ ਵਿੱਚ ਹੈ ਜਿਸ ਨੂੰ ਅਸੀਂ ਬ੍ਰੈਕਟ 'ਚ ਜਦੋਂ ਇਨਫੋਰਮੇਸ਼ਨ ਲਿਖਦੇ ਨਾ, ਅੱਜ ਕੱਲ੍ਹ ਪਾਕਿਸਤਾਨ, ਸਾਡੇ ਜਿਹੜੇ ਇਹ ਯੋਧੇ ਸਨ ਗੁਰੂ ਨਾਨਕ ਜਹਾਜ਼ ਦੇ ਮੁਸਾਫਰ, ਉਹ ਇਸ ਪੰਜਾਬ ਦੇ ਅਤੇ ਉਸ ਪੰਜਾਬ ਦੇ ਮਤਲਬ ਸਾਂਝੇ ਪੰਜਾਬ ਦੇ ਸਨ, ਸੋ ਸਾਡੇ ਵਿਚਕਾਰ ਨੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ, ਤਿੰਨ ਸ਼ਖਸੀਅਤਾਂ ਆਉਣਗੀਆਂ ਜਿਹੜੇ ਕਿ ਰੈਜ਼ੋਲੂਸ਼ਨ ਅੱਜ ਹੈ ਉਸ ਤੋਂ ਪਹਿਲਾਂ ਪਰਦਾ ਚੁੱਕਿਆ ਜਾਏਗਾ, ਪੜ੍ਹਿਆ ਜਾਏਗਾ, ਅਤੇ ਉਸ ਤੋਂ ਬਾਅਦ ਫਿਰ ਅਸੀਂ ਬੁਲਾਰੇ ਸ਼ਾਮਿਲ ਹੋਣਗੇ। ਸੋ ਪਹਿਲਾਂ ਇੰਗਲਿਸ਼ ਦੇ ਵਿੱਚ ਉਹ ਰੈਜ਼ੋਲੂਸ਼ਨ ਜਿਹੜਾ ਹੈ ਉਸ ਨੂੰ ਸਾਡੇ ਸਤਿਕਾਰਯੋਗ ਸਰਦਾਰ ਗਿਆਨ ਸਿੰਘ ਜੀ ਸੰਧੂ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਉਹ ਮੰਚ 'ਤੇ ਆਉਣਗੇ ਅਤੇ ਰੈਜ਼ੋਲੂਸ਼ਨ ਜਿੱਥੇ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਤਸਵੀਰ ਹੈ ਉਹ ਲੈ ਕੇ ਇਹਨਾਂ ਪਾਸ ਆਵਾਂਗੇ। ਉਸ ਤੋਂ ਬਾਅਦ ਫ੍ਰੈਂਚ ਦੇ ਵਿੱਚ ਇਹਨੂੰ ਨਾਲੋਂ ਨਾਲ ਜਿਹੜਾ ਇਹਦਾ ਤਰਜਮਾ ਕਰਕੇ ਸਾਹਿਬ ਕੌਰ ਧਾਲੀਵਾਲ ਉਹ ਨਾਲ ਮੌਜੂਦ ਹੋਣਗੇ ਅਤੇ ਪੰਜਾਬੀ ਦੇ ਵਿੱਚ ਭੁਪਿੰਦਰ ਸਿੰਘ ਮੱਲੀ। ਮੈਂ ਥੋੜ੍ਹਾ ਜਿਹਾ ਦੱਸ ਦਿਆਂ, ਭੁਪਿੰਦਰ ਸਿੰਘ ਮੱਲੀ ਜਿਹੜੇ ਕਿ ਜਿਵੇਂ ਪੰਜਾਬ ਫਾਊਂਡੇਸ਼ਨ, ਵਿਰਾਸਤ ਫਾਊਂਡੇਸ਼ਨ, ਖਾਸ ਤੌਰ 'ਤੇ ਹਰਦਿਆਲ ਸਿੰਘ ਬੈਂਸ ਵਰਗੇ ਜਿਹੜੇ ਨਿਧੜਕ ਯੋਧੇ ਨੇ, ਉਹ ਜਿਹੜੇ ਕਿ ਸਹੀ ਅਰਥਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਤਰਫਦਾਰੀ ਕਰਦੇ ਨੇ, ਉਹਨਾਂ ਦੇ ਨੁਮਾਇੰਦਾ ਨੇ। ਅਤੇ ਇਸੇ ਤਰ੍ਹਾਂ ਸਰਦਾਰ ਗਿਆਨ ਸਿੰਘ ਸੰਧੂ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਹ ਸੰਘਰਸ਼ ਦੇ ਵਿੱਚ ਮਨੁੱਖੀ ਹੱਕਾਂ 'ਤੇ ਵੱਖ ਵੱਖ ਪਹਿਲੂਆਂ 'ਤੇ ਸੰਸਥਾਵਾਂ ਦੇ ਵਿੱਚ ਲਾਈ ਹੈ। ਸਾਹਿਬ ਕੁਤਾਰੀਵਾਲ ਜੋ ਕਿ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਇਸ ਮੰਚ 'ਤੇ ਸੁਸ਼ੋਭਿਤ ਹੋਣਗੇ, ਤਿੰਨੇ ਭਾਸ਼ਾਵਾਂ ਦੇ ਵਿੱਚ ਇਹ ਰੈਜ਼ੋਲੂਸ਼ਨ ਸਾਂਝੇ ਕਰਨਗੇ। ਸੋ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪ੍ਰਵਾਨਗੀ ਦਿਓਗੇ ਇੱਕ ਇੱਕ ਰੈਜ਼ੋਲੂਸ਼ਨ। ਉਸ ਤੋਂ ਬਾਅਦ ਅਸੀਂ ਬੁਲਾਰਿਆਂ ਦਾ ਜਿਹੜਾ ਸਿਲਸਿਲਾ ਆਰੰਭ ਕਰਾਂਗੇ। ਸਾਰਾ ਮੀਡੀਆ ਜਿੰਨਾ ਵੀ ਸ਼ਾਮਿਲ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਅਤੇ ਪਿੱਛੇ ਜਿਹੜੇ ਦੂਰ ਖੜ੍ਹੇ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਨਜ਼ਦੀਕ ਆ ਜਾਣ ਅਤੇ ਇਸ ਸਮੇਂ ਜਿਹੜੇ ਰੈਜ਼ੋਲੂਸ਼ਨ ਮਤੇ ਹੈ ਉਹ ਸਾਂਝੇ ਕੀਤੇ ਜਾਣਗੇ। ਗਿਆਨ ਸਿੰਘ ਜੀ ਸੰਧੂ, ਸਾਹਿਬ ਕੌਰ ਧਾਰੀਵਾਲ ਅਤੇ ਨਾਲ ਭੁਪਿੰਦਰ ਸਿੰਘ ਜੀ ਮੱਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਸ ਸਰਟਨਲੀ ਐਨ ਆਨਰ ਐਂਡ ਅ ਪ੍ਰਿਵਿਲੇਜ ਐਕਚੁਅਲੀ ਟੂ ਬੀ ਅਮੰਗ ਆਲ ਆਫ ਅਸ ਹਿਅਰ ਐਕਚੁਅਲੀ, ਐਂਡ ਆਈ ਵੈਲਕਮ ਈਚ ਐਂਡ ਐਵਰੀ ਵਨ ਆਫ ਯੂ, ਸਪੈਸ਼ਲੀ ਇਲੈਕਟਿਡ ਅਫੀਸ਼ੀਅਲਸ ਐਂਡ ਆਰ ਆਨਰੇਬਲ ਮਿਨਿਸਟਰਸ ਹਿਅਰ। ਥੈਂਕ ਯੂ ਵੈਰੀ ਮੱਚ ਫੋਰ ਜੁਆਇਨਿੰਗ ਵਿਦ ਅਸ ਐਕਚੁਅਲੀ ਐਟ ਦਿਸ ਵੈਰੀ ਵੈਰੀ ਮੱਚ ਕਮੈਮੋਰੇਟਿਵ ਇਵੈਂਟ, ਐਂਡ ਸਰਟਨਲੀ ਇਟਸ ਮਾਈ ਆਨਰ ਟੂ ਬੀ ਰੀਡਿੰਗ ਦੀ ਰੈਜ਼ੋਲੂਸ਼ਨ ਐਕਚੁਅਲੀ ਔਨ ਬਿਹਾਫ ਆਫ ਆਲ ਆਫ ਯੂ। ਰੈਜ਼ੋਲੂਸ਼ਨ ਰੀਡਸ ਲਾਈਕ ਦ ਰੈਸਟੋਰੇਸ਼ਨ ਆਫ ਦ ਓਰਿਜਨਲ ਨੇਮ। We demand that the name Kamagata Maru be restored to its original designation, Guru Nanak Jahaj, as coined by Baba Gurdas Singh Ji. The current name fails to capture the true struggle and essence of this historic voyage, and returning to the original name is essential to honor the legacy accurately. Maintenant en français, la première résolution c'est le suivant: la restauration du nom d'origine. Nous exigeons que le nom Kamagata Maru soit restauré à son nom d'origine, Guru Nanak Jahaz, tel que nommé par Baba Gurdip Singh Ji,
Le nom actuel ne parvient pas à saisir la véritable lutte et l'essence de ce voyage historique et revenir au nom d'origine est essentiel pour honorer correctement cet héritage. Asi mang karde haan ke Kamagata Maru naam di thaan Baba Gurdas Singh ji ate musafiran dwara ਦਿੱਤੇ ਗਏ ਗੁਰੂ ਨਾਨਕ ਜਹਾਜ਼ ਦੇ ਅਸਲੀ ਨਾਂ ਨੂੰ ਬਹਾਲ ਕੀਤਾ ਜਾਵੇ। ਮੌਜੂਦਾ ਨਾਂ ਇਸ ਇਤਿਹਾਸਿਕ ਯਾਤਰਾ ਦੇ ਅਸਲ ਸੰਘਰਸ਼ ਅਤੇ ਤੱਤ ਨੂੰ ਹਾਸਲ ਕਰਨ ਵਿੱਚ ਅਸਫਲ ਰਿਹਾ ਹੈ। ਇਸ ਮਹੱਤਵਪੂਰਨ ਘਟਨਾ ਦੀ ਵਿਰਾਸਤ ਦਾ ਸਹੀ ਸਨਮਾਨ ਕਰਨ ਲਈ ਅਸਲੀ ਨਾਂ ਨੂੰ ਬਹਾਲ ਕਰਨਾ ਬਹੁਤ ਜ਼ਰੂਰੀ ਹੈ। We call for an immediate halt to the use of taxpayers' money for superficial honors, such as street naming ceremonies. While these gestures may appear gracious, they amount to mere lip service. The Guru Nanak Jahaj deserves a more substantial and meaningful commemoration that truly reflects its historical significance. La deuxième résolution, c'est les pratiques d'honneur inefficaces. Le Guru Nanak Jahaj mérite une commémoration plus substantielle et significatif qui reflète véritablement son importance historique. Nous demandons l'arrêt immédiat de l'utilisation d'argent des contribuables pour des honneurs superficiels, tels que les cérémonies de dénomination de rue. Bien que ces gestes puissent sembler gracieux, ils ne sont pas que des paroles en l'air. Guru Nanak Jahaz, ਹੋਰ ਮਹੱਤਵਪੂਰਨ ਅਤੇ ਸਾਰਥਕ ਯਾਦਗਾਰ ਦਾ ਹੱਕਦਾਰ ਹੈ ਜੋ ਸੱਚਮੁੱਚ ਇਸ ਦੀ ਇਤਿਹਾਸਿਕ ਮਹੱਤਤਾ ਨੂੰ ਦਰਸਾਉਂਦੀ ਹੋਵੇ। ਇਸ ਵਿੱਚ ਵਿੱਦਿਅਕ ਪ੍ਰੋਗਰਾਮ, ਕਮਿਊਨਿਟੀ ਇਵੈਂਟਸ ਅਤੇ ਸਥਾਈ ਪ੍ਰਦਰਸ਼ਨੀਆਂ ਸ਼ਾਮਲ ਹਨ ਜੋ ਇਸ ਇਤਿਹਾਸਿਕ ਯਾਤਰਾ ਦੀ ਕਹਾਣੀ ਅਤੇ ਪ੍ਰਭਾਵ ਦੀ ਡੂੰਘਾਈ ਨਾਲ ਪੜਚੋਲ ਦੀ ਅਤੇ ਪੇਸ਼ਕਾਰੀ ਕਰਦੇ ਹਨ। ਅਸੀਂ ਸਤਹੀ ਸਨਮਾਨਾਂ ਅਤੇ ਟੈਕਸ ਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਅਤੇ ਰੋਕ ਦੀ ਮੰਗ ਕਰਦੇ ਹਾਂ, ਜਿਵੇਂ ਕਿ ਤਖ਼ਤੀ, ਕੰਧ ਚਿੱਤਰ ਅਤੇ ਗਲੀ ਦੇ ਨਾਮਕਰਨ ਕਰਨੇ। ਵੇਖਣ ਨੂੰ ਚਾਹੇ ਇਹ ਸੰਕੇਤ ਚੰਗੇ ਲੱਗਦੇ ਹਨ, ਪਰ ਅਸਲ ਵਿੱਚ ਇਹ ਸਿਰਫ ਨਾਮ ਮਾਤਰ ਹਨ। ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। The third one is rectifying historical education. In true respect to our Gadri Babe, we formally request that academic institutions, cultural organizations and museums rectify the historical record to accurately reflect the term Guru Nanak Jahaj. Proper representation of the chartered ship's identity is crucial for understanding our Punjabi Canadian heritage and ensuring the legacy of this historic voyage is preserved and honored appropriately. Thank you. La troisième résolution, rectification de l'éducation historique. Par respect pour notre Gadri Babe, nous demandons formellement aux institutions académiques, aux organisations culturelles et aux musées de rectifier les documents historiques afin de refléter correctement le terme Guru Nanak Jahaj. Une représentation correcte de l'identité d'une œuvre effrétée est cruciale pour comprendre notre héritage Punjabi canadien et pour assurer que l'héritage de ce voyage historique est préservé et honoré de manière appropriée. ਸਾਡੇ ਗਦਰੀ ਬਾਬਿਆਂ ਦੇ ਸੱਚੇ ਸਤਿਕਾਰ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਅਕਾਦਮਿਕ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਅਤੇ ਅਜਾਇਬ ਘਰ ਗੁਰੂ ਨਾਨਕ ਜਹਾਜ਼ ਸ਼ਬਦ ਨੂੰ ਸਹੀ ਰੂਪ ਵਿੱਚ ਦਰਸਾਉਣ ਲਈ ਇਤਿਹਾਸਿਕ ਰਿਕਾਰਡ ਨੂੰ ਸੋਧਣ। ਸਾਡੇ ਪੰਜਾਬੀ ਕੈਨੇਡੀਅਨ ਵਿਰਸੇ ਨੂੰ ਸਮਝਣ ਅਤੇ ਇਤਿਹਾਸਿਕ ਸਫ਼ਰ ਦੀ ਵਿਰਾਸਤ ਨੂੰ ਸਹੀ ਢੰਗ ਨਾਲ ਸੁਰੱਖਿਅਤ ਅਤੇ ਸਨਮਾਨ ਦੇਣ ਲਈ ਚਾਰਟਰਡ ਜਹਾਜ਼ ਗੁਰੂ ਨਾਨਕ ਜਹਾਜ਼ ਦੀ ਪਛਾਣ ਦੀ ਸਹੀ ਨੁਮਾਇੰਦਗੀ ਬਹੁਤ ਜ਼ਰੂਰੀ ਹੈ।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ I think we ask all of you actually by responding to the jakara once more actually bolay so nihal sat sri akal thank you very much and merci beaucoup bahut dhanwad sir gyan singh ji sandhu sir papinder singh ji malli sahib kaur talibal darasal eh tin resolution jehde tade naal sanje kite ne main guzarish karanga sade jo volunteer ne organizer ne tajinderpal singh nompi ਉਹ ਨਾਲ ਲੈ ਕੇ ਰਾਜ ਸਿੰਘ ਜੀ ਇੱਥੇ ਹੋਣਗੇ ਅਤੇ ਮੈਂ ਇੱਕ ਇੱਕ ਵਾਰ ਕੁਝ ਸ਼ਖਸੀਅਤਾਂ ਨੂੰ ਪਹਿਲਾਂ ਸੱਦਾ ਦਿੰਦਾ ਸਤਿਕਾਰ ਵਜੋਂ ਜਿਹੜਾ ਅੱਜ ਦਾ ਇਹ ਇਵੈਂਟ ਹੈ ਜਿਸ ਦੇ ਵਿੱਚ ਇੱਕ ਲੀਹ ਤੋਂ ਹਟ ਕੇ ਸਾਡੀ ਉਹ ਗੱਲ ਹੈ ਜਿਹੜੀ ਸਾਡੀ ਹਿਸਟਰੀ ਸਾਡੀ ਵਿਰਾਸਤ ਹੈ ਅਤੇ ਸਾਰਿਆਂ ਨੂੰ ਜੋੜਨ ਵਾਲੀ ਹੈ ਅਤੇ ਗੁਰੂ ਨਾਨਕ ਲਫ਼ਜ਼ ਤੋਂ ਵੱਡਾ ਜੋੜਨ ਵਾਲਾ ਲਫ਼ਜ਼ ਕੋਈ ਹੋ ਨਹੀਂ ਸਕਦਾ ਅਤੇ ਵੈਸੇ ਵੀ ਇਹ ਫੈਕਟ ਹੈ ਕਿ ਉਹ ਜਿਹੜਾ ਜਹਾਜ਼ ਕੈਨੇਡਾ ਦੇ ਵਿੱਚ ਆਇਆ ਉਹ ਬਤੌਰ ਗੁਰੂ ਨਾਨਕ ਜਹਾਜ਼ ਆਇਆ ਸੀ ਜਪਾਨੀ ਸ਼ਿਪ ਕਾਮਾਗਾਟਾ ਮਾਰੂ $66,000 ਉਸ ਦੀ ਬਕਾਇਦਾ ਚਾਰਟਰ ਦੀ ਫੀਸ ਦੇ ਕੇ 6 ਮਹੀਨੇ ਵਾਸਤੇ ਉਹ ਜਹਾਜ਼ ਕਿਰਾਏ 'ਤੇ ਲਿਆ ਗਿਆ ਸੀ ਅਤੇ ਜਿੱਦਣ ਕਿਰਾਏ 'ਤੇ ਲਿਆ ਗਿਆ ਉਸ ਦਾ ਨਾਮਕਰਨ ਕੀਤਾ ਗਿਆ ਅਤੇ ਹਿਸਟੋਰੀਕਲ ਤੱਥ ਨੇ ਜਿਹੜੀ ਬਾਬਾ ਗੁਰਦਿੱਤ ਸਿੰਘ ਜੀ ਦੀ ਆਟੋਬਾਇਓਗ੍ਰਾਫੀ ਅੱਜ ਉਹ ਰਿਲੀਜ਼ ਕਰਨੀ ਹੈ 1922 ਦੇ ਵਿੱਚ ਉਸ 'ਤੇ ਪਾਬੰਦੀ ਲਾ ਦਿੱਤੀ ਗਈ ਸੀ ਉਸ ਆਟੋਬਾਇਓਗ੍ਰਾਫੀ ਦੇ ਵਿੱਚ ਉਹਨਾਂ ਨੇ ਜਿੰਨੇ ਵਾਰ ਵੀ ਉਹਦਾ ਡਿਟੇਲ ਦਿੱਤਾ ਇਹ ਵਿਸਤਾਰ ਦਿੱਤਾ ਕਿ ਅਸੀਂ ਇਕੱਠਿਆਂ ਹੋ ਕੇ ਫੈਸਲਾ ਕੀਤਾ ਕਿ ਜਪਾਨੀ ਕੰਪਨੀ ਤੋਂ ਇਹ ਚਾਰਟਰਸ਼ਿਪ 6 ਮਹੀਨੇ ਵਾਸਤੇ $66,000 'ਤੇ ਲਈਏ ਅਤੇ ਇਸ ਦਾ ਨਾਮ ਜਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਉਸ ਦੇ ਵਿੱਚ ਨਾ ਸਿਰਫ ਨਾ ਹੀ ਇਹ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉੱਪਰ ਨਿਸ਼ਾਨ ਸਾਹਿਬ ਸੀ ਅਤੇ ਉਸ ਦੇ ਵਿੱਚ 341 ਸਿੱਖ ਮੁਸਾਫਰ 24 ਮੁਸਲਿਮ ਮੁਸਾਫਰ 12 ਹਿੰਦੂ ਸਾਰੇ ਹੀ ਸਾਂਝੇ ਪੰਜਾਬ ਦੇ ਉਹ ਵਸਨੀਕ ਸਨ ਸੋ ਇਸ ਕਰਕੇ ਇਹ ਇਤਿਹਾਸਿਕ ਤੌਰ 'ਤੇ ਰੈਜ਼ੋਲੂਸ਼ਨ ਜਿਹੜੇ ਆ ਸਾਂਝੇ ਕੀਤੇ ਨੇ ਮੈਂ ਗੁਜ਼ਾਰਿਸ਼ ਕਰਾਂਗਾ ਪਹਿਲਾਂ ਕਿ ਸਾਡੇ ਨਾਲ ਵੀਰ ਸੁੱਖ ਧਾਲੀਵਾਲ ਜਦੋਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਦੇਖ ਰਿਹਾ ਸੀ ਮੈਂ ਇਸ ਗੱਲ ਦੀ ਦਾਤ ਦਿੰਦਾ ਕਿ ਹਮੇਸ਼ਾ ਹਰ ਸਮੇਂ ਇਹ ਅੱਗੇ ਹੋ ਕੇ ਆਉਂਦੇ ਵੀ ਨੇ ਸਮਾਂ ਵੀ ਕੱਢਦੇ ਨੇ ਸੋ ਅੱਜ ਸਾਡੇ ਵਿਚਕਾਰ ਨੇ ਅਤੇ ਨਾਲ ਹੀ ਮੈਂ ਸਾਡੇ ਜਿਹੜੇ ਨੁਮਾਇੰਦੇ ਨੇ ਸੰਸਥਾ ਦੇ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਉਹ ਮੰਚ 'ਤੇ ਹੋਣ ਅਤੇ ਅਸੀਂ ਉਹ ਸ਼ਬਦ ਜਿਹੜਾ ਸਾਡਾ ਇਤਿਹਾਸ ਅਤੇ ਵਿਰਸਾ ਹੈ ਉਸ ਨੂੰ ਜਿਸ ਤਰੀਕੇ ਨਾਲ ਗੁਰੂ ਨਾਨਕ ਜਹਾਜ਼ ਦੇ ਇਹ ਬਰੋਸ਼ਰ ਵੰਡੇ ਗਏ ਨੇ ਤੁਹਾਡੇ ਹੱਥਾਂ 'ਚ ਜਾਣਕਾਰੀ ਹੈ ਉਹਨੂੰ ਵੀ ਜ਼ਰੂਰ ਪੜ੍ਹਦੇ ਜਾਣਾ ਸੋ ਪਹਿਲਾਂ ਸੁੱਖ ਧਾਲੀਵਾਲ ਉਹ ਵੀ ਸਟੇਜ 'ਤੇ ਆਉਣਗੇ ਉਹਨਾਂ ਦੇ ਨਾਲ ਹੀ ਮੈਂ ਸੱਦਾ ਦਿੰਦਾ ਸਾਡੇ ਸਤਿਕਾਰਯੋਗ ਜਿੱਥੇ ਫੈਡਰਲ ਲੈਵਲ ਦੇ ਐਮ ਪੀ ਸੁੱਖ ਧਾਲੀਵਾਲ ਨੇ ਪ੍ਰੋਵਿੰਸ਼ਲ ਲੈਵਲ 'ਤੇ ਰਚਨਾ ਸਿੰਘ ਜਿਹੜੇ ਕਿ ਐਜੂਕੇਸ਼ਨ ਮਿਨਿਸਟਰ ਨੇ ਉਹ ਵੀ ਇੱਥੇ ਸਾਡੇ ਵਿਚਕਾਰ ਨੇ ਅਤੇ ਬਹੁਤ ਧੰਨਵਾਦੀ ਹਾਂ ਅਸੀਂ ਜਿੱਥੇ ਮੇਵਾ ਸਿੰਘ ਸ਼ਹੀਦ ਉਹਨਾਂ ਦੀ ਤਸਵੀਰ ਜੇਕਰ ਪਹਿਲੀ ਵਾਰ ਕਿਸੇ ਐਮ ਐਲ ਏ ਦੇ ਆਫਿਸ 'ਚ ਲੱਗੀ ਹੈ ਤਾਂ ਉਹ ਰਚਨਾ ਸਿੰਘ ਹੈ ਇਹਨਾਂ ਨੇ ਆਫਿਸ ਦੇ ਵਿੱਚ ਲਵਾਈ ਹੈ ਸੋ ਇਹ ਸ਼ਾਬਾਸ਼ੀ ਦੇਣੀ ਬਣਦੀ ਹੈ ਇਹਨਾਂ ਨੂੰ ਪ੍ਰੋਵਿੰਸ਼ਲ ਲੈਵਲ 'ਤੇ ਸਾਡੇ ਬਹੁਤ ਹੀ ਪਿਆਰੇ ਨੌਜਵਾਨ ਜਸਪ੍ਰੀਤ ਸਿੰਘ ਵਿਰਦੀ ਜਿਹੜੇ ਕਿ ਮਿਊਂਸੀਪਲ ਲੈਵਲ 'ਤੇ ਜਿਨ੍ਹਾਂ ਨੇ ਕਮਿਸ਼ਨਰ ਦੇ ਤੌਰ 'ਤੇ ਸਿਟੀ ਆਫ ਵੈਨਕੂਵਰ ਦੇ ਪ੍ਰਤੀਨਿਧ ਦੇ ਤੌਰ 'ਤੇ ਬਹੁਤ ਸਹਿਯੋਗ ਦਿੱਤਾ ਉਹਨਾਂ ਨੂੰ ਵੀ ਮੈਂ ਸੱਦਾ ਦਿਆਂਗਾ ਤਿੰਨੇ ਸ਼ਖਸੀਅਤਾਂ ਇੱਥੇ ਆਉਣਗੀਆਂ ਅਤੇ ਇੱਕ ਇੱਕ ਕਰਮਵਾਰ ਜਿਹੜੇ ਵਿਚਾਰ ਸਾਂਝੇ ਕਰਨਗੇ ਸੁੱਖ ਧਾਲੀਵਾਲ ਸਾਹਿਬ ਰਚਨਾ ਸਿੰਘ ਜੀ ਅਤੇ ਜਸਪ੍ਰੀਤ ਸਿੰਘ ਵਿਰਦੀ ਦੋ ਦੋ ਸ਼ਬਦ ਅਸੀਂ ਸਾਰੇ ਸਾਂਝੇ ਕਰਾਂਗੇ ਜੀ ਆਇਆਂ ਨੂੰ ਜੀ
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ. ਫਸਟ ਆਫ ਆਲ ਆਈ ਵਾਂਟ ਟੂ ਥੈਂਕ ਆਲ ਦੀ ਔਰਗਨਾਈਜ਼ਰਸ ਦੈਟ ਹੈਜ਼ ਔਰਗਨਾਈਜ਼ ਦਿਸ, ਐਂਡ ਆਈ ਵਾਂਟ ਟੂ ਥੈਂਕ ਦੀ ਹਿਸਟੋਰੀਅਨਸ ਐਂਡ ਰਿਸਰਚਿਸਟ ਐਜ ਵੈਲ, ਦ ਪੀਪਲ ਹੂ ਹੈਵ ਪੁੱਟ ਲੋਟ ਆਫ ਐਫਰਟ ਟੂ ਬ੍ਰਿੰਗ ਦਿਸ ਫਾਰਵਰਡ ਟੂ ਮੇਕ ਅਸ ਅਵੇਅਰ, ਬਿਕੋਜ ਵੀ ਆਲਵੇਜ਼ ਯੂ ਨੋ ਐਜ਼ ਵਰ ਇਨਵੋਲਵਡ ਟੂ ਮੀ ਐਂਡ ਅਦਰਸ. It was always the Kamagatamaru, but today as the resolution is passed that its name is Guru Nanak Jahaz, and I certainly commit to you that I will continue to fight for the restoration of this name. If I give you a bit of a background, I can tell you because if you read the Prime Minister's apology in the House of Commons, at that time he certainly recognized two MPs that always were there. I don't see Jasveer Sandhu. Jasveer Sandhu's name is there in that books, that himself and myself, you know, we always been there to make sure that this apology is officially done in the House of Commons. And when we look at this, it was 2015 July. It was the day the election campaign was launched out of here in Vancouver, and the leader of the Liberal Party then, but now the Prime Minister of Canada, Right Honorable Justin Trudeau, he promised in Surrey, Bear Creek Park, that if the Liberals form the government, and we will make sure that that apology is been given in the House of Commons, and he certainly did that as a leader, as a Prime Minister of the country. He also mentioned, you know, certainly there were days when we were returned, those individuals were returned back, and the fellow that was responsible at that time, and the military fellow and commander for that, you know, on particularly now the, and he mentioned Mr. Sajjan, who was the Minister of Defense and now the Minister of the other portfolios. His name was also mentioned, that this is how far the community has come forward, and today I stand with you in solidarity, and I am sure Minister Rachna Singh, you know, she carries the same passion. You know, whenever we talk about things, that issues, whether social justice issues, irrespective whatever political stripes are, you know, we always try to work together, and I commit to you and that I will take this issue to the Parliament as soon as we resume in September. And make sure that this gets done. And I particularly want to commend Mr. Sandhu, because when he comes and tells me something, you know, I always respect that, because he does a lot of research. And recently we were in Halifax, you know, where 174 individuals came in 1987, right? Even at that time, the Prime Minister of the time called a special parliament and to send them back. It was in fact the WSO, Gurdwara Ross, Kali Singh, and other organizations from the East Coast that they fought
and the individuals were kept here. And today those individuals are very successful in their own field, whether it's a small business, medium-sized business. And we cannot forget this incident of 1914. But today's topic is to make sure that we restore the name to Guru Nanak Jahaz. And my commitment is there with that, Minister Rachna Singh. ਤੁਹਾਨੂੰ ਸਾਰਿਆਂ ਨੂੰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋ ਰਹੀ ਹੈ ਇਟਸ ਮਾਈ ਓਨਰ ਟੂ ਬੀ ਹੇਅਰ ਔਨ ਦੀ ਟੈਰੀਟਰੀਜ਼ ਆਫ ਦੀ ਮਸਕੀਅਮ ਸਕੁਆਮਿਸ਼ ਐਂਡ ਸਲੇਵਾਤੁਤ ਵਾਂਟ ਟੂ ਥੈਂਕ ਮਾਈ ਸਿਸਟਰ ਸਿਸਲੀਆ ਫੋਰ ਸਟਾਰਟਿੰਗ ਅਸ ਇਨ ਸੱਚ ਅ ਗੁੱਡ ਵੇ ਔਲਸੋ ਅ ਬਿਗ ਥੈਂਕ ਯੂ ਟੂ ਗੁਰਵਿੰਦਰ ਧਾਲੀਵਾਲ ਭਾਅ ਜੀ ਫੋਰ ਦਿਸ ਔਰਗਨਾਈਜ਼ਿੰਗ ਦਿਸ ਇਵੈਂਟ ਐਂਡ ਆਈ ਨੋ ਲੋਟ ਆਫ ਵਰਕ ਹੈਜ਼ ਗੋਨ ਇਨ ਟੂ ਇਟ ਲੋਟ ਆਫ ਐਫਰਟ ਲੋਟ ਆਫ ਐਨਰਜੀ lot of prep has gone into it so really a big I think a round of applause should be going to all of you for initiating it we all know we as my brother Sukh Taliwal ji has already mentioned we all know about the history of Kamagata Maru the history of colonization the history of racism and the land that we are standing on these are that's why it was very important to acknowledge the land the real inhabitants of this this land and the atrocities that they have gone through and we have been recipients of that our elders our ancestors when they came to the shores of BC they faced racism they faced the attitudes that were so anti-immigrant anti anybody who didn't look like them it was like now sitting in the legislature at that time the laws were passed to keep Canada to keep British Columbia as a white person space and we all have like we won't be here Sukh Paji myself and many of my colleagues won't be sitting in the legislature won't be sitting in the parliament without the efforts that were made by our elders and our pioneers so I stand on their shoulders I stand on the sacrifices that have been made before us and today I think you are asking for something you are asking to make this I know apologies have been made for Kamagata Maru apologies whether in the parliament or in the BC legislature but now we want to make it whole we want to even like we are not saying that that apology is not enough that was a very significant milestone but we are making it whole giving it the name that it was originally named for so I really want to also acknowledge that even it is 110 years since Kamagata Maru has happened the racism especially the structural racism still exists and we should be talking about it any opportunity that we get before I became the minister of education and child care many of you know that I was the parliamentary secretary for anti racism and this is when I started that work it seemed to me that we have come a long way this work would be very easy but when I started and I realized that this work has just started so you are we need to continue that work so all the efforts that you are making here today tode sara jehda sahyog mil reha hega todi jehdi awaz uth rahi hegi hai eh jehda vi assi jehda vadda kam kar rahe ha racism nu tackle karan layi ude vich ude history vich oh as uda toda todi efforts da vi
ਬਿਲਕੁਲ ਉਵੇਂ ਹੀ ਉਦਾਹਰਣ ਦਿੱਤਾ ਜਾਏਗਾ ਜਿਵੇਂ ਬਹੁਤ ਸਾਲ ਪਹਿਲਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਹੜੇ ਕੰਮ ਕੀਤੇ ਹੈਗੇ ਹੈ ਉਹਨਾਂ ਦੀ ਸੈਕਰੀਫਾਈਸਿਸ ਦਾ ਕੀਤਾ ਗਿਆ, ਤੁਹਾਡੀਆਂ ਐਫਰਟਸ ਅੱਜ ਵੀ ਉਨੀਆਂ ਹੀ ਆਈ ਥਿੰਕ ਦੇ ਆਰ ਸਿਗਨੀਫਿਕੈਂਟ ਐਂਡ ਦੇ ਆਰ ਇੰਪੋਰਟੈਂਟ। ਸੋ ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਐਂਡ ਹੈਵਿੰਗ ਸੱਚ ਅ ਵੰਡਰਫੁਲ ਗੈਦਰਿੰਗ। ਥੈਂਕ ਯੂ ਸੋ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I just once again want to acknowledge that we're seated here on the unceded territories of the Musqueam, Squamish, and Tsleil-Waututh Nations. On behalf of Mayor Ken Sim and the Park Board, I want to thank the organizers for bringing this issue to light. We often talk about the Kamagata Maru and how it was turned back, but we never talk about the celebration of when Guru Nanak Jahaz came back. And that's important to highlight because the Sikh Qaum, the Sikh group, the Sikh community, we're known for celebrating. We never mourn anything. We always overcome obstacles and then we celebrate them. So it's important to highlight Chardi Kala, and I think that's here with all of us today. So thank you very much. Thank you very much, Rachna Singh, Education Minister, Sukhvinder Singh Dhaliwal Ji, Member of Parliament, Jasprit Singh Virdi. So main guzarish karanga ek pehla jehdi sanji tasveer hoegi, ਫਿਰ ਸਾਡੇ ਔਰਗਨਾਈਜ਼ਰ ਰਾਜ ਸਿੰਘ ਪੰਡਾਲ ਨਾਲੋਂ ਨਾਲ ਮੈਂ ਗੁਜ਼ਾਰਿਸ਼ ਕਰਾਂਗਾ ਕਿ ਸਾਡੇ ਬੀਜੀ ਨੇ ਨੌਜਵਾਨ ਤਜਿੰਦਰਪਾਲ ਸਿੰਘ ਨੰਭੀ ਸਾਹਿਬ ਕੌਰ ਧਾਲੀਵਾਲ ਗੁਜ਼ਾਰਿਸ਼ ਹੈ ਕਿ ਉਹ ਵੀ ਤੁਸੀਂ ਇੱਥੇ ਆਓ। ਅਸੀਂ ਇਹਨਾਂ ਮਹਿਮਾਨਾਂ ਨੂੰ ਇੱਕ ਇੱਕ ਜਿਹੜਾ ਟੋਕਨ ਆਫ ਰਿਸਪੈਕਟ ਦੇਵਾਂਗੇ। ਸੋ ਇੱਕ ਤਸਵੀਰ ਪਹਿਲਾਂ ਇਹ ਜਿਹੜੀ ਹੈ ਸਾਡੀ ਰੈਜ਼ੋਲਿਊਸ਼ਨ, ਸੋ ਇਹ ਫੋਟੋ ਜਿਹੜੀ ਹੈ ਲਈ ਜਾਏਗੀ। ਥੋੜ੍ਹਾ ਜਿਹਾ ਆਓ ਜੀ, ਭੁਪਿੰਦਰ ਸਿੰਘ ਜੀ ਇੱਕ ਸੈਕਿੰਡ, ਰਾਜ ਸਾਹਿਬ ਨੂੰ ਅਸੀਂ ਦੁਬਾਰਾ ਫੋਟੋ ਕਰਦੇ ਹਾਂ ਫਿਰ। ਸੋ ਜ਼ੋਰਦਾਰ ਤਾੜੀਆਂ ਨਾਲ ਸਤਿਕਾਰ ਇਹਨਾਂ ਸ਼ਖਸੀਅਤਾਂ ਦਾ। ਸੋ ਜੋ ਅੱਜ ਇਹ ਪ੍ਰੋਕਲੇਮੇਸ਼ਨ ਰੈਜ਼ੋਲੂਸ਼ਨ ਮਾਨ ਦਿੱਤਾ ਗਿਆ, ਆਸ ਕਰਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਵੀ, ਬੇਸ਼ੱਕ ਜਿਸ ਤਰ੍ਹਾਂ ਰਚਨਾ ਸਿੰਘ ਹੋਰਾਂ ਨੇ ਕਿਹਾ ਕਿ ਅਪੋਲੋ ਜੀ BC ਵਿਧਾਨ ਸਭਾ 'ਚ ਸਭ ਤੋਂ ਪਹਿਲਾਂ ਮੰਗੀ ਗਈ ਹੈ, ਫਿਰ ਪਾਰਲੀਮੈਂਟ 'ਚ ਧਾਲੀਵਾਲ ਸਾਹਿਬ ਨੇ ਦੱਸਿਆ, ਅਤੇ ਵੈਨਕੂਵਰ ਸਿਟੀ ਨੇ ਤਾਂ ਬਹੁਤ ਉਤਸ਼ਾਹ ਨਾਲ ਪਹਿਲਾਂ ਹੀ ਕੀਤਾ। ਪਰ ਉਹਦੇ 'ਚ ਜਿਹੜਾ ਸੁਧਾਰ ਦੀ ਲੋੜ ਹੈ ਉਹ ਇਹ ਹੈ ਕਿ ਉਸ ਜਹਾਜ਼ ਦਾ ਜਿਹੜਾ ਨਾਂ ਮੈਨਸ਼ਨ ਕੀਤਾ ਗਿਆ ਉਹ ਬਿਲਕੁਲ ਢੁਕਵਾਂ ਨਹੀਂ ਹੈ, ਕਿਉਂਕਿ ਉਹ ਜਾਇਜ਼ ਨਹੀਂ, ਅਤੇ ਜਾਇਜ਼ ਜਿਹੜੀ ਚੀਜ਼ ਹੈ, ਇਤਿਹਾਸ ਜਿਹੜੀ ਗੱਲ ਕਹਿੰਦਾ, ਤੱਥ ਜਿਹੜੇ ਗੱਲ ਕਹਿੰਦੇ ਆ, ਉਹ ਗੁਰੂ ਨਾਨਕ ਜਹਾਜ਼ ਹੈ। ਸੋ ਆਸ ਕਰਦੇ ਹਾਂ ਕਿ ਇਹ ਜ਼ਰੂਰ ਅੱਗੇ ਆਵਾਜ਼ ਉਠਾਉਣਗੇ ਅਤੇ ਉਸ ਨੂੰ ਪੇਸ਼ ਕਰਨਗੇ। ਅਤੇ ਇੱਕ ਮਿੰਟ ਵਾਸਤੇ ਮੈਂ ਧਾਲੀਵਾਲ ਸਾਹਿਬ ਨੂੰ ਉਹਨਾਂ ਦੇ ਇਸ਼ਾਰੇ ਅਨੁਸਾਰ ਮਾਈਕ ਦੇ ਰਿਹਾ। ਦੇਖੋ ਸਾਡਾ ਕੰਮ ਹੈਗਾ ਚੁਣੇ ਨੁਮਾਇੰਦੇ ਤੁਹਾਡੀ ਨੁਮਾਇੰਦੀ ਕਰਨੀ, ਔਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਇਹ ਜਿਹੜਾ ਉਦੋਂ ਕਾਮਾਗਾਟਾ ਮਾਰੂ ਨੋਨ ਸੀਗਾ ਜਾਂ, ਅਤੇ ਇਹਦੀ ਆਵਾਜ਼ ਉੱਥੇ ਨਹੀਂ ਅਸੀਂ ਚੱਕੀ ਰੱਖੀ ਜਦੋਂ ਥਾਈ ਅਪੋਲੋਜੀ ਪਾਰਲੀਮੈਂਟ 'ਚ ਜਿਹੜੀ ਸੀਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ। ਪਰ ਮੈਨੂੰ ਸਾਨੂੰ ਹੁਣ ਚਾਹੀਦਾ ਮਿਸਟਰ ਸੰਧੂ, ਮੇਰੀ ਗੁਜ਼ਾਰਿਸ਼ ਹੈ ਕਿ ਵੀ ਸਾਨੂੰ ਬੈਕਗਰਾਊਂਡ ਰਿਸਰਚ ਪੇਪਰ ਚਾਹੀਦਾ ਤਾਂ ਕਿ ਅਸੀਂ ਜਿਹੜੇ ਪਾਰਲੀਮੈਂਟੇਰੀਅਨਸ ਹੈਗੇ ਨੇ ਉਹਨਾਂ ਨੂੰ ਅਸੀਂ ਕਨਵਿੰਸ ਕਰ ਸਕੀਏ, ਮੇਕ ਸ਼ੋਰ ਕਰ ਸਕੀਏ ਕਿ ਜਦੋਂ ਸਪਟੈਂਬਰ ਦੇ ਵਿੱਚ ਪਾਰਲੀਮੈਂਟ ਬੈਕ ਆਉਂਦੀ ਹੈਗੀ ਆ ਤਾਂ ਜਿਹੜਾ ਹੈਗਾ ਇਹ ਨਾਂ ਜਿਹੜਾ ਬਦਲ ਕੇ ਕਾਮਾਗਾਟਾ ਮਾਰੂ ਉਹੀ ਥਾਂ 'ਤੇ ਜਿਹੜਾ ਹੈ ਉਹ ਗੁਰੂ ਨਾਨਕ ਜਹਾਜ਼ ਰੱਖਿਆ ਜਾਵੇ।
ਧੰਨਵਾਦ ਜੀ, ਬਹੁਤ ਸ਼ੁਕਰੀਆ। ਜੀ ਮੈਂ ਹੁਣ ਗੁਜ਼ਾਰਿਸ਼ ਕਰਾਂਗਾ, ਹਾਂਜੀ ਤੁਸੀਂ ਬੈਠ ਸਕਦੇ ਹੋ, ਸ਼ੁਕਰੀਆ। ਦਰਅਸਲ ਇਹ ਤੁਹਾਡੇ ਵਾਸਤੇ ਹੈ ਜੀ, ਕਿਤਾਬ ਖੋਲ੍ਹਣ ਵਾਸਤੇ ਤੁਹਾਡੇ ਵਾਸਤੇ ਇੱਕ ਸਤਿਕਾਰ ਹੈ, ਇਹ ਰਿਸਪੈਕਟ ਦਾ ਹੈ, ਬਿਲਕੁਲ ਬਹੁਤ ਧੰਨਵਾਦ। ਅਤੇ ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਗੁਰਦੁਆਰਾ ਇੰਸਟੀਟਿਊਸ਼ਨਸ, ਅਕਾਲੀ ਸਿੰਘ ਗੁਰਦੁਆਰਾ ਸਾਹਿਬ ਦੇ ਸਾਡੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਅਤੇ ਪ੍ਰਬੰਧਕੀ ਕਮੇਟੀ, ਉਹ ਮਿਹਰਬਾਨੀ ਕਰਕੇ ਸਟੇਜ 'ਤੇ ਆਵੇ ਜਿਨ੍ਹਾਂ ਨੇ ਅਰਦਾਸ ਕੀਤੀ ਸੀ। ਸੋ ਉਹਨਾਂ ਨੂੰ ਬੇਨਤੀ ਹੈ, ਇਸੇ ਤਰ੍ਹਾਂ ਖਾਲਸਾ ਦਰਬਾਰ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਇਹ ਸਾਰਾ ਯਤਨ ਹੋ ਰਿਹਾ, ਉਹਨਾਂ ਦੇ ਨੁਮਾਇੰਦੇ ਇੱਥੇ ਆਉਣ, ਉਹਨਾਂ ਨੂੰ ਬੇਨਤੀ ਹੈ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਜਿਨ੍ਹਾਂ ਨੇ ਬਹੁਤ ਵਡਮੁੱਲੀ ਸੇਵਾ ਕੀਤੀ ਹੈ, ਸਾਰੇ ਪ੍ਰਬੰਧ ਦੀ ਸਾਡੇ ਸਤਿਕਾਰਯੋਗ ਭਾਈ ਗੁਰਮੀਤ ਸਿੰਘ ਜੀ ਅਤੇ ਸਹਿਯੋਗੀ ਮੌਜੂਦ ਨੇ, ਉਹਨਾਂ ਨੂੰ ਬੇਨਤੀ ਹੈ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਉਹਨਾਂ ਨੂੰ ਗੁਜ਼ਾਰਿਸ਼ ਹੈ, ਭਾਈ ਸਾਹਿਬ ਗਿਆਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਸਹਿਯੋਗੀ ਨੇ ਅਤੇ ਸਪੋਕਸਮੈਨ ਸਾਡੇ ਬੀਸੀ ਗੁਰਦੁਆਰਾ ਐਸੋਸੀਏਸ਼ਨ ਦੇ ਮਨਿੰਦਰ ਸਿੰਘ ਗੋਇਲ ਸਾਡੇ ਮਾਨਯੋਗ, ਉਹਨਾਂ ਨੂੰ ਬੇਨਤੀ ਹੈ। ਇਸੇ ਤਰ੍ਹਾਂ ਰਿਚਮੈਂਡ ਤੋਂ ਗੁਰੂ ਨਾਨਕ ਨਿਵਾਸ ਗੁਰਦੁਆਰਾ ਸਾਹਿਬ ਸਾਡੇ ਸਤਿਕਾਰਯੋਗ ਬਲਵੰਤ ਸਿੰਘ ਜੀ ਸੰਘੇੜਾ, ਉਹ ਮੌਜੂਦ ਨੇ, ਅਤੇ ਇਹ ਨਾਲੋ ਨਾਲ ਪੰਜਾਬੀ ਲੈਂਗੁਏਜ ਐਸੋਸੀਏਸ਼ਨ ਦੇ ਵੀ ਨੇ, ਕਿਉਂਕਿ ਜਹਾਜ਼ ਸ਼ਬਦ, ਮੈਂ ਇੱਕ ਗੱਲ ਬੜੀ ਸੋਹਣੀ ਸੁਖ ਧਾਲੀਵਾਲ ਹੋਰਾਂ ਨੇ ਕਹੀ ਹੈ ਕਿ ਇਤਿਹਾਸ ਜਿਹੜਾ ਰੱਖਿਓ ਸਾਹਮਣੇ ਤਾਂ ਕਿ ਫੈਕਟਸ ਹੋਣ, ਅਤੇ ਯਕੀਨ ਨਾਲ ਇੱਕ ਗੱਲ ਇਸ ਥਾਂ 'ਤੇ ਜਿੱਥੇ ਬਾਬਾ ਗੁਰਦਿੱਤ ਸਿੰਘ ਜੀ ਅਤੇ ਉਹਨਾਂ ਦੇ ਨੁਮਾਇੰਦਿਆਂ ਦੀਆਂ ਤਸਵੀਰਾਂ ਲੱਗੀਆਂ ਨੇ, ਅਸੀਂ ਇਤਿਹਾਸ ਦੇ ਤੱਥ ਤੋਂ ਬਿਨਾਂ ਗੱਲ ਹੀ ਨਹੀਂ ਕਰ ਰਹੇ, ਅਤੇ ਅਸੀਂ ਇਸ ਸਟੇਜ 'ਤੇ ਵਿਦ ਡਿਊ ਰਿਸਪੈਕਟ ਉਹਨਾਂ ਸਾਰਿਆਂ ਨੂੰ ਸਤਿਕਾਰ ਸਹਿਤ ਸੱਦਾ ਦਿੰਦੇ ਹਾਂ ਕਿ ਜਿਹੜੇ ਕਹਿੰਦੇ ਨੇ ਕਿ ਸ਼ਾਇਦ ਇਹਨਾਂ ਦੇ ਮਨ 'ਚ ਜਜ਼ਬਾ ਆਇਆ ਸਵੇਰ ਨੂੰ ਉੱਠੇ ਅਤੇ ਇਹਨਾਂ ਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਲਫ਼ਜ਼ ਵਰਤ ਦਿੱਤਾ, ਇਹ ਗੱਲ ਨਹੀਂ ਹੈ। ਇਹ ਗੱਲ ਗਲਤ ਜਿਹੜੀ ਹੋਈ ਹੈ ਉਸ ਨੂੰ ਕਿਹਾ ਗਿਆ, ਇਹਦੇ ਵਿੱਚ ਕਸੂਰ ਉਹ ਨਹੀਂ ਜਿਨ੍ਹਾਂ ਨੇ ਮਾਫ਼ੀ ਮੰਗੀ ਹੈ, ਉਹਨਾਂ ਨੇ ਬਹੁਤ ਚੰਗਾ ਕੀਤਾ, ਕਸੂਰ ਸਾਡਾ ਕਿ ਅਸੀਂ ਉਹਨਾਂ ਨੂੰ ਪਰੋਸ ਕੇ ਕੀ ਦਿੱਤਾ, ਸਾਨੂੰ ਇਤਿਹਾਸਕਾਰਾਂ ਨੂੰ ਕੀ ਚਾਹੀਦਾ ਸੀ। ਅਤੇ ਗੁਰਪ੍ਰੀਤ ਸਿੰਘ ਮੇਰੇ ਵੀਰ, ਇੱਕ ਗੱਲ ਉਹਨਾਂ ਨੇ ਬੜੀ ਸੋਹਣੀ ਕਹੀ ਸੀ, ਕਹਿੰਦੇ ਜੇ ਗੁਰੂ ਨਾਨਕ ਜਹਾਜ਼ ਦੇ ਨਾਂ ਨੂੰ ਪਹਿਲਾਂ ਵਰਤਿਆ ਜਾਂਦਾ ਤਾਂ ਸ਼ਾਇਦ ਮਾਫ਼ੀ ਕਿੰਨਾ ਚਿਰ ਪਹਿਲਾਂ ਹੋ ਚੁੱਕੀ ਹੁੰਦੀ। ਇਹ ਫੈਕਟ ਹੈ, ਕਿਉਂ ਅਸੀਂ ਬਾਬੇ ਨਾਨਕ ਦੇ ਨਾਲ ਵੀ ਧਰੋ ਕਮਾਇਆ, ਮੈਂ ਇਸ ਗੱਲ ਨੂੰ ਵਿਦ ਡਿਊ ਰਿਸਪੈਕਟ ਕਹਿ ਰਿਹਾ ਕਿ ਜਾਣ ਬੁੱਝ ਕੇ ਅਸੀਂ ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ, ਸਾਡੀ ਜ਼ੁਬਾਨ 'ਤੇ ਚੜ੍ਹਿਆ ਜੀ, ਜ਼ੁਬਾਨ 'ਤੇ ਇੱਕ ਜਪਾਨੀ ਨਾਂ ਤਾਂ ਚੜ੍ਹ ਸਕਦਾ, ਸਿੱਧਾ ਸਾਦਾ ਗੁਰੂ ਨਾਨਕ ਸ਼ਬਦ ਨਹੀਂ ਚੜ੍ਹ ਸਕਦਾ। ਕਿਉਂ? ਜਹਾਜ਼ ਸ਼ਬਦ, ਮੈਂ ਪੰਜਾਬੀ ਦੀ ਗੱਲ ਕਰ ਰਿਹਾ ਸੀ, ਸ਼ਿਪ ਨੂੰ ਜਰਮਨ ਜਿਹੜੀ ਜਪਾਨੀ ਦੇ ਵਿੱਚ ਮਾਰੂ ਕਹਿੰਦੇ ਨੇ, ਪਰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ? ਜਹਾਜ਼। ਅਤੇ ਉਹਨਾਂ ਨੇ ਸ਼ਿਪ ਨਹੀਂ ਵਰਤਿਆ, ਜਹਾਜ਼ ਸ਼ਬਦ ਵਰਤਿਆ, ਗੁਰੂ ਨਾਨਕ ਜਹਾਜ਼। ਕੰਪਨੀ 1914 'ਚ ਰਜਿਸਟਰ ਕਰਾਈ, 1914 ਜਨਵਰੀ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਨੇ ਕਲਕੱਤਾ ਦੇ ਵਿੱਚ ਕੰਪਨੀ ਰਜਿਸਟਰ ਕਰਾਈ। ਇਹ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਨੇ, ਕਿਤਾਬ ਰਿਲੀਜ਼ ਹੋਣੀ ਹੈ ਇਸ ਕਿਤਾਬ ਦੇ ਵਿੱਚੋਂ ਨੇ, ਅਤੇ ਲਿਖੀ ਕਿਸੇ ਮੇਰੇ ਵਰਗੇ ਦੀ ਨਹੀਂ, ਲਿਖੀ ਬਾਬਾ ਗੁਰਦਿੱਤ ਸਿੰਘ ਜੀ ਦੀ ਖੁਦ ਹੈ। ਅੱਜ ਇਸ ਥਾਂ 'ਤੇ ਜਿੱਥੋਂ ਅੱਜ ਤੋਂ 110 ਸਾਲ ਪਹਿਲਾਂ ਬਾਬਾ ਗੁਰਦਿੱਤ ਸਿੰਘ ਅਤੇ ਸਾਰੇ ਮੁਸਾਫਰਾਂ ਨੂੰ ਮੋੜਿਆ ਗਿਆ ਸੀ, ਅੱਜ ਆਪਣਾ ਇਤਿਹਾਸ ਸਹੀ ਥਾਂ 'ਤੇ ਲਿਆਉਣ ਲਈ ਗੁਰਵਿੰਦਰ ਸਿੰਘ ਜਾਂ ਕੋਈ ਹੋਰ ਨਹੀਂ ਬੋਲ ਰਿਹਾ, ਬਾਬਾ ਗੁਰਦਿੱਤ ਸਿੰਘ ਇੱਥੋਂ ਖੁਦ ਬੋਲ ਰਹੇ ਨੇ, ਅਤੇ ਸਾਨੂੰ ਕਹਿ ਰਹੇ ਨੇ ਭਾਈ ਅਸੀਂ ਕਮਲੇ ਨਹੀਂ ਸੀ ਜਿਨ੍ਹਾਂ ਨੇ ਇਹਦਾ ਨਾਮਕਰਨ ਕੀਤਾ, ਇਤਿਹਾਸ ਨੂੰ ਇੱਕ ਖਾਸ ਡਾਇਰੈਕਸ਼ਨ ਦੇਣੀ ਸੀ, ਕਿਉਂਕਿ ਐਸ ਆਈ ਮੈਂਸ਼ਨ ਕਿ ਡਾਕਟਰ ਹਿਊ ਜੈਨਸਟਨ ਨੇ ਕਿਹਾ, ਵਿਦ ਦਾ ਸੈਂਸ ਆਫ ਮਿਸ਼ਨ, ਵਿਦ ਦਾ ਸੈਂਸ ਆਫ ਮਿਸ਼ਨ ਦੇ ਕਾਲਡ ਦਾ ਸ਼ਿਪ ਗੁਰੂ ਨਾਨਕ ਜਹਾਜ਼ ਆਫਟਰ ਦਾ ਫਸਟ ਸਿੱਖ ਗੁਰੂ, ਇਹ ਉਹਨਾਂ ਦੀ ਲਾਈਨ ਹੈ। 75ਵੀਂ ਵਰੇ ਗੰਢ 'ਤੇ ਪ੍ਰਬੰਧਕ ਬੈਠੇ ਨੇ,
ਦਸ਼ਮੇਸ਼ ਦਰਬਾਰ ਦੇ ਅੱਜ ਕੱਲ੍ਹ ਪ੍ਰਬੰਧਕ ਨੇ ਉਦੋਂ ਖਾਲਸਾ ਦੀਵਾਨ ਸੁਸਾਇਟੀ ਦੇ ਸਨ, ਜਗਤਾਰ ਸਿੰਘ ਜੀ, ਗੁਰਨੇਕ ਸਿੰਘ ਬਰਾੜ ਐਮਸਪੋਰਟ ਤੋਂ ਸਨ, ਖਾਲਸਾ ਦੀਵਾਨ ਸੁਸਾਇਟੀ ਦੇ ਨਿਊ ਵੈਸਟ ਤੋਂ ਸਨ, ਇਸੇ ਤਰ੍ਹਾਂ ਜੋ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਰੋ ਸਟਰੀਟ ਤੋਂ ਪੰਜੇ ਗੁਰਦੁਆਰਿਆਂ ਨੇ 75ਵੀਂ ਵਰ੍ਹੇਗੰਢ 'ਤੇ ਇਹ ਪ੍ਰੋਕਲੇਮੇਸ਼ਨ ਦੇ ਵਿੱਚ ਸ਼ਾਮਲ ਹੋ ਕੇ ਹਾਜ਼ਰੀ ਲਵਾਈ ਸੀ। ਸੋ ਇਹ ਬੇਨਤੀ ਤਾਂ ਕੀਤੀ ਹੈ, ਸੋ ਅਸੀਂ ਉਹਨਾਂ ਸਾਰੀਆਂ ਗੁਰਦੁਆਰਾ ਸੰਸਥਾਵਾਂ ਨੂੰ ਤਾਂ ਸੱਦ ਰਹੇ ਹਾਂ ਕਿ ਆਉਂਦੇ ਸਮੇਂ ਤੁਸੀਂ ਵੀ ਆਪਣੇ ਜਿਹੜੇ ਬੋਰਡਸ ਲੱਗੇ ਨੇ, ਇਨਫੋਰਮੇਸ਼ਨ ਹੈ, ਉੱਥੇ ਇਹ ਕਰੈਕਟ ਕਰੋ, ਸੁਧਾਰੋ, ਸਹੀ ਲਿਖੋ, ਤਾਂ ਕਿ ਅਗਲੀ ਪੀੜ੍ਹੀ ਨੂੰ ਹੈਰਾਨੀ ਨਾ ਹੋਵੇ ਜਦੋਂ ਕੋਈ ਪੁੱਛੇ ਕਿ ਕਾਮਾਗਾਟਾ ਮਾਰੂ ਕੀ ਹੈ। ਉਹਨਾਂ ਨੂੰ ਸਭ ਨੂੰ ਪਤਾ, ਤੁਸੀਂ ਦੁਬਾਰਾ ਦੂਜਾ ਸਵਾਲ ਕਰਿਓ ਆਪਣੇ ਆਪ ਨੂੰ ਜਾਂ ਬੱਚਿਆਂ ਨੂੰ। ਅਸੀਂ ਜਦੋਂ ਸਾਨੂੰ ਪੁੱਛਿਆ ਜਾਂਦਾ ਕਿ ਗੁਰੂ ਨਾਨਕ ਜਹਾਜ਼ ਕੀ ਹੈ, ਉਹ ਕਹਿੰਦਾ ਇਹ ਕੋਈ ਹੋਇਆ, ਇਹ ਵੀ ਸੀ, ਇਹ ਜਦਕਿ ਫੈਕਟ ਹੈ। ਸੋ ਇਸ ਕਰਕੇ ਇਹਨਾਂ ਗੁਰਦੁਆਰਾ ਸੰਸਥਾਵਾਂ ਨੂੰ ਬੇਨਤੀ ਹੈ, ਸਾਰੇ ਸਟੇਜ 'ਤੇ ਆਉਣਗੇ ਇੱਕ ਵਾਰ ਇਸ ਮੰਚ 'ਤੇ, ਜਿਨ੍ਹਾਂ ਦਾ ਸਹਿਯੋਗ ਹੋਇਆ, ਮੈਂ ਸਾਰਿਆਂ ਦਾ ਜਿਨ੍ਹਾਂ ਦਾ ਨਾਮ ਬੋਲਿਆ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆ ਜਾਣ ਗੁਰਦੁਆਰਾ ਸਾਹਿਬ ਸੰਸਥਾਵਾਂ ਦੇ ਨੁਮਾਇੰਦੇ। ਸੋ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹੋਏ, ਬਲਵੰਤ ਸਿੰਘ ਜੀ ਸੰਘੇੜਾ, ਅਕਾਲੀ ਸਿੰਘ ਸੁਸਾਇਟੀ, ਦਸ਼ਮੇਸ਼ ਦਰਬਾਰ, ਗੁਰੂ ਨਾਨਕ ਗੁਰਦੁਆਰਾ ਸਾਹਿਬ, ਇਸੇ ਤਰ੍ਹਾਂ ਸਾਡੇ ਜਿਹੜੇ ਸਪੋਕਸਮੈਨ ਇਹਨਾਂ ਸਾਰੀਆਂ ਸੰਸਥਾਵਾਂ ਦੇ ਨੇ, ਮਨਿੰਦਰ ਸਿੰਘ ਜੀ ਬੋਇਲ ਗੁਰਦੁਆਰਾ ਸੰਸਥਾ ਦੇ। ਸੋ ਇਸੇ ਤਰ੍ਹਾਂ ਸਾਡੇ ਕੋਲ ਗੁਰਦੁਆਰਾ ਸਾਹਿਬ 140 ਸਟਰੀਟ 'ਤੇ ਸਾਰੇ ਬਰੁੱਕ ਸਾਈਡ ਗੁਰਦੁਆਰਾ ਦੇ ਸੇਵਾਦਾਰ ਜੁੱਬਲ ਸਾਹਿਬ ਖੁਦ ਉਸ ਦੇ ਵਿੱਚ ਸਨ ਸ਼ਾਮਿਲ। ਮੈਨੂੰ ਯਾਦ ਹੈ ਕਿ ਉਹ ਜਿਹੜੀ ਮੈਂ ਤਸਵੀਰ ਦੇਖੀ ਇੱਥੇ ਸਾਡੇ ਵਿੱਚ ਬੈਠੇ ਨੇ, ਉਹਨਾਂ ਨੂੰ ਵੀ ਬੇਨਤੀ ਹੈ, ਉਹ ਵੀ ਆਉਣਗੇ। ਅਤੇ ਮਾਫ ਕਰਨਾ ਮੇਰੇ ਕੋਲੋਂ ਜੇ ਕਿਸੇ ਗੁਰਦੁਆਰਾ ਸੰਸਥਾ ਦਾ ਨਾਮ ਰਹਿ ਗਿਆ, ਕਿਉਂਕਿ ਮੈਂ ਜ਼ੁਬਾਨੀ ਬੋਲ ਰਿਹਾ, ਲਿਖੇ ਹੋਏ ਨੋਟਸ ਇੱਕ ਪਾਸੇ ਨੇ, ਉਹ ਆ ਜਾਓ। ਅਤੇ ਕੋਈ ਵੀ ਸੰਸਥਾ ਹੋਰ ਬੈਠੀ ਹੈ, ਐਬਸਪੋਰਟ ਸਰੀ, ਵੈਨਕੂਵਰ, ਇੰਟੀਰੀਅਰ BC, ਉਹ ਸਾਰੇ ਆ ਕੇ ਇੱਕ ਵਾਰ ਜਿਹੜਾ ਹੈ ਇਹ ਸਾਂਝੀ ਤਸਵੀਰ ਜਿਹੜੀ ਹੈ। ਗੁਰਦੁਆਰਾ ਬੰਦਾ ਸਿੰਘ ਬਹਾਦਰ ਐਬਸਪੋਰਟ, ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਸਪੋਰਟ, ਪਲੀਜ਼ ਉਹ ਵੀ ਆਉਣਗੇ, ਆ ਕੇ ਸ਼ਿਰਕਤ ਕਰਨਗੇ, ਇੱਕ ਸਾਂਝੀ ਤਸਵੀਰ ਹੋਏਗੀ। ਸੋ ਇਹ ਸਾਰੇ ਜਿਹੜੇ ਸਾਡੇ ਨੁਮਾਇੰਦੇ ਨੇ, ਇਹਨਾਂ ਨੂੰ ਇਸ ਕਰਕੇ ਗੁਜ਼ਾਰਿਸ਼ ਹੈ, ਸੋ ਸਿਰਫ ਅਤੇ ਸਿਰਫ ਮੈਂ ਇੱਕੋ ਹੀ ਗੁਜ਼ਾਰਿਸ਼ ਕਰਾਂਗਾ, ਬਹੁਤ ਜ਼ਿਆਦਾ ਸੰਖੇਪ ਸਮਾਂ, ਸਿਰਫ ਇੱਕ ਇੱਕ ਮਿੰਟ ਬੇਨਤੀ ਹੈ, ਇੱਕ ਮਿੰਟ ਵਾਸਤੇ, ਕਿ ਜੋ ਇਹ ਗੱਲਬਾਤ ਹੈ ਤੁਸੀਂ ਇਹਨੂੰ ਪ੍ਰੋੜਤਾ, ਜਿਸ ਤਰ੍ਹਾਂ ਧਾਲੀਵਾਲ ਸਾਹਿਬ ਰਚਨਾ ਸਿੰਘ ਜੈਸੁਰਾ ਨੇ ਬਹੁਤ ਖੂਬਸੂਰਤ ਸ਼ਬਦਾਂ 'ਚ ਕਿਹਾ, ਤੁਸੀਂ ਇਹ ਪ੍ਰੋੜਤਾ ਕਰਦੇ ਹੋ ਕਿ ਹਾਂਜੀ ਅੱਜ ਤੋਂ ਬਾਅਦ ਅਸੀਂ ਇਹ ਗੁਰੂ ਨਾਨਕ ਜਹਾਜ਼ ਘੱਟੋ ਘੱਟ ਆਪਣੀਆਂ ਸੰਸਥਾਵਾਂ 'ਤੇ, ਆਪਣੇ ਕੈਲੰਡਰ, ਆਪਣੀ ਜਾਣਕਾਰੀ 'ਚ ਦੇਵਾਂਗੇ। ਸੋ ਇੱਕ ਇੱਕ ਮਿੰਟ ਦੇ ਵਿੱਚ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੋ ਪ੍ਰੋਫੈਸਰ ਸਾਹਿਬ ਉਹਨਾਂ ਨੇ ਕਿਹਾ ਹੈ, ਇਹ ਸਾਡਾ ਨਿੱਜੀ ਫਰਜ਼ ਬਣਦਾ ਹੈ ਅਤੇ ਅਸੀਂ ਇਹਦੇ ਉੱਤੇ ਪੂਰਾ ਕੰਮ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੋ ਅੱਜ ਦਾ ਸਮਾਗਮ ਹੈ, ਇਹਨਾਂ ਔਰਗੇਨਾਈਜ਼ਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਇਹਨਾਂ ਦਾ ਕੱਲਿਆਂ ਦਾ ਪ੍ਰੋਗਰਾਮ ਹੀ ਸਾਰੀ ਕੌਮ ਦਾ ਹੈ। ਸੋ ਜੇ ਇਹਨਾਂ ਨੇ ਜੋ ਕੁਛ ਵੀ ਆਪ ਸਾਨੂੰ ਦੱਸਿਆ ਹੈ, ਰਿਪੀਟ ਨਹੀਂ ਕਰਨਾ, ਜੋ ਸਦਾਈ ਹੋਈ ਹੈ, ਅਸੀਂ ਆਪਣੀ ਸਟੇਜਾਂ ਤੋਂ, ਮੈਂ ਸਿੰਘ ਸਭਾ ਨਾਲ ਬੋਲਦਾ ਹਾਂ, ਇਹ ਜ਼ਰੂਰ ਅਸੀਂ ਹਰ ਹਫ਼ਤੇ ਇਸ ਨੂੰ ਸਟੇਜ ਦੇ ਉੱਤੋਂ ਸੰਗਤਾਂ ਨੂੰ ਦਰਸਾਉਂਦੇ ਰਹਾਂਗੇ। ਔਰ ਜਿੱਥੇ ਕਿਤੇ ਸਾਡੇ ਲਿਖਤ ਵੀ ਆਇਆ ਹੈ, ਉੱਥੇ ਵੀ ਅਸੀਂ ਇਹ ਪੰਫਲੇਟ ਜੁੜੇ ਹੈ ਉਹਨਾਂ ਨੂੰ ਦਰੁਸਤ ਕਰਾਂਗੇ। ਸੋ ਇਹ ਸਾਡਾ ਫਰਜ਼ ਬਣਦਾ ਹੈ। ਬਾਕੀ ਇੱਕ ਮੈਂ ਜ਼ਰੂਰ ਗੱਲ ਕਹਿਣੀ ਚਾਹੁੰਦਾ ਵੀ ਸੱਜਣੋ, ਜਿੱਦਾਂ ਅਸੀਂ ਆਪਣੇ ਭਵਿੱਖ ਵਾਸਤੇ ਇੱਥੇ ਆਏ ਸੀ, ਉਹ ਬਜ਼ੁਰਗ ਵੀ ਇੱਦਾਂ ਹੀ ਆਏ ਸੀਗੇ।
ਅੱਜ ਅਸੀਂ ਉਹ ਆਹ ਹੀ ਥਾਂ ਆ। ਇਮੈਜਿਨ ਕਰੋ ਜੇ ਲੋਕ ਮੋੜਿਆ ਹੋਊਗਾ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ। ਪਰ ਚੜ੍ਹਦੀ ਕਲਾ 'ਚ ਰਹੇ, ਅਸੀਂ ਵੀ ਚੜ੍ਹਦੀ ਕਲਾ 'ਚ ਰਹਿਣਾ ਅਤੇ ਅਸੀਂ ਇਹ ਕਿਸੇ ਨੂੰ ਵਿਰੋਧਤਾ ਦੇ ਨਾਲ ਨਹੀਂ, ਅਸੀਂ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਹੈ ਇਹ ਦੁਨੀਆ ਤੱਕ ਪਹੁੰਚਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਮੈਨੇਜਮੈਂਟ ਕਮੇਟੀ ਵੱਲੋਂ ਧਾਲੀਵਾਲ ਸਾਹਿਬ ਮੈਂ ਤੁਹਾਨੂੰ ਵਧਾਈ ਦਿੰਦਾ, ਔਰ ਸਾਡੇ ਅਸੀਂ ਤੁਹਾਡੇ ਨਾਲ ਡਟ ਕੇ ਖੜ੍ਹੇ ਹਾਂ, ਸਾਡਾ ਪੂਰਾ ਸਾਥ ਤੁਹਾਡੇ ਨਾਲ। ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਜਿੰਨੇ ਵੀ ਔਰਗਨਾਈਜ਼ਰ ਹੈ ਇਹਨੂੰ ਬਹੁਤ ਵਧਾਈ ਪੇਸ਼ ਕਰਦਾ ਹਾਂ। ਦੂਜਾ, ਜਿਸ ਤਰ੍ਹਾਂ ਕਹਿ ਰਹੇ ਸੀ ਧਾਲੀਵਾਲ ਹੁਣੀ ਵੀ ਕਹਿ ਰਹੇ ਸੀ ਵੀ ਉਹ ਪਰੂਫ ਚਾਹੀਦਾ ਇਹਦਾ ਪਿੱਛੇ, ਹੈ ਨਾ, ਜਿਹੜੇ ਸਾਨੂੰ ਬੈਕਗਰਾਊਂਡ ਠੀਕ ਚਾਹੀਦੀ ਹੈ ਤਾਂ ਕਿ ਬਾਕੀਆਂ ਨੂੰ ਦੱਸ ਸਕੀਏ। ਮੈਂ ਦੋ ਚਾਰ ਅੱਖਰ ਕਹਿਣੇ ਚਾਹੁੰਦਾ ਹਾਂ ਵੀ ਇੱਕ ਤਾਂ ਇਹ ਆ, ਜਦੋਂ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਇਹ ਪੰਥ ਚਲਾਇਆ, ਸਿੱਖ ਧਰਮ ਸ਼ੁਰੂ ਚਾਇਆ, ਆਮ ਤੁਸੀਂ ਢਾਡੀ ਜਾਂ ਸੰਗਤਾਂ ਤੋਂ ਗਾਉਂਦੇ ਹੁੰਦੇ ਸੀ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆ ਜੋ ਜਿਹਨੇ ਪਾਰ ਲੰਘਣਾ, ਇਹ ਆਮ ਇਹ ਧਾਰਨਾ ਹੁੰਦੀ ਸੀ ਸਾਡੇ ਪਿੰਡਾਂ ਦੇ ਵਿੱਚ। ਹੁਣ ਜਿਸ ਵੇਲੇ ਬਾਬਾ ਗੁਰਦਾਸ ਸਿੰਘ ਉਹਨਾਂ ਨੇ ਜਪਾਨੀਆਂ ਤੋਂ ਇਹ ਜਹਾਜ਼ ਖਰੀਦ ਲਿਆ, ਕਾਮਾ ਗੇਟਾ ਮਹਿਰੂ ਸਾਹਿਬ ਨੇ ਪਤਾ ਲਿਖਾ ਲਿਆ, ਉਹ ਤਾਂ ਖਰੀਦਿਆ, ਰੈਂਟ ਦੇਣਾ ਸ਼ੁਰੂ ਕਰਤਾ, ਪਰ ਉਸ ਵੇਲੇ ਇਹ ਆਵਾਜ਼ ਬਿਲਕੁਲ ਇਹ ਹੋਊਗੀ ਜਿਹਨੇ ਕੈਨੇਡਾ ਨੂੰ ਜਾਣਾ ਆ, ਆ ਜੋ ਗੁਰੂ ਕਾ ਜਹਾਜ਼ ਆ ਗਿਆ ਅਤੇ ਆ ਜੋ ਜਿਹਨੇ ਕੈਨੇਡਾ ਪਹੁੰਚਣਾ ਆ। ਸੋ ਸਾਨੂੰ ਕੋਈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ, ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸ਼ੁਰੂ ਤੋਂ ਹੀ ਇਹ ਆਮ ਪਿੰਡਾਂ 'ਚ ਅਤੇ ਆਮ ਇੱਦਾਂ ਚੱਲਦੀਆਂ ਵੀ ਗੁਰਾਂ ਨੇ ਜਹਾਜ਼ ਬਣਾਇਆ ਆ ਜੋ ਜਿਹਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ ਸਾਰਿਆਂ ਦਾ ਰਲ ਮਿਲ ਕੇ ਬੜਾ ਚੰਗਾ ਕਦਮ ਹੈ ਅਤੇ ਆਪਾਂ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਵੀ ਸਾਡੀ ਜਿਹੜੀ ਹਿਸਟਰੀ ਹੈ ਉਹਨੂੰ ਪ੍ਰਜਰਵ ਕਰਨ ਵਾਸਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਹ ਆਪਣੀ ਹਿਸਟਰੀ ਨੂੰ ਜਿੰਦਾ ਰੱਖ ਸਕੀਏ। ਇਹ ਬੜਾ ਸ਼ਲਾਘਾਯੋਗ ਹੈ। ਮੈਂ ਗੁਰਵਿੰਦਰ ਸਿੰਘ ਧਾਲੀਵਾਲ ਦਾ ਅਤੇ ਸਮੂਹ ਸਿੱਖ ਸੰਸਥਾਵਾਂ ਦਾ ਜਿਨ੍ਹਾਂ ਨੇ ਇਹ ਵਿੱਚ ਸਹਿਯੋਗ ਦਿੱਤਾ, ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਗੁਰਵਿੰਦਰ ਸਿੰਘ ਧਾਲੀਵਾਲ ਹੋਣਾਂ ਦੇ ਸੱਦੇ ਦੇ ਉੱਤੇ ਜਾਂ ਨੌਜਵਾਨਾਂ ਦੇ ਸੱਦੇ ਦੇ ਉੱਤੇ ਇਹ ਜੋ ਇੱਕ ਹੋਈ ਅਚੂਕ ਨੂੰ ਸੁਧਾਰਨ ਦੇ ਵਾਸਤੇ ਜੋ ਉਸ ਜਹਾਜ਼ ਦਾ ਅਸਲੀ ਨਾਮ ਹੈ ਗੁਰੂ ਨਾਨਕ ਨਾਮ ਜਹਾਜ਼, ਗੁਰੂ ਨਾਨਕ ਜਹਾਜ਼, ਉਹ ਕਰਨ ਦੇ ਵਾਸਤੇ ਕੀਤਾ ਜਾ ਰਿਹਾ ਉਪਰਾਲਾ ਹੈ, ਉਹਦੇ ਵਿੱਚ ਸਹਿਯੋਗ ਦੇਣ ਦੇ ਵਾਸਤੇ ਪਹੁੰਚੇ ਹਾਂ। ਸੋ ਖਾਲਸਾ ਜੀ, ਇਹ ਚੂਕ ਕਿਸੇ ਸਮੇਂ ਹੋਈ, ਉਸ ਸਮੇਂ ਵੀ ਸਤਰਕ ਹੋਣ ਦੀ ਸਾਨੂੰ ਲੋੜ ਸੀ। ਸੋ ਅੱਜ ਫਿਰ ਉਸ ਤਰ੍ਹਾਂ ਦੇ ਹੋਰ ਵੀ ਬਹੁਤ ਯਤਨ ਹੋ ਰਹੇ ਨੇ, ਸੋ ਉਹਨਾਂ ਦੇ ਵਿੱਚ ਵੀ ਸਾਨੂੰ ਸਤਰਕ ਹੋਣ ਦੀ ਲੋੜ ਹੈ। ਇਹ ਨਾ ਹੋਵੇ ਕਿ ਆਉਣ ਵਾਲੇ 100 ਸਾਲ ਬਾਅਦ ਫਿਰ ਅਸੀਂ ਉਹਨੂੰ ਫਿਰ ਦੁਬਾਰਾ ਚੇਂਜ ਕਰਦੇ ਫਿਰੀਏ। ਸੋ ਸਮੇਂ ਸਮੇਂ ਦੇ ਉੱਤੇ ਸਾਨੂੰ ਜਾਗਰਤ ਰਹਿਣਾ ਪਊਗਾ। ਜਿੱਥੇ ਗੁਰਦੁਆਰਿਆਂ ਦਾ ਆਪਣਾ ਜੋ ਕਾਰਜ ਹੈ, ਗੁਰੂ ਘਰਾਂ ਦਾ, ਸੁਸਾਇਟੀਆਂ ਦਾ, ਸੋ ਸਾਰੇ ਹੀ ਜ਼ਿੰਮੇਵਾਰੀ ਨਾਲ ਸਮਝਣ, ਪੱਤਰਕਾਰ ਵਰਗ ਆਪਣਾ ਜ਼ਿੰਮੇਵਾਰੀ ਸਮਝੇ, ਜੋ ਸਾਡੇ ਚੁਣੇ ਹੋਏ ਨੁਮਾਇੰਦੇ ਹਨ ਉਹ ਆਪਣੀ ਜ਼ਿੰਮੇਵਾਰੀ ਸਮਝਣ, ਗੁਰੂ ਘਰਾਂ ਦੀਆਂ ਸੁਸਾਇਟੀਆਂ ਅਤੇ ਸਾਰੀਆਂ ਸੰਸਥਾਵਾਂ ਉਹ ਆਪਣੀ ਜ਼ਿੰਮੇਵਾਰੀ ਸਮਝਣ। ਮੈਂ ਸਮਝਦਾ ਕਿ ਜੇ ਸਮੇਂ ਸਿਰ ਆਪਾਂ ਸਾਰੀਆਂ ਆਪਣੀ ਜ਼ਿੰਮੇਵਾਰੀ ਸਮਝੀਏ ਤਾਂ ਇਹ ਡਿਸਕ੍ਰੀਮੀਨੇਸ਼ਨ ਨਹੀਂ ਹੋ ਸਕਦੀ। ਇਹ ਡਿਸਕ੍ਰੀਮੀਨੇਸ਼ਨ ਅੱਜ ਵੀ ਪੰਜਾਬ ਤੋਂ ਆ ਰਿਹਾ, ਜਿਹੜੇ ਨਵੇਂ ਬੱਚੇ ਨੇ ਸਾਡੇ, ਉਹ ਚਾਹੇ ਭਾਰਤ ਦੇ ਜ਼ਾਲਮ ਸਰਕਾਰ ਤੋਂ ਸਤਾਏ ਹੋਏ ਆ ਰਹੇ ਨੇ ਜਾਂ ਹਾਲਾਤ ਇਹੋ ਜਿਹਾ ਬਣ ਗਿਆ ਕਿ ਉਹ ਆ ਰਹੇ ਨੇ, ਉਹਨਾਂ ਦਾ ਆਪਾਂ ਸਹਿਯੋਗ ਦਈਏ ਇੱਕ ਤਰੀਕੇ ਦੇ ਨਾਲ, ਉਹਨਾਂ ਨੂੰ ਵੀ ਆਪਾਂ
ਜਦੋਂ ਸਹਿਯੋਗ ਨਹੀਂ ਕਰਦੇ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਮੈਨੂੰ ਉਦੋਂ ਹੀ ਲੱਗਣ ਲੱਗ ਪੈਂਦਾ ਵੀ ਇਹਨਾਂ ਦੇ ਨਾਲ ਵੀ ਉਹੀ ਹਾਲਾਤ ਹੋ ਰਹੇ ਆ। ਸੋ ਬਹੁਤ ਹੀ ਧੰਨਵਾਦ ਹੈ ਜਿਹੜੀਆਂ ਸਹਿਰਦ ਰੂਹਾਂ ਇਸ ਕੰਮਾਂ ਵਾਸਤੇ ਲੱਗੀਆਂ ਹੋਈਆਂ ਨੇ, ਚਾਹੇ ਉਹ ਕਲਮਾਂ ਨੇ, ਚਾਹੇ ਉਹ ਨੰਗੇ ਧੜ ਹੋ ਕੇ ਲੱਗੇ ਹੋਏ ਨੌਜਵਾਨ ਸਾਡੇ ਵੀਰ ਨੇ, ਉਹਨਾਂ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ। ਸੋ ਸਾਰੇ ਰਲ ਮਿਲ ਕਰਕੇ ਇਹ ਜੋ ਗੁਰੂ ਕੇ ਬੋਲ ਵਾਲੇ ਦੇ, ਖਾਲਸਾ ਜੀ ਕੇ ਬੋਲ ਵਾਲੇ ਦੇ ਕਾਰਜ ਆ, ਇਹਨਾਂ ਦੇ ਵਿੱਚ ਸਾਰੇ ਡਟ ਕੇ ਲੱਗੀਏ ਤਨੋ ਮਨੋ ਧਨੋ, ਅਤੇ ਬਿਲਕੁਲ ਇਮਾਨਦਾਰੀ ਦੇ ਨਾਲ, ਅਤੇ ਗੁਰੂ ਜ਼ਰੂਰ ਫਤਿਹ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਸਾਰੀਆਂ ਸੁਸਾਇਟੀਆਂ ਦੇ ਸਾਡੇ ਨੁਮਾਇੰਦੇ ਨੌਜਵਾਨ ਵੀਰ ਮਨਿੰਦਰ ਸਿੰਘ ਜੀ ਦੋ ਸ਼ਬਦ ਕਹਿਣ, ਨਿਊਐਸਟ ਗੁਰਦੁਆਰਾ ਸਾਹਿਬ ਸੁੱਖ ਸਾਗਰ ਜਿਨ੍ਹਾਂ ਨੇ ਬਹੁਤ ਸੇਵਾ ਵੀ ਕੀਤੀ ਹੈ ਉਹਨਾਂ ਨੂੰ ਬੇਨਤੀ ਹੈ। ਨਾਲੋ ਨਾਲ ਮੈਂ ਇਸ ਤੋਂ ਪਹਿਲਾਂ ਸਮੂਹ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿੱਥੇ ਪ੍ਰਾਈਮ ਏਸ਼ੀਆ ਤੋਂ ਲਾਈਵ ਹੋ ਰਿਹਾ, ਸਾਂਝਾ ਟੀਵੀ ਤੋਂ ਹੋ ਰਿਹਾ, ਸਰਦਾਰੀ ਚੈਨਲ ਤੋਂ, ਇਸੇ ਤਰੀਕੇ ਨਾਲ ਚੈਨਲ ਪੰਜਾਬੀ ਜਾਂ ਇਸ ਤੋਂ ਇਲਾਵਾ ਰੇਡੀਓ ਸਾਡੇ ਨਾਲ 1550 AM 1600 AM ਰੇਡੀਓ ਪੰਜਾਬ, ਸ਼ੇਰੇ ਪੰਜਾਬ, ਰੈੱਡ FM, ਕਨੈਕਟ FM, ਮੀਡੀਆ ਵੇਵਸ, ਪੱਤਰਕਾਰ, ਅਖਬਾਰ ਸਾਰੇ ਮੌਜੂਦ ਨੇ। ਇੱਕ ਤੋਂ ਇੱਕ ਵੱਧ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਅਤੇ ਮੈਂ ਖਿਮਾ ਮੰਗਦਾ ਕਿਸੇ ਦਾ ਨਾਂ ਰਹਿ ਗਿਆ ਹੋਵੇ, ਤੁਹਾਡਾ ਆਪਣਾ ਪ੍ਰੋਗਰਾਮ ਹੈ, ਮੈਂ ਵੀ ਤੁਹਾਡੇ 'ਚੋਂ ਹੀ ਹਾਂ। ਗੁਰਪ੍ਰੀਤ ਸਿੰਘ, ਬਹੁਤ ਸ਼ੁਕਰੀਆ ਸਪਾਈਸ ਰੇਡੀਓ 1200, ਬਹੁਤ ਵਧੀਆ ਅੱਜ ਇਹਨਾਂ ਨੇ ਪ੍ਰੋਗਰਾਮ ਕੀਤਾ, ਤਹਿ ਦਿਲੋਂ ਧੰਨਵਾਦ। ਨਿਊ ਵੈਸਟ ਮਿਨਿਸਟਰ ਗੁਰਦੁਆਰਾ ਸਾਹਿਬ ਹਰਦੀਪ ਸਿੰਘ ਜੀ, ਬੇਨਤੀ ਹੈ ਇੱਕ ਮਿੰਟ ਵਾਸਤੇ, ਅਤੇ ਉਸ ਤੋਂ ਬਾਅਦ ਅਖੀਰਲੇ ਸਪੀਕਰ ਇਹਨਾਂ ਸਾਡੇ ਗੁਰਦੁਆਰਾ ਸੁਸਾਇਟੀਜ਼ ਦੇ ਵਿੱਚੋਂ ਹੋਣਗੇ ਮਨਿੰਦਰ ਸਿੰਘ ਜੀ। ਅਤੇ ਮੈਂ ਇੱਕ ਬੇਨਤੀ ਕਰਦਾ, ਜੇ ਕੋਈ ਗੁਰਦੁਆਰਾ ਸੰਸਥਾ ਰਹਿ ਗਈ ਹੋਵੇ ਤਾਂ ਬਹੁਤ ਧੰਨਵਾਦ ਸਹਿਤ ਉਹਨਾਂ ਨੂੰ ਜਿਉਂ ਆਖਦੇ ਹਾਂ ਜ਼ਰੂਰ ਆ ਸਕਦੇ ਹੋ, ਵਰਨਾ ਅਸੀਂ ਉਸ ਤੋਂ ਬਾਅਦ ਜਿਹੜੇ ਇੰਟਲੈਕਚੁਅਲ ਆ ਸਾਡੇ ਉਹਨਾਂ ਨੂੰ ਸ਼ਾਮਿਲ ਕਰਾਂਗੇ। ਸੋ ਬੇਨਤੀ ਹੈ ਹਰਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਗੁਰੂ ਨਾਨਕ ਜਹਾਜ਼ ਹੈ, ਸੋ ਮੈਂ ਪੂਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਸ ਟਾਈਮ ਵੀ ਕੋਈ ਵੀ ਆਪਾਂ ਪਾਰਲੀਮੈਂਟ ਦੇ ਵਿੱਚ ਕੁਛ ਵੀ ਪਾਸ ਕਰਦੇ ਹਾਂ, ਸੋ ਉਸ ਤੋਂ ਪਹਿਲਾਂ ਹੋਮਵਰਕ ਜ਼ਰੂਰ ਕਰਨਾ ਚਾਹੀਦਾ ਆ। ਸੋ ਇਸ ਗੁਰੂ ਨਾਨਕ ਜਹਾਜ਼ ਦੇ ਲਈ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਮੋਹਰੇ ਹੋ ਕੇ ਲੱਗੇ ਹੋਏ ਹਨ। ਸੋ ਸਾਡੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਸੁੱਖ ਸਾਗਰ ਇਹਨਾਂ ਦੇ ਨਾਲ ਤਨ ਮਨ ਧਨ ਦੇ ਨਾਲ ਹੈ। ਸੋ ਇਸ ਦੇ ਨਾਲ ਨਾਲ ਆਪਣੇ ਇੱਥੇ ਹੋਰ ਕਾਫੀ ਕੰਮ ਕਰਨ ਵਾਲੇ ਆ। ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਵੀ ਕੋਈ ਨੁਮਾਇੰਦਾ ਅੱਗੇ ਹੋ ਕੇ ਕੰਮ ਕਰਦਾ ਆ, ਪਲੀਜ਼ ਉਹਦਾ ਹੋਮਵਰਕ ਜ਼ਰੂਰ ਪਹਿਲਾਂ ਕਰਕੇ ਜਾਇਆ ਕਰਨ, ਤਾਂ ਜੋ ਇੱਦਾਂ ਦੀਆਂ ਗਲਤੀਆਂ ਦੁਬਾਰਾ ਠੀਕ ਕਰਨ ਨੂੰ ਫਿਰ ਐਨਰਜੀ ਬਹੁਤ ਲੱਗਦੀ ਆ। ਸੋ ਪਿਛਲੇ ਕਾਫੀ ਸਮੇਂ ਦੇ ਵਿੱਚ ਆਪਣੀ ਜੋ ਸਿੱਖ ਕੌਮ ਉਹ ਸੰਘਰਸ਼ ਦੇ ਵਿੱਚੋਂ ਹੀ ਜਾ ਰਹੀ ਆ। ਸੋ ਜੋ ਜਿਹੜੀ ਐਨਰਜੀ ਆ ਸਹੀ ਥਾਂ ਦੇ ਲੱਗਣ ਦੀ ਬਜਾਏ ਉਹ ਸਾਰੀ ਆਲੇ ਦੁਆਲੇ ਲੱਗੀ ਜਾਂਦੀ ਹੈ, ਜਿਸ ਕਰਕੇ ਅਸੀਂ ਕਿਸੇ ਪ੍ਰਾਪਤੀ 'ਤੇ ਨਹੀਂ ਪਹੁੰਚ ਸਕਦੇ। ਸੋ ਮੈਂ ਇਹੀ ਬੇਨਤੀ ਕਰੂੰਗਾ ਸਾਰੀਆਂ ਸੰਗਤਾਂ ਨੂੰ ਜਾਂ ਨੁਮਾਇੰਦਿਆਂ ਨੂੰ, ਜੋ ਵੀ ਕੰਮ ਕਰਦੇ ਆ ਉਸ ਦਾ ਪਹਿਲਾਂ ਪ੍ਰੋਪਰ ਹੋਮਵਰਕ ਕਰਕੇ ਫਿਰ ਉਹ ਕਰਨ। ਸੋ ਗੁਰਦੁਆਰਾ ਸਾਹਿਬ ਤਨ ਮਨ ਧਨ ਦੇ ਨਾਲ ਪੂਰਾ ਸਹਿਯੋਗ ਨਾਲ ਦੇ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੇਨਤੀ ਆਈ ਸੀਗੀ ਕਿ ਇੰਗਲਿਸ਼ ਦੇ ਵਿੱਚ ਜਿੰਨੀ ਵੀ ਗੱਲਬਾਤ ਆ ਆਪਣੇ ਤੌਰ 'ਤੇ ਪੇਸ਼ ਕਰਾਂ। ਸੋ ਆਪ ਜੀ ਵੱਲੋਂ ਲਾਈਕ ਐਜ਼ ਐਨ ਇੱਕ ਤਾਂ ਧੰਨਵਾਦੀ ਹਾਂ ਕਿ ਜਿਹੜੇ ਪ੍ਰਬੰਧਕਾਂ ਨੇ ਇੱਥੇ ਆਣ ਕੇ ਸਭ ਕੁਛ ਜਿਹੜਾ ਆ ਨਾਟ ਓਨਲੀ ਸੈਟਅਪ ਕੀਤਾ ਆ ਪਰ ਇਹਨੂੰ ਅੱਗੇ ਲਿਜਾਣ ਲਈ ਵੀ ਇੱਕ ਉਪਰਾਲਾ ਜਿਹੜਾ ਆ ਸੰਗਤਾਂ ਨੂੰ ਦਿੱਤਾ ਆ। ਉਹਦੇ ਵਿੱਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਅਤੇ ਜਿੰਨੇ ਵੀ ਹੋਰ ਇੱਥੇ ਆਪਣੀਆਂ ਸੰਸਥਾਵਾਂ ਨੇ ਅਸੀਂ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਅਤੇ ਕੀ ਬਰਾਜ਼ਨ ਜਿੰਨਾ ਵੀ ਅਸੀਂ ਸਪੋਰਟ ਕਰ ਸਕਦੇ ਹਾਂ ਇਸ ਕਾਰਜ ਦੇ ਵਿੱਚ ਅਸੀਂ ਨਾਲ ਲੱਗਾਂਗੇ। So I'd like to actually start off with acknowledging that we stand here today on the unceded occupied territories of the Musqueam, Tsleil-Waututh, and Squamish First Nations.
And it's very important to state the state of the land itself. It's occupied and unceded. Because that is the root of a majority of the problems that we see, and that is the root of Guru Nanak Jihad as well. So I wanted to start from there. Reclaiming what we've lost often starts with language. ਕਿ ਬੋਲੀ ਜਿਹੜੀ ਆ ਜੋ ਅਸੀਂ ਗਵਾਇਆ ਆ ਜੋ ਇੱਕ ਰਾਜ ਗਵਾਇਆ ਆ ਸੋਵਰਨਟੀ ਗਵਾਈ ਆ ਭਾਵੇਂ ਅਸੀਂ ਸਿੱਖ ਜਿਹੜੇ ਪੰਜਾਬ ਤੋਂ ਆਏ ਹਾਂ ਅਸੀਂ ਹਾਂ ਚਾਹੇ ਇੱਥੇ ਦੇ ਮੂਲ ਨਿਵਾਸੀ ਲੋਕ ਆ ਬੋਲੀ ਦੇ ਤਹਿਤ ਦੇ ਉੱਤੇ ਬਹੁਤ ਕੁਛ ਜਿਹੜਾ ਆ ਗਵਾਇਆ ਜਾਂਦਾ ਆ ਸਾਡੀ ਬੋਲੀ ਕੌਮਾਗਾਟਾ ਮਰੂ ਨਹੀਂ ਹੈਗੀ ਨਾ ਕਦੀ ਸੀਗੀ ਗੁਰੂ ਨਾਨਕ ਜਹਾਜ਼ ਜਿਹੜਾ ਆ ਉਹ ਸ਼ਬਦ ਜਿਹੜਾ ਆ ਸਾਡਾ ਜਿਹੜਾ ਆ ਉਹ ਇਤਿਹਾਸਕ ਸ਼ਬਦ ਇਕੱਲਾ ਨਹੀਂ ਹੈਗਾ ਉਹ ਇੱਕ ਖੂਨ ਦੇ ਵਿੱਚ ਇਤਿਹਾਸ ਜਿਹੜਾ ਆ ਉਹ ਲਿਖਿਆ ਗਿਆ ਆ ਕਿ ਜਦੋਂ ਇੱਥੋਂ ਸਾਡੇ ਬਾਬੇ ਇੱਥੋਂ ਮੁੜ ਕੇ ਗਏ ਜੋ ਉਹਨਾਂ ਦੇ ਨਾਲ ਉੱਥੇ ਜਾ ਕੇ ਜੋ ਉੱਥੇ ਇੰਡੀਆ ਦੇ ਵਿੱਚ ਬ੍ਰਿਟਿਸ਼ ਆਕੂਪਾਈਡ ਬਾਏ ਦਾ ਕੋਲੋਨਾਈਜ਼ਰ ਇੰਡੀਆ ਦੇ ਵਿੱਚ ਉਹਨਾਂ ਨਾਲ ਹੋਇਆ ਕਤਲੇਆਮ ਹੋਇਆ ਉਹ ਵੀ ਇੱਥੇ ਆਣ ਕੇ ਐਡਰੈਸ ਕਰਨਾ ਚਾਹੀਦਾ ਆ ਸਾਡੇ ਲਈ 110 ਸਾਲ ਬਾਅਦ ਅੱਜ ਜਿਹੜਾ ਰੋਲ ਆ ਵਟ ਇਜ਼ ਅਰ ਰੋਲ 110 ਈਅਰਸ ਲੇਟਰ ਅਰ ਰੋਲ ਇਜ਼ ਟੂ ਇਨਸ਼ੋਰ ਦੈਟ ਦੈਟ ਸੇਮ ਵਾਇਲੈਂਸ ਦੈਟ ਸੇਮ ਡਿਸਕ੍ਰਿਮੀਨੇਸ਼ਨ ਐਂਡ ਰੇਸਿਜ਼ਮ ਇਨਫਲਿਕਟਡ 110 ਈਅਰਸ ਅਗੋ ਡਜ਼ਨਟ ਹੈਪਨ ਅਗੇਨ ਟੂਡੇ Our role is to ensure that this society that we're in today, that we acknowledge the historic wrongs that have happened with the First Nations on this land. Our job is to stand with them in solidarity, not only with tokenism, but with actual action. To look at truth and reconciliation, not only as hollow words, but as to look at them as in practical means of addressing those historical wrongs. I'd like to thank the elder that was spoke here at the very beginning for acknowledging something that is a continuation of genocidal violence that has occurred with the Sikh people for over 75 years, but can be traced back to its colonial roots back in 1849 with the coming of the British into Punjab and colonizing that land, breaking us from Punjabi, from Punjabiyat, from Sikhi, and from our roots in that land, and forcing us to go abroad. In 1914, if Sikhs came to this land, there was a reason they came to this land. Over 100 years later, if our children, an entire generation of Sikh children, are fleeing that land once again, the question must be asked, what are they fleeing from? Immigration policies in this country aren't based alone on who is allowed here or not. If anyone is illegal here, we are all illegal here. Otherwise, we all are on the land of unceded and occupied territories of the First Nations. No white face, no brown face, no black face, no Asian face has more right to this land than any other, and we are all have carrying a settler history here as well. And these things have to be acknowledged in these moments. Finally, I started with reclaiming what's been lost. The reclaiming of this land by the First Nations of this land, their governance on this land, their unceded and occupied territories, is absolutely essential for this country to move forward from its genocidal past and its colonial past. Along with that comes the Sikh path that we have chosen, the genocidal, colonial, and now fascist Indian state continues to occupy Punjab, and the governance of Punjab, Khalistan, has to come back into the hands of Sikhs as well. And that is a collective effort of the Sikh population. Sovereignty has to be discussed in these moments because the underlying root of all of this is sovereignty. To break this away as simply discrimination is not enough. The issue of sovereignty is core to the First Nations of this country, and the issue of sovereignty is core to the Sikh Panth and the Khalsa Panth as well. So at the end, I would like to always say, always remember, apologies and promises of reconciliation and truth are hollow words unless there is actual work
action, implementation, and accountability with those governments and leaders as well. Waheguru Ji Ka Khalsa, Waheguru Ji Ki Fateh. Thank you very much. I request Gurdwara Committee's representative and from Guru Nanak Jahaz representative, Sade Naujawan, Jede Ik Sanman Chin Denge, Sade Vichkar Sesli appoints. She is here and we want to honor her because this land belongs to indigenous people. Yeah, I want to thank you very much, brother, and I learned a lot from you the last gathering you spoke at as well, about the suffering of your community and your own homelands. So I thank you for that, and I really thank the organizers today for honoring their ancestors, and I'm so proud of all the work that everyone has done. You know, I'm an elder now, and I'm getting older, and I'm trying to pass the torch on to the younger people, so I'm so happy to see the young ones stepping forward and doing the work of your to support your ancestors and of your ancestors, OCM. Thank you. Thank you very much. Thank you, Balwant Singh Singhida Ji, Kundan Singh Ji, Kulwinder Singh Bahar Ji, Khalsa Ji, Sade Veer Tut Sahib Te, Gurdwara Sahib, New Westminster, Maninder Singh, Surinder Singh Ji, Gurdwara Brookside, Gurdwara Kalgitar Darbar, Abbasford, Te Khas Taur Te BC Khalsa Darbar, Guru Nanak Gurdwara Sahib, New Westminster, Te Ese Tarah Kalgitar Gurdwara Sahib, Te Baki Societies, Khas Taur Te Akal Academy, Akal Gatka Akhada, Sade Jagjit Singh Ji. ਲਾਸਟ ਦੇ ਵਿੱਚ ਉਦੋਂ ਜਦੋਂ ਕਿ ਇਹਨਾਂ ਬੱਚਿਆਂ ਨੇ ਜਿਨ੍ਹਾਂ ਨੇ ਉਹ ਕੈਨੇਡਾ ਪੜ੍ਹਿਆ ਅਖੀਰ ਤੋਂ ਉਹਨਾਂ ਨੇ ਬਹੁਤ ਵਧੀਆ ਉਹ ਵਿਸ਼ੇਸ਼ ਤੌਰ 'ਤੇ ਸਿੱਖ ਮਾਰਸ਼ਲ ਆਰਟਸ ਦਾ ਪੇਸ਼ ਕਰਨਾ ਪ੍ਰੋਗਰਾਮ ਸੋ ਇਸ ਤੋਂ ਬਾਅਦ ਜਿਹੜੀ ਸਵਾਲ ਜਿਸ ਤਰ੍ਹਾਂ ਧਾਲੀਵਾਲ ਸਾਹਿਬ ਗੱਲ ਕਰ ਰਹੇ ਸਨ ਅਸੀਂ ਉਹ ਕਿਤਾਬ ਜਿਹੜੀ ਆ ਉਹ ਰਿਲੀਜ਼ ਕਰਾਂਗੇ ਕਿਤਾਬ ਰਿਲੀਜ਼ ਦੇ ਵਾਸਤੇ ਮੈਂ ਤੁਹਾਡਾ ਪਹਿਲਾਂ ਤਾਂ ਧੰਨਵਾਦ ਕਰਦਾ ਸਾਰਿਆਂ ਦਾ ਹਾਰਦਿਕ ਸ਼ੁਕਰੀਆ ਜੀ ਤੁਸੀਂ ਸੱਦ ਸਕਦੇ ਹੋ ਥੈਂਕ ਯੂ ਵੈਰੀ ਮੱਚ ਸਾਰੀਆਂ ਸੁਸਾਇਟੀਜ਼ ਲਈ ਇਹ ਗੱਲ ਜ਼ਰੂਰ ਮੈਂ ਕਹਿ ਰਿਹਾ ਕਿ ਇਹ ਪ੍ਰੋਗਰਾਮ ਨਿੱਜੀ ਤੌਰ 'ਤੇ ਮੇਰਾ ਆਪਣਾ ਪ੍ਰੋਗਰਾਮ ਕੋਈ ਨਹੀਂ ਹੈ ਇਹ ਸਾਡੇ ਸਾਰੇ ਵਲੰਟੀਅਰ ਨੇ ਜਿਨ੍ਹਾਂ ਦੇ ਵਿੱਚੋਂ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਸਾਰਿਆਂ ਦੀ ਬੜੀ ਦੇਣ ਹੈ ਸੋ ਉਹਨਾਂ ਸਾਰੇ ਵਲੰਟੀਅਰਸ ਦਾ ਧੰਨਵਾਦ ਹੈ ਉਹਨਾਂ ਲਈ ਤਾੜੀਆਂ ਸੋ ਜਿਹੜੀਆਂ ਕਿਤਾਬਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੇ ਵਿੱਚ ਮੈਂ ਉਹ ਦੋ ਕਿਤਾਬਾਂ ਜਿਹੜੀਆਂ ਨੇ ਉਹਨਾਂ ਵਾਸਤੇ ਸੱਦਾ ਦੇਵਾਂਗਾ ਪਹਿਲਾਂ ਤਾਂ ਸਾਡੇ ਸੰਪਾਦਕ ਜਿਹੜੇ ਨੇ ਡਾਕਟਰ ਗੁਰਦੇਵ ਸਿੰਘ ਸਿੱਧੂ ਉਹ ਸਟੇਜ 'ਤੇ ਆਉਣਗੇ ਗੁਰਦੇਵ ਸਿੰਘ ਜੀ ਸਿੱਧੂ ਇਹ ਕਿਤਾਬਾਂ ਜਿਹੜੀਆਂ ਨੇ ਇਹਨਾਂ ਦੀ ਬੜੀ ਅਹਿਮੀਅਤ ਹੈ ਬੇਸ਼ੱਕ ਇਹਨਾਂ 'ਤੇ ਵਿਸ਼ੇਸ਼ ਚਰਚਾ ਪਿੱਛੇ ਹੋਏਗੀ ਦੁਬਾਰਾ ਸੋ ਮੈਂ ਗੁਜ਼ਾਰਿਸ਼ ਕਰਾਂਗਾ ਨਾਲੋ ਨਾਲ ਇਹਨਾਂ ਦੇ ਰਿਲੀਜ਼ ਲਈ ਡਾਕਟਰ ਪੂਰਨ ਸਿੰਘ ਗਿੱਲ ਸਾਡੇ ਵਿਚਕਾਰ ਇੰਟਲੈਕਚੁਅਲ ਨੇ ਇਸੇ ਤਰ੍ਹਾਂ ਜਗਰੂਪ ਸਿੰਘ ਖੇੜਾ ਮੈਨੂੰ ਪਤਾ ਖੇੜਾ ਸਾਹਿਬ ਜਦੋਂ ਡਾਕਟਰ ਦੀਪਕ ਹੁਰੀ ਆਏ ਤੇ ਉਸ ਵੇਲੇ ਨਾਲ ਹੁੰਦੇ ਸਨ ਹਮੇਸ਼ਾ ਇਸੇ ਤਰ੍ਹਾਂ ਸਾਹਿਤ ਸੰਸਥਾਵਾਂ ਦੇ ਭੁਪਿੰਦਰ ਸਿੰਘ ਮੱਲੀ ਰਚਨਾ ਸਿੰਘ ਹੋਰਾਂ ਨੂੰ ਇੱਕ ਮਿੰਟ ਬੇਨਤੀ ਕਰਾਂਗੇ ਕਿ ਇਹ ਕਿਤਾਬ ਰਿਲੀਜ਼ ਦੇ ਵਿੱਚ ਉਹ ਇੱਕ ਮਿੰਟ ਜ਼ਰੂਰ ਸ਼ਾਮਿਲ ਹੋਣਗੇ ਸਾਡੇ ਮਿਨਿਸਟਰ ਰਚਨਾ ਸਿੰਘ ਅਤੇ ਇਸ ਤਰ੍ਹਾਂ ਹੀ ਸਾਡੇ ਵੀਰ ਸਤਿਕਾਰਯੋਗ ਸੁੱਖ ਧਾਲੀਵਾਲ ਸਾਹਿਬ ਉਹਨਾਂ ਨੂੰ ਗੁਜ਼ਾਰਿਸ਼ ਹੈ ਸਾਡੇ ਵਿਸ਼ੇਸ਼ ਤੌਰ 'ਤੇ ਜਿਨ੍ਹਾਂ ਨੇ ਵਿਚਾਰ ਵੀ ਦੇਣੇ ਹਨ ਰਾਏ ਅਜ਼ੀਜ਼ੁੱਲਾ ਖਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਉਹ ਵੀ ਆਉਣਗੇ ਆ ਕੇ ਇਹ ਜਿਹੜੀਆਂ ਕਿਤਾਬਾਂ ਉਹਨਾਂ ਨੂੰ ਲੋਕ ਅਰਪਣ ਕਰਨਗੇ
ਸਾਡੇ ਸਤਿਕਾਰਯੋਗ ਰਾਏ ਅਜ਼ੀਜ਼ੁੱਲਾ ਖਾਨ ਸਾਹਿਬ। ਸੋ ਮੈਂ ਰਾਜ ਸਿੰਘ ਪੰਡਾਲਪੁਰਾ ਨੂੰ ਬੇਨਤੀ ਕਰਾਂਗਾ ਕਿ ਇਹ ਦੋ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਸਾਂਝਾ ਕੀਤਾ ਜਾਵੇ, ਅਤੇ ਇਸੇ ਤਰ੍ਹਾਂ ਸਾਡੇ ਨੌਜਵਾਨ ਵੀਰ ਜਿਹੜੇ ਹੋਰ ਜਿਨ੍ਹਾਂ ਦੇ ਵਿੱਚੋਂ ਸਾਹਿਤਕਾਰ ਵੀ ਬੈਠੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਸੁਨੀਲ ਹੋਰਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ, ਉਹ ਵੀ ਇੱਥੇ ਸਾਡੇ ਕੋਲ ਨੇ, ਉਹ ਵੀ ਆਉਣ ਇਸ ਵੇਲੇ। ਸੁਨੀਲ ਜੀ ਅਤੇ ਨਾਲ ਹਰਭਜਨ ਸਿੰਘ ਗਿੱਲ ਸਾਡੇ ਵੀਰ ਜਿਹੜੇ ਕਿ ਲਗਾਤਾਰ ਪਿਛਲੇ ਲੰਮੇ ਅਰਸੇ ਤੋਂ ਜਦੋਂ ਤੋਂ ਅਸੀਂ ਦੇਖਿਆ ਇਹ ਡੈਡੀਕੇਸ਼ਨ ਨਾਲ ਚੱਲ ਰਹੇ ਨੇ, ਅਤੇ ਗੁਰਪ੍ਰੀਤ ਸਿੰਘ ਖੁਦ ਰਾਈਟਰ ਨੇ। ਚਲੋ ਜੀ ਧੰਨਵਾਦ। ਸੋ ਕਿਤਾਬਾਂ ਜਿਹੜੀਆਂ ਨੇ, ਇੱਕ ਇੱਕ ਕਿਤਾਬ ਜਿਹੜੀ ਹੈ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਲੋਕ ਅਰਪਿਤ ਕਰਨਗੇ। ਸੋ ਖੋਲ੍ਹੋ ਜੀ ਕਿਤਾਬ, ਸਾਰੇ ਸਾਂਝਾ ਕਰਾਂਗੇ ਇਹਦਾ ਟਾਈਟਲ, ਅਤੇ ਫਿਰ ਇਹ ਕਿਤਾਬ ਪੜ੍ਹ ਕੇ ਖੋਲ੍ਹ ਵੀ ਧਾਲੀਵਾਲ ਸਾਹਿਬ ਰਹੇ ਨੇ ਫੈਕਟਸ, ਤੱਥ ਆ ਜੀ ਸਾਰੇ, ਅਤੇ ਬੜੇ ਵਧੀਆ ਤੱਥ ਆ, ਅਤੇ ਇਹ ਤੁਸੀਂ ਪੜ੍ਹੋਗੇ ਚੰਗਾ ਲੱਗੇਗਾ ਰਚਨਾ ਸਿੰਘ ਜੀ। ਸੋ ਨਾਲ ਹੀ ਜਿਹੜੇ ਡਾਕਟਰ ਪੂਰਨ ਸਿੰਘ ਗਿੱਲ ਜਿਨ੍ਹਾਂ ਨੇ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ 'ਤੇ PhD ਕੀਤੀ ਹੈ, ਡਾਕਟਰੇਟ ਪਹਿਲੀ ਵਾਰ ਜਿਹੜੀ ਇਹਨਾਂ ਨੇ ਰਿਸਰਚ ਕੀਤੀ ਹੈ, ਜ਼ੋਰਦਾਰ ਤਾੜੀਆਂ ਦੇ ਨਾਲ ਇਹ ਕਿਤਾਬਾਂ ਜਿਹੜੀਆਂ ਨੇ ਲੋਕ ਅਰਪਿਤ ਕੀਤੀਆਂ ਜਾਣਗੀਆਂ। ਸੋ ਆਓ ਜੀ ਇੱਧਰ, ਤੁਸੀਂ ਇੱਧਰ ਆ ਜਾਓ। ਸੋ ਇਹ ਕਿਤਾਬਾਂ ਜਿਹੜੀਆਂ ਨੇ, ਇਹਨਾਂ ਕਿਤਾਬਾਂ ਦੇ ਵਿੱਚ ਇਤਿਹਾਸ ਹੈ। ਇਹ ਕਿਤਾਬ ਦਾ ਨਾਂ ਹੈ ਗੁਰੂ ਨਾਨਕ ਜਹਾਜ਼, ਬਾਬਾ ਗੁਰਦਿੱਤ ਸਿੰਘ ਜੀ ਦੀ ਆਟੋਬਾਇਓਗ੍ਰਾਫੀ, ਉਹਨਾਂ ਦੀ ਸਵੈ ਜੀਵਨੀ। 1922 ਦੇ ਵਿੱਚ ਇਹਦੇ 'ਤੇ ਪਾਬੰਦੀ ਲੱਗ ਗਈ ਸੀ, ਉਸ ਤੋਂ ਬਾਅਦ ਲੰਮੇ ਅਰਸੇ ਤੋਂ ਬਾਅਦ ਇਹ ਕਿਤਾਬ ਹੋਣ 'ਚ ਆਈ, ਅਤੇ ਡਾਕਟਰ ਗੁਰਦੇਵ ਸਿੰਘ ਸਿੱਧੂ ਹੋਰਾਂ ਨੂੰ ਇਸ ਗੱਲ ਦੀ ਵਧਾਈ ਜਿਨ੍ਹਾਂ ਨੇ ਲਾਇਬ੍ਰੇਰੀਆਂ 'ਚ ਪਿਛਲੇ 50 ਸਾਲ ਦੇ ਵਿੱਚ ਲਗਾਤਾਰ ਕੰਮ ਕੀਤਾ। ਸੋ ਇਹ ਸਾਡੇ ਨੌਜਵਾਨ 81 ਸਾਲ ਦੀ ਉਮਰ ਦੇ ਨੇ, ਜ਼ੋਰਦਾਰ ਤਾੜੀਆਂ। ਸੋ ਇਹ ਸੰਪਾਦਨ ਕਾਰਜ ਡਾਕਟਰ ਸਾਹਿਬ ਨੇ ਕੀਤਾ, ਸ੍ਰੀ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਸਮਕਾਲੀ ਬਿਰਤਾਂਤ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ। ਇਸ ਦੇ ਪਿੱਛੇ ਗੁਰਭਜਨ ਗਿੱਲ ਹੋਰਾਂ ਦੇ ਵੀ ਸ਼ਬਦ ਨੇ, ਅਤੇ ਇਸ ਦੇ ਵਿੱਚ ਲਖਵਿੰਦਰ ਸਿੰਘ ਜੌਹਲ ਅਤੇ ਹੋਰ ਜਿਹੜੇ ਨੇ ਵਿਦਵਾਨ ਉਹਨਾਂ ਦੇ ਨੇ, ਇਹਨਾਂ ਦੇ ਵਿੱਚ ਸਾਰੇ ਤੱਥ ਵੇਰਵੇ ਜਿਹੜੇ ਆ ਪੇਸ਼ ਕੀਤੇ ਗਏ ਨੇ, ਅਤੇ ਇਹ ਕਿਤਾਬਾਂ ਇਤਿਹਾਸ ਦੀ ਖੋਜ ਨੇ। ਮੈਂ ਇਸ ਵਾਸਤੇ ਇੱਕ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਜਿੰਨੇ ਆਪ ਜੀ ਮੌਜੂਦ ਹੋ, ਬੇਸ਼ੱਕ ਸਾਰਿਆਂ ਨੂੰ ਸ਼ਾਇਦ ਕਿਤਾਬ ਜਿਹੜੀ ਨਾ ਸੰਭਵ ਹੋਵੇ ਹੁਣ ਮਿਲਣ ਦੀ, ਉਸ ਦੀ ਇੱਕ ਸੀਮਤ ਜੀ ਜਿਹੜੀ ਕੀਮਤ ਵੀ ਹੈ, ਪਰ ਉਸ ਤੋਂ ਇਲਾਵਾ ਇਹ ਕਿਤਾਬ ਜਿਹੜੀ ਹੈ ਸਾਰਿਆਂ ਨੂੰ ਚਾਹੀਦੀ ਹੈ, ਉਹ ਜ਼ਰੂਰ ਇਹ ਪੜ੍ਹੇ। ਅਤੇ ਮੈਂ ਗੁਜ਼ਾਰਿਸ਼ ਕਰਾਂਗਾ ਆਪ ਜੀ ਦੀ ਮੌਜੂਦਗੀ ਦੇ ਵਿੱਚ ਹੀ ਕਿ ਦੋ ਸ਼ਬਦ ਸਾਡੇ ਸਤਿਕਾਰਯੋਗ ਡਾਕਟਰ ਗੁਰਦੇਵ ਸਿੰਘ ਜੀ ਸਿੱਧੂ ਸਾਂਝੇ ਕਰਨਗੇ ਜ਼ਰੂਰ ਕਿਤਾਬ ਬਾਰੇ। ਉਹਨਾਂ ਨੂੰ ਬੇਨਤੀ ਹੈ, ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਜਿਹੜਾ ਇਸ ਮੌਕੇ 'ਤੇ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਵੀ ਸੰਕੋਚਾ, ਪਰ ਨਹੀਂ ਡਾਕਟਰ ਸਾਹਿਬ, ਦੋ ਸ਼ਬਦ ਜ਼ਰੂਰ ਸਾਂਝੇ ਕਰੋ। ਬਹੁਤ ਹੀ ਆਦਰਯੋਗ ਸਰੋਤਾ ਜਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਜ਼ਿਆਦਾ ਹੋ ਰਿਹਾ, ਇਸ ਕਰਕੇ ਹੁਕਮ ਹੈ ਕਿ ਮੈਂ ਬਹੁਤੀਆਂ ਗੱਲਾਂ ਨਾ ਕਰਾਂ। ਵੈਸੇ ਬਹੁਤ ਸਾਰੀਆਂ ਗੱਲਾਂ ਹੋ ਵੀ ਚੁੱਕੀਆਂ ਨੇ, ਦੁਹਰਾਉਣ ਦਾ ਕੋਈ ਫਾਇਦਾ ਨਹੀਂ ਹੈ। ਅੱਜ 11 ਦਹਾਕੇ ਪੂਰੇ ਹੋਣ 'ਤੇ ਜਿਹੜਾ ਤੁਸੀਂ ਕਾਰਵਾਈ ਕਰ ਰਹੇ ਹੋ, ਉਹ ਚਾਹੇ ਦੇਰ ਆਏ ਪਰ ਦਰੁਸਤ ਆਏ, ਅੱਛਾ ਹੋਇਆ, ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਸ ਦਾ 100 ਸਾਲਾ ਸ਼ਤਾਬਦੀ ਇਸ ਦੀ ਸੀ, ਇਸ ਜਹਾਜ਼ ਦੀ, 2014 ਦੇ ਵਿੱਚ। ਮੈਂ ਉਦੋਂ ਕਾਮਾਗਾਟਾ ਮਾਰੂ ਬਾਰੇ ਸਰਕਾਰੀ ਰਿਕਾਰਡ ਦੇ ਵਿੱਚੋਂ ਜਿੰਨੀਆਂ ਕਰਸਪੋਂਡੈਂਸ ਸੀ ਉਹ ਸਾਰੀ ਇਕੱਠੀ ਕੀਤੀ, ਅਤੇ ਉਹਦਾ ਨਾਂ ਸੀ ਕੀ ਡਾਕੂਮੈਂਟਸ। ਉਹਦੇ ਵਿੱਚ ਸਰਕਾਰ ਦਾ ਪੱਖ ਸੀ, ਸਰਕਾਰ ਕੀ ਸੋਚਦੀ ਸੀ ਇਹਦੇ ਬਾਰੇ। ਸਰਕਾਰ ਦਾ ਮਨ ਇਹ ਸੀ ਬਈ ਜਿਹੜਾ ਹਿੰਦੁਸਤਾਨੀ ਜਾਂ ਪੰਜਾਬੀ
ਬਾਹਰਲੇ ਮੁਲਕਾਂ ਵਿੱਚ ਚਲਿਆ ਗਿਆ, ਅਮਰੀਕਾ 'ਚ, ਕਨੇਡਾ 'ਚ, ਉਹ 'ਚ ਆਜ਼ਾਦੀ ਦੀ ਲਗਨ ਲੱਗ ਜਾਂਦੀ ਆ ਉਹਨੂੰ। ਅਤੇ ਦੂਜਾ ਇਹ ਸੀ ਵੀ ਬਾਬਾ ਗੁਰਦਿੱਤ ਸਿੰਘ ਆਪਣੇ ਤੌਰ 'ਤੇ ਨਹੀਂ ਕਰ ਰਿਹਾ, ਇਹਦੇ ਨਾਲ ਅਮਰੀਕਾ ਅਤੇ ਕਨੇਡਾ ਵਿੱਚ ਬੈਠੇ ਦੇਸ਼ ਭਗਤ ਨੇ ਜਿਹੜੇ, ਉਹਨਾਂ ਦਾ ਨਾਲ ਹੱਥ ਹੈ, ਇਸ ਕਰਕੇ ਕਰ ਰਿਹਾ। ਅਤੇ ਗਾਹਾਂ ਜੋ ਕੁਝ ਕੀਤਾ ਸਰਕਾਰ ਨੇ, ਹਾਂਗਕਾਂਗ ਤੋਂ ਜਹਾਜ਼ ਚੱਲਣ ਤੋਂ ਪਹਿਲਾਂ ਬਾਬਾ ਜੀ ਨੂੰ ਗ੍ਰਿਫਤਾਰ ਕਰ ਲਿਆ, ਜਹਾਜ਼ ਚੱਲਣ ਦਾ ਰਵਾਨਗੀ ਪੱਤਰ ਨਾ ਦਿੱਤਾ, ਜਹਾਜ਼ ਇੱਥੇ ਆ ਗਿਆ, 2 ਮਹੀਨੇ ਇੱਥੇ ਸਮੁੰਦਰ ਦੇ ਵਿੱਚ ਖੜ੍ਹਾ ਰੱਖਿਆ, ਲੋਕਾਂ ਨੂੰ ਭੁੱਖੇ ਮਾਰਿਆ, ਕੀ ਦੁੱਖ ਸੀ ਜਿਹੜਾ ਨਹੀਂ ਦਿੱਤਾ, ਮਾਨਸਿਕ, ਸਰੀਰਕ, ਆਰਥਿਕ ਹਰ ਕਿਸਮ ਦਾ ਨੁਕਸਾਨ ਕੀਤਾ ਉਹਨਾਂ ਦਾ। ਅਤੇ ਵਾਪਸ ਜਾ ਕੇ ਸਾਰੇ ਜਾਣਦੇ ਹਾਂ ਵੱਜ ਵੱਜ ਘੱਟ 'ਤੇ ਕੀ ਕੁਝ ਹੋਇਆ। ਇਹ ਸਰਕਾਰ ਦਾ ਪੱਖ ਸੀ। ਹੁਣ ਬਾਬਾ ਜੀ ਦਾ ਕੀ ਪੱਖ ਸੀ, ਇਹ ਜਾਣਨ ਵਾਸਤੇ ਕੋਈ ਲੋੜ ਸੀ ਵੀ ਕੋਈ ਲਿਖਤ ਇਹੋ ਜਿਹੀ ਲੱਭੇ ਜਿਹੜੀ ਬਾਬਾ ਜੀ ਜਿਹਦੇ ਵਿੱਚ ਆਪਦਾ ਪੱਖ ਦੱਸਦੇ ਹੋਣ। ਮੈਂ ਥੋੜ੍ਹਾ ਮਨ ਹੈ ਪੁਰਾਣੇ ਰਿਕਾਰਡ ਫਰੋਲਣ ਦਾ, ਤਾਂ ਮੈਂ ਵੇਖਿਆ ਬਾਬਾ ਜੀ ਦੀ ਇੱਕ ਹੈ ਕਿਤਾਬ ਗੁਰੂ ਨਾਨਕ ਜਹਾਜ਼, ਉਹ ਫਰਵਰੀ 1922 ਦੇ ਵਿੱਚ ਛਪੀ ਅਤੇ ਨਾਲ ਦੀ ਨਾਲ ਜ਼ਬਤ ਕਰ ਲਈ ਸਰਕਾਰ ਨੇ। 2 ਮਹੀਨੇ ਪਿੱਛੋਂ ਇੱਕ ਨਵੀਂ ਕਿਤਾਬ ਛਪ ਗਈ, ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦੁੱਖ ਭਰੀ ਕਥਾ, ਉਹ ਸਰਕਾਰ ਨੇ ਜ਼ਬਤ ਕਰ ਲਈ। ਉਦੋਂ ਪਿੱਛੋਂ ਇਹੀ ਕਿਤਾਬ ਉਰਦੂ ਦੇ ਵਿੱਚ ਛਪੀ, ਬਦਨਸੀਬ ਮੁਸਾਫਰ, ਗੁਰੂ ਨਾਨਕ ਜਹਾਜ਼ ਕੇ ਮੁਸਾਫਰੋਂ ਕੀ ਦੁੱਖ ਭਰੀ ਕਹਾਣੀ, ਉਹ ਸਰਕਾਰ ਨੇ ਜ਼ਬਤ ਕਰ ਲਈ। ਕਿਤਾਬ ਲੱਭਣੀ ਫਿਰ ਬੜੀ ਮੁਸ਼ਕਲ ਸੀ, ਕਰ ਕੋਸ਼ਿਸ਼ ਕੀਤੀ ਅਤੇ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ 'ਚੋਂ ਕਿਤਾਬ ਮਿਲ ਗਈ। ਕਿਤਾਬ ਪੜ੍ਹਦਿਆਂ ਮੈਂ ਵੇਖਿਆ ਵੀ ਬਾਬਾ ਜੀ ਨੇ ਉਸ ਕਿਤਾਬ ਦੇ ਵਿੱਚ ਜਹਾਜ਼, ਇੱਕ ਤਾਂ ਕਿਤਾਬ ਦਾ ਨਾਂ ਹੀ ਗੁਰੂ ਨਾਨਕ ਜਹਾਜ਼ ਸੀ, ਅੰਦਰ 2 ਚੈਪਟਰ ਸੀ ਜਿਨ੍ਹਾਂ ਦੇ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਸ਼ੁਰੂ ਹੁੰਦੇ ਸੀ, ਅਤੇ ਕਿਤਾਬ ਦੇ ਵਿੱਚ ਘੱਟੋ ਘੱਟ ਕੋਈ 18 ਵਾਰ ਗੁਰੂ ਨਾਨਕ ਜਹਾਜ਼, ਗੁਰੂ ਨਾਨਕ ਜਹਾਜ਼, ਗੁਰੂ ਨਾਨਕ ਜਹਾਜ਼ ਦਾ ਇਸ ਨਾਂ ਦੇ ਹਵਾਲੇ ਨਾਲ ਉਹਨਾਂ ਨੇ ਚਰਚਾ ਕੀਤੀ ਸੀ। ਮੈਨੂੰ ਲੱਗਿਆ ਬਈ ਇਹ ਸਾਡੀ ਗਲਤੀ ਹੈ, ਜਿਹੜਾ ਅਸੀਂ ਇਸ ਨੂੰ ਭੁੱਲੇ ਬੈਠੇ ਹਾਂ, ਅਸਲੀ ਨਾਂ ਇਹ ਹੈ। ਇਸ ਕਰਕੇ ਜਦੋਂ ਮੈਂ ਅਗਲਾ ਕੰਮ ਕੀਤਾ ਬਈ ਉਸ ਜਹਾਜ਼ ਦੀ ਸਮਕਾਲੀ, ਚਾਹੇ ਕਵਿਤਾ ਚਾਹੇ ਵਾਰਤਕ ਖਬਰਾਂ, ਉਹ ਇਕੱਠੀਆਂ ਕੀਤੀਆਂ, ਤਾਂ ਆਪਣੇ ਦੋਸਤਾਂ ਨਾਲ ਗੱਲ ਕੀਤੀ ਵੀ ਭਾਈ ਇਹ ਜਹਾਜ਼ ਦਾ ਨਾਂ ਤਾਂ ਗੁਰੂ ਨਾਨਕ ਜਹਾਜ਼ ਸੀ, ਆਪਾਂ ਸਾਰੇ ਕਾਮਾ ਘਾਟਾ ਮਾਰੂ ਕਹੀ ਜਾਂਦੇ ਹਾਂ, ਅਤੇ ਮੈਂ ਚਾਹੁੰਦਾ ਕਿਤਾਬ ਦਾ ਨਾਂ ਇਹ ਗੁਰੂ ਨਾਨਕ ਜਹਾਜ਼ ਹੋਵੇ। ਸਾਰਿਆਂ ਨੇ ਸਹਿਮਤੀ ਦਿੱਤੀ ਵੀ ਹਾਂ ਗੁਰੂ ਨਾਨਕ ਜਹਾਜ਼। ਇਸ ਕਰਕੇ ਫਿਰ ਇਹ ਕਿਤਾਬ ਗੁਰੂ ਨਾਨਕ ਜਹਾਜ਼ ਸਮਕਾਲੀ ਬਿਰਤਾਂਤ 1914 ਦੇ ਨੇੜ ਤੇੜ ਜਿਹੜੀ ਉਸ ਵੇਲੇ ਕਵਿਤਾ ਲਿਖੀ ਗਈ ਜਾਂ ਅਖਬਾਰਾਂ ਵਿੱਚ ਖਬਰਾਂ ਛਪੀਆਂ, ਉਹ ਸਾਰੀਆਂ ਦੇ ਵਿੱਚ ਇਕੱਠੀਆਂ ਕੀਤੀਆਂ। ਸਬੱਬ ਨਾਲ ਇਹਨਾਂ ਦੇ ਹੱਥ ਲੱਗ ਗਈ ਇਹ ਕਿਤਾਬ, ਪਤਾ ਨਹੀਂ ਇਹਦੇ ਮਨ ਦੇ ਵਿੱਚ ਪਹਿਲਾਂ ਕੋਈ ਸੀ ਚੰਗਿਆੜੀ ਜਿਹੜੀ ਭਾਂਬੜ ਬਣ ਗਈ ਇਹਨੂੰ ਵੇਖ ਕੇ। ਮੈਂ ਕੋਈ ਉਚੇਚਾ ਨਹੀਂ ਸੀ ਆਇਆ ਸੀ ਵੀ 2024 ਹੋਏਗਾ, 110ਵਾਂ ਸਾਲ ਹੋਏਗਾ ਅਤੇ ਮੈਂ ਉੱਥੇ ਜਾਵਾਂ, ਸਾਡੀ ਮੁਲਾਕਾਤ ਵੀ ਕੋਈ ਪਹਿਲਾਂ ਹੋਣ ਦੀ ਸੰਭਾਵਨਾ ਨਹੀਂ ਸੀ। ਡਾਕਟਰ ਪੂਰਨ ਸਿੰਘ ਹੋਰਾਂ ਨੇ ਸਾਡੀ ਮੁਲਾਕਾਤ ਕਰਾਤੀ ਅਤੇ ਉੱਥੋਂ ਗੱਲ ਚੱਲੀ ਵੀ ਹਾਂ ਇਹ ਆਪਾਂ ਫਿਰ ਕਾਰਜ ਕਰੀਏ। ਅਤੇ ਇਹਨਾਂ ਦੇ ਸ਼ਾਬਾਸ਼ ਹੈ, ਇਹਨਾਂ ਦੀ ਹਿੰਮਤ, ਜਿਹੜਾ ਇਹਨਾਂ ਨੇ ਉਪਰਾਲਾ ਕੀਤਾ, ਬਹੁਤ ਵਧੀਆ ਗੱਲ ਹੋਈ। ਸਾਰੇ ਸੱਜਣਾਂ ਨੇ ਗੱਲ ਕੀਤੀ ਹੈ ਵੀ ਗੁਰੂ ਨਾਨਕ ਜਹਾਜ਼ ਕਹਿਣ ਨਾਲ ਕਿੰਨਾ ਫਰਕ ਪੈਂਦਾ। ਮੈਂ ਛੋਟੀ ਜਿਹੀ ਇੱਕ ਪਹਿਲਾਂ ਉਦਾਹਰਣ ਦਿੰਦਾ, ਆਪਾਂ ਇੱਥੇ ਰਹਿੰਦੇ ਹਾਂ, ਸਾਡਾ ਬੱਚਾ ਸਕੂਲ ਜਾਂਦਾ, ਬੱਚੇ ਦਾ ਨਾਂ ਪਵਿੱਤ ਹੈ, ਉਹਦੇ ਦੋਸਤਾਂ ਨੂੰ ਪਿੱਟ ਕਹਿੰਦੇ ਆ। ਜੇ ਮਾਂ ਬਾਪ ਪਿੱਟ ਕਹਿਣਗੇ ਉਹਨਾਂ ਦੀਆਂ ਉਹ ਮਾਤਰੀ ਜਿਹੜੀਆਂ ਭਾਵਨਾਵਾਂ ਉਹ ਤਾਂ ਨਹੀਂ ਉਗਣ ਸਕਣਗੀਆਂ, ਉਹ ਗੱਲ ਨਹੀਂ ਬਣੇਗੀ। ਇਸੇ ਤਰ੍ਹਾਂ ਮੈਂ ਜਾਂ ਕੋਈ ਵਕਤਾ ਤੁਹਾਡੇ ਸਾਹਮਣੇ ਕਹਿੰਦਾ ਕਾਮਾ ਗਾਟਾ ਮਾਰੂ ਜਹਾਜ਼ ਦੀ ਦੁੱਖ ਭਰੀ ਕਹਾਣੀ, ਸੁਣ ਲਓਗੇ ਤੁਸੀਂ ਜਿਸ ਤਰ੍ਹਾਂ ਬੈਠੇ ਹੋ, ਪਰ ਜੇ ਉਹੀ ਆਦਮੀ ਬੋਲੇਗਾ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦੁੱਖ ਭਰੀ ਕਹਾਣੀ, ਤੁਹਾਡੇ ਕੰਨ ਖੜ੍ਹੇ ਹੋ ਜਾਣਗੇ, ਉਦੋਂ ਹੀ ਸੋਚੋ ਕਿ ਜਗਿਆਸਾ ਹੋਏਗੀ ਅੱਗੇ ਕੀ ਕਹਿੰਦਾ ਇਹ, ਕੀ ਦੱਸਦਾ। ਇਸ ਤਰ੍ਹਾਂ ਦਾ ਇਹ ਬਹੁਤ ਵਧੀਆ ਹੋਇਆ, ਜੋ ਕੁਝ ਹੋਇਆ ਜੋ ਜਦੋਂ ਜਾਗੋ ਉਹ ਸਵੇਰਾ, ਬਹੁਤ ਵਧੀਆ। ਜੇ ਹੁਣ ਹੋ ਗਿਆ ਤਾਂ ਵੀ ਬਹੁਤ ਵਧੀਆ, ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਆਪਾਂ ਇਸ ਨੂੰ ਅੱਗੇ ਵਾਸਤੇ
ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਯਾਦ ਕਰੀਏ। ਬਹੁਤ ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮੈਨੂੰ ਪਤਾ ਹੈ ਕਿ ਰਚਨ ਸਿੰਘ ਗੁਰਾਂ ਨੇ ਜ਼ਿਕਰ ਕੀਤਾ ਸੀ ਅਤੇ ਸੁੱਖ ਧਾਲੀਵਾਲ ਨੇ ਕਿ ਉਹਨਾਂ ਨੇ ਜਾਣਾ ਹੈ ਉਹਨਾਂ ਦੇ ਅਗਲੇ ਸਮਾਗਮ ਤੋਂ ਪਹਿਲਾਂ। ਹਾਲਾਂਕਿ ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਗੱਲਬਾਤ ਹੋਣੀ ਹੈ, ਪਰ ਇਹਨਾਂ ਦੀ ਮੌਜੂਦਗੀ 'ਚ ਮੈਂ ਦੋ ਇੱਕ ਦੋ ਸ਼ਖਸੀਅਤਾਂ ਦੇ ਇੱਕ ਇੱਕ ਦੋ ਦੋ ਸ਼ਬਦ ਜ਼ਰੂਰੀ ਹੈ। ਸਭ ਤੋਂ ਇੰਪੋਰਟੈਂਟ ਹੈ ਰਾਏ ਅਜ਼ੀਜ਼ੁੱਲਾ ਖਾਨ ਸਾਹਿਬ। ਮੈਂ ਇਮਤਿਆਜ਼ ਪੋਪਟ ਜੀ ਨੂੰ ਵੀ ਗੁਜ਼ਾਰਿਸ਼ ਕਰਾਂਗਾ, ਆਈ ਰਿਕੁਐਸਟ ਇਮਤਿਆਜ਼ ਪੋਪਟ ਪਲੀਜ਼ ਕਮ ਟੂ ਦੀ ਸਟੇਜ, ਸਾਡੇ ਵਿਚਕਾਰ ਨੇ। ਰਾਏ ਸਾਹਿਬ, ਇੱਕ ਬਹੁਤ ਵੱਡਾ ਹਿੱਸਾ ਨਾ ਅਸੀਂ ਛੱਡ ਦਿੰਦੇ ਹਾਂ ਜਿਹਨੂੰ ਪਾਕਿਸਤਾਨ ਕਹਿ ਕੇ ਅਸੀਂ ਕਹਿ ਦਿੰਦੇ ਹਾਂ ਜੀ ਦੇਸ਼ ਦੀ ਆਜ਼ਾਦੀ ਦੀ ਗੱਲ ਸਿਰਫ ਇੱਥੋਂ ਤੱਕ ਮੁੱਕ ਜਾਂਦੀ ਹੈ। ਨਹੀਂ, ਇਹ ਦੋ ਟੁਕੜੇ ਹੋਏ ਦੇਸ਼ ਦੇ ਵੱਖਰੀ ਗੱਲ ਹੈ, ਪਰ ਸਾਡਾ ਤਾਂ ਸਾਂਝਾ ਸੀ। ਜਿਨ੍ਹਾਂ ਨੇ ਕੁਰਬਾਨੀ ਕੀਤੀ ਉਹ ਇਉਂ ਥੋੜ੍ਹਾ ਸੀ ਕਿ ਇੱਧਰਲੇ ਭਾਰਤ ਦੇ ਲਈ ਕੁਰਬਾਨੀਆਂ ਕੀਤੀਆਂ ਅਤੇ ਦੂਜੇ ਨੂੰ ਇਗਨੋਰ ਕੀਤਾ। ਸੋ ਦੋ ਸ਼ਬਦ ਰਾਏ ਸਾਹਿਬ ਸਾਂਝੇ ਕਰਨਗੇ, ਉਸ ਤੋਂ ਬਾਅਦ ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਸੁਨੀਲ ਕੁਮਾਰ ਸ਼ਰਮਾ ਜੀ, ਦੋ ਸ਼ਬਦ ਉਹ ਸਾਡੇ ਨਾਲ ਸਾਂਝੇ ਕਰਨਗੇ, ਅਤੇ ਉਸ ਤੋਂ ਬਾਅਦ ਇਹ ਸਾਡੀਆਂ ਸ਼ਖਸੀਅਤਾਂ ਇਹਨਾਂ ਨੂੰ ਸਤਿਕਾਰ ਦਿੱਤਾ ਜਾਏਗਾ। ਅਤੇ ਸਿੱਖ ਮੋਟਰਸਾਈਕਲ ਨੌਜਵਾਨ, ਜਿਹੜੇ ਨੌਜਵਾਨ ਤਾਂ ਸਾਡੇ ਵਿਚਕਾਰ ਅਵਤਾਰ ਸਿੰਘ ਢਿੱਲੋਂ ਜੀ ਬੈਠੇ ਨੇ, ਇਹ ਇਸ ਵੇਲੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੇਕਰ ਪੱਗ ਦਾ ਸਟਾਈਲ ਥੋੜ੍ਹਾ ਜਿਹਾ ਵੱਖਰਾ ਹੁੰਦਾ ਤਾਂ ਬਾਬਾ ਗੁਰਦਿੱਤ ਸਿੰਘ ਜੀ ਵਰਗਾ ਬਿਲਕੁਲ ਮੁਹਾਂਦਰਾ ਇਹਨਾਂ ਦਾ ਲੱਗਦਾ। ਸੋ ਸਾਡੇ ਸਿੱਖ ਰਾਈਡਰਸ, ਸਾਡੇ ਬਹੁਤ ਹੀ ਹੋਣਹਾਰ ਸਤਿਕਾਰਯੋਗ, ਉਹ ਸਾਰੇ ਨੇ ਜ਼ੋਰਦਾਰ ਤਾੜੀਆਂ ਜਿਨ੍ਹਾਂ ਨੇ ਦਸਤਾਰਾਂ ਸਜਾ ਕੇ ਸ਼ਮੂਲੀਅਤ ਕੀਤੀ ਹੈ, ਉਹ ਆਉਣਗੇ। ਰਾਏ ਸਾਹਿਬ, ਗੁਰੂ ਪਿਆਰੀ ਸਾਧ ਸੰਗਤ ਜੀ, ਮੇਰਾ ਤੁਹਾਡੇ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਹੀ ਸਤਿਕਾਰ ਔਰ ਪਿਆਰ ਭਰਿਆ ਸਲਾਮ। ਮੇਰੇ ਲਈ ਬਹੁਤ ਬੜੇ ਓਨਰ ਦੀ ਗੱਲ ਹੈ ਕਿ ਮੈਂ 110 ਸਾਲਾ ਜਿਹੜਾ ਚੜ੍ਹਦੀ ਕਲਾ ਐਨੀਵਰਸਰੀ ਮਨਾ ਰਹੇ ਹਾਂ ਗੁਰੂ ਨਾਨਕ ਜਹਾਜ਼ ਦੀ, ਉਹਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਰੱਬ ਨੇ ਮੌਕਾ ਅਤਾ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਪੇਸ਼ ਕਰਨਾ, ਸਾਰੇ ਪ੍ਰਬੰਧਕਾਂ ਨੂੰ, ਸਾਰੇ ਗੁਰਦੁਆਰਾ ਸਾਹਿਬਾਨ ਨੂੰ, ਔਰ ਜਿੰਨੇ ਮੇਰੇ ਬਜ਼ੁਰਗ ਭੈਣ ਭਾਈ ਬੱਚੇ ਇੱਥੇ ਤਸ਼ਰੀਫ ਲਿਆਏ ਹੈ। ਉਹਨਾਂ ਦਾ ਇੱਕ ਇੱਕ ਕਦਮ ਜਿਹੜਾ ਆਇਆ ਉਹ ਇਸ ਚੀਜ਼ ਦੀ ਨਿਸ਼ਾਨਦੇਹੀ ਕਿ ਆਪਣੇ ਬਜ਼ੁਰਗਾਂ ਨੂੰ ਕਿੰਨੇ ਸਤਿਕਾਰ ਔਰ ਪਿਆਰ ਨਾਲ ਯਾਦ ਕਰ ਰਹੇ ਨੇ। ਇਹ ਇੱਕ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਹੈ ਕਿ ਕਦੀ ਵੀ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਨੂੰ ਨਾ ਭੁੱਲਣਾ ਔਰ ਹਮੇਸ਼ਾ ਬਹੁਤ ਹੀ ਆਦਰ ਮਾਣ ਔਰ ਸਤਿਕਾਰ ਨਾਲ ਉਹਨਾਂ ਦਾ ਜ਼ਿਕਰ ਕਰਨਾ। ਮੈਨੂੰ ਇਹ ਬੜੀ ਖੁਸ਼ੀ ਹੈ ਔਰ ਮਾਣ ਹੈ ਕਿ ਪੰਜਾਬ ਜਿਹੜਾ ਪਾਕਿਸਤਾਨੀ ਇਸ ਵੇਲੇ ਪੰਜਾਬ ਹੈ, ਉਹਦੀ 13 ਕਰੋੜ ਆਬਾਦੀ ਹੈ ਪੰਜਾਬੀਆਂ ਦੀ, ਔਰ ਪਾਕਿਸਤਾਨ ਦੀ ਟੋਟਲ ਆਬਾਦੀ ਤੋਂ 50% ਤੋਂ ਜ਼ਿਆਦਾ ਆਬਾਦੀ ਪੰਜਾਬੀ ਹੈਗੇ ਅਸੀਂ ਉੱਥੇ। ਮੈਨੂੰ ਅੱਜ ਉਹਨਾਂ ਦੀ ਨੁਮਾਇੰਦਗੀ ਕਰਨ ਦਾ ਰੱਬ ਨੇ ਮੌਕਾ ਦਿੱਤਾ ਹੈ। ਸਾਡੇ ਬਜ਼ੁਰਗ, ਮੈਂ ਇੱਥੇ ਜਦੋਂ ਆਪਣਾ ਬਜ਼ੁਰਗ ਸਾਡੇ ਗੁਰਦਿੱਤ ਸਿੰਘ ਜੀ ਦੇ ਨਾਲ ਬਾਕੀ ਬੇਸ਼ੁਮਾਰ ਸਰਦਾਰ ਬਜ਼ੁਰਗਾਂ ਦੇ ਨਾਮ ਦੇ ਨਾਲ ਨਾਲ ਮੈਨੂੰ ਮੁਸਲਮਾਨਾਂ ਦੇ ਨਾਮ ਵੀ ਇੱਥੇ ਬੋਰਡ 'ਤੇ ਦੇਖੇ, ਮੈਂ ਅਨਵਰ ਖਾਨ, ਨੂਰ ਖਾਨ, ਸ਼ੇਰ ਮੁਹੰਮਦ, ਰਮਜ਼ਾਨ, ਯਾਸੀਨ, ਉਹਨਾਂ ਵਰਗੇ ਕਿ ਉਹਨਾਂ ਦਾ ਉਹ ਵੀ ਇਸ ਸ਼ਾਮਿਲ ਸੀ ਇੱਥੇ ਜਦੋਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਮੁਸ਼ਕਲਾਂ ਫੇਸ ਕੀਤੀਆਂ, ਔਰ ਅੱਜ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਦੇ ਉਸ ਨੇਕ ਕਦਮ ਦੇ ਸਦਕੇ ਜਿਹੜਾ ਉਹਨਾਂ ਨੇ ਇੱਕ ਹੱਕ ਹਲਾਲ ਦੀ ਰੋਜ਼ੇ ਲਈ ਅੱਗੇ ਵਧਾਏ ਸੀ। ਹਰ ਇਨਸਾਨ ਦਾ, ਆਜ਼ਾਦ ਇਨਸਾਨ ਦਾ ਹੱਕ ਹੈ ਜਿੱਥੇ ਵੀ ਜਾਣਾ ਚਾਹੇ ਉਹ ਚਲਾ ਜਾਵੇ, ਔਰ ਅੱਜ ਅੱਲਾ ਦੀ ਮਿਹਰਬਾਨੀ ਨਾਲ ਕਰੋੜਾਂ ਆਬਾਦੀ ਉਹਨਾਂ ਦੀ ਉਸ ਕੁਰਬਾਨੀ ਦੇ ਮੁਸ਼ਕਿਲ ਦੇ ਸਦਕੇ ਜਿਹੜੀਆਂ ਉਹਨਾਂ ਨੇ ਫੇਸ ਕੀਤੀਆਂ ਅੱਜ ਰੱਬ ਦੀ ਮਿਹਰਬਾਨੀ ਨਾਲ ਚੜ੍ਹਦੀ ਕਲਾ ਵਿੱਚ ਬੈਠੇ ਹੈ। ਅਸੀਂ ਰੱਬ ਦਾ ਜਿੰਨਾ ਵੀ ਸ਼ੁਕਰ ਅਦਾ ਕਰੀਏ ਘੱਟ ਹੈ, ਕਿਉਂਕਿ ਇਨਸਾਨ ਐਸਾ ਹੈ ਕਿ ਕਈ ਵਾਰੀ ਭੁੱਲ ਜਾਂਦਾ ਹੈ ਕਿ ਅਸੀਂ ਕਿਹਨਾਂ ਮੁਸ਼ਕਿਲਾਂ 'ਚੋਂ ਕਿਵੇਂ ਸਫ਼ਰ ਕੀਤਾ ਇੰਨਾ ਲੰਬਾ। ਅਸੀਂ ਇੱਕ ਇੱਕ ਪਲ ਅਸੀਂ ਰੱਬ ਦਾ ਸ਼ੁਕਰ ਅਦਾ ਨਹੀਂ ਕਰ ਸਕਦੇ ਜਿੰਨੀਆਂ ਉਹਦੀਆਂ ਮਿਹਰਬਾਨੀਆਂ ਸਾਡੇ ਸਾਰਿਆਂ 'ਤੇ। ਮੇਰੇ ਲਈ ਬਹੁਤ ਬੜੇ ਮਾਣ ਦੀ ਗੱਲ ਹੈ, ਮੈਨੂੰ ਇਹ ਮਾਣ ਹੈ ਆਪਣੇ ਬਜ਼ੁਰਗਾਂ 'ਤੇ ਵੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਤੇ ਸਾਡੀ ਮੁਹੱਬਤ ਦੀ, ਇੱਕ ਪਿਆਰ ਦੀ, ਸਤਿਕਾਰ ਦੀ ਸਾਂਝ ਬਣੀ ਹੈ ਕਿ ਔਰੰਗਜ਼ੇਬ ਦੇ ਟਾਈਮ ਵਿੱਚ ਚਾਰੋ ਸਾਹਿਬਜ਼ਾਦੇ ਸ਼ਹੀਦ ਜਦੋਂ ਹੋਏ ਉਸ ਵੇਲੇ ਸਾਡੇ ਬਜ਼ੁਰਗ ਇੱਕ ਮੁਸਲਮਾਨ ਆਗੂ ਰਾਏ ਕੱਲਾ ਜੀ ਨੇ ਕਿਸੇ ਗੱਲ ਦੀ ਵੀ ਪਰਵਾਹ ਨਹੀਂ ਕੀਤੀ
ਤਨ ਜਾਇਦਾਦ ਰਿਆਸਤ ਆਪਣੀਆਂ ਜਾਨਾਂ ਆਪਣੇ ਬੱਚਿਆਂ ਦੀ ਵੀ ਜਾਨਾਂ ਵੀ ਤਲੀ ਦੇ ਰੱਖ ਕੇ ਗੁਰੂ ਸਾਹਿਬ ਦੀ ਸੇਵਾ ਨੂੰ ਮੁੱਖ ਰੱਖਿਆ। ਸਾਨੂੰ ਉਹਨਾਂ ਦੇ ਇਸ ਨਿੱਕ ਕਦਮ 'ਤੇ ਫਖਰ ਹੈ ਜਿਸ ਤੋਂ ਪ੍ਰਸੰਨ ਹੋ ਕੇ ਉਹਨਾਂ ਨੇ ਆਪਣੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਗੁਰੂ ਸਾਹਿਬ ਨੇ ਆਪਣੇ ਮੁਬਾਰਕ ਹੱਥਾਂ ਨਾਲ ਬਖਸ਼ੀ ਸਾਡੇ ਬਜ਼ੁਰਗ ਰਾਏ ਕੱਲਾ ਜੀ ਨੂੰ। ਔਰ ਅੱਜ ਮੇਰੀ ਨੌਵੀਂ ਪੀੜ੍ਹੀ ਹੈ, ਅੱਲਾਹ ਦਾ ਸ਼ੁਕਰ ਹੈ ਕਿ 300 ਸਾਲ ਤੋਂ ਜ਼ਿਆਦਾ ਅਸੀਂ ਬਹੁਤ ਹੀ ਸਤਿਕਾਰ ਪਿਆਰ ਨਾਲ ਗੁਰੂ ਸਾਹਿਬ ਦੀ ਪਵਿੱਤਰ ਬਖਸ਼ਿਸ਼ ਸੀਨੇ ਦੇ ਨਾਲ ਰੱਖ ਕੇ ਰੱਖੀ ਹੋਈ ਹੈ। ਇਟਸ ਅ ਗ੍ਰੇਟ ਆਨਰ ਫੋਰ ਮੀ। ਮੇਰੀ ਦੁਆ ਹੈ ਕਿ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਔਰ ਇਹ ਨੇਕ ਕਦਮ ਹੈ ਜਿਹੜਾ ਰੈਸਟੋਰੇਸ਼ਨ ਆਫ ਗੁਰੂ ਨਾਨਕ ਜਹਾਜ਼ ਦਾ ਹੈ, ਇਹਦੇ ਵਿੱਚ ਸਾਨੂੰ ਰੱਬ ਕਾਮਯਾਬੀ ਅਤਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾ ਆਪਣੇ ਵੱਡੇ ਵੀਰ ਡਾਕਟਰ ਪੂਰਨ ਸਿੰਘ ਨਾਲ ਗੱਲਾਂ ਕਰਦਾ ਸੀ। ਇਹ ਕਹਿੰਦੇ ਮੇਰੀ ਰਿਸਰਚ ਮੁਤਾਬਕ ਜਿਹੜਾ ਨਾਂ ਸੀ ਨਾ, ਜਦੋਂ ਉੱਥੋਂ ਜਹਾਜ਼ ਨੇ ਤੁਰਨਾ ਸੀ ਉੱਥੇ ਅਰਦਾਸ ਕੀਤੀ ਗਈ, ਉਸ ਅਰਦਾਸ ਦੇ ਵਿੱਚ ਪਹਿਲੀ ਵਾਰੀ ਜਿਹੜਾ ਇਹ ਨਾਂ ਸੀਗਾ ਗੁਰੂ ਨਾਨਕ ਜਹਾਜ਼ ਜਿਹੜਾ ਸੀਗਾ ਯੂਜ਼ ਕੀਤਾ ਗਿਆ। ਜਦੋਂ ਅਰਦਾਸ ਹੀ ਯੂਜ਼ ਕਰ ਲਿਆ ਗਿਆ ਫਿਰ ਇਸ ਤੋਂ ਵੱਡੀ ਸਾਡੇ ਕੋਲ ਹੋਰ ਕੋਈ ਚੀਜ਼ ਨਹੀਂ, ਅਸੀਂ ਇਹਨੂੰ ਗੁਰੂ ਨਾਨਕ ਜਹਾਜ਼ ਦੇ ਨਾਲ ਹੀ ਚੇਤੇ ਕਰਨਾ। ਹਾਂ, ਇੱਕ ਗੱਲ ਹੈਗੀ ਹੈ, ਜਦੋਂ ਜਨਰੇਸ਼ਨ ਨੂੰ ਸਿਖਾਉਣਾ ਸਾਨੂੰ ਕਿਤੇ ਨਾ ਕਿਤੇ ਇਹ ਵਰਡ ਯੂਜ਼ ਕਰਨੇ ਪੈਣੇ ਆ, ਯੂਜ਼ ਟੂ ਬੀ ਆਲਸੋ ਨੋਨ ਐਜ਼ ਕੋਮਾਗਾਟਾ ਮਰੂ, ਠੀਕ ਹੈ ਨਾ। ਗੁਰੂ ਨਾਨਕ ਜਹਾਜ਼ ਯੂਜ਼ ਟੂ ਬੀ ਨੋਨ ਆਲਸੋ ਐਜ਼ ਕੋਮਾਗਾਟਾ ਮਾਰੂ। ਇੱਥੋਂ ਸਟਾਰਟ ਕਰੀਏ ਕਿ ਇਸ ਦਿਨ ਕੋਮਾਗਾਟਾ ਮਾਰੂ ਮਿਟ ਜੂਗਾ, ਗੁਰੂ ਨਾਨਕ ਜਹਾਜ਼ ਰਹੂਗਾ। ਸੋ ਅਸੀਂ ਉਹਨਾਂ ਬਜ਼ੁਰਗਾਂ ਨੇ ਜਿਹੜਿਆਂ ਨੇ ਜੇਲ੍ਹਾਂ ਕੱਟੀਆਂ, ਜਿਹੜੇ ਮਰੇ ਇੱਥੇ ਆਏ, ਅਤੇ ਉਹ ਬੰਦੇ ਜਿਨ੍ਹਾਂ ਨੇ ਸਹਾਇਤਾ ਕੀਤੀ ਇੱਥੇ, ਉਹਦੇ ਵਿੱਚ ਇੱਕ ਵਕੀਲ ਦਾ ਮੈਂ ਨਾਂ ਜ਼ਰੂਰ ਮਿਸਟਰ ਬਰਡ ਦਾ ਲੈਣਾ ਚਾਹੂੰਗਾ, ਜਿਹਨੇ ਉਸ ਟਾਈਮ ਕੇਸ ਲੜਿਆ। ਅਤੇ ਉਸ ਟਾਈਮ ਸੁਣਿਆ ਵੀ 5-5 ਸੈਂਟ ਤਨਖਾਹ ਹੁੰਦੀ ਸੀਗੀ, ਅਤੇ ਆਪਣੇ ਇੱਥੇ ਰਹਿਣ ਵਾਲੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ $5,000 ਇਕੱਠਾ ਕਰ ਦਿੱਤਾ ਸੀਗਾ ਆਪਣੇ ਬੰਦਿਆਂ ਨੂੰ ਰਹਿਣ ਵਾਸਤੇ। ਇਸੇ ਤਰੀਕੇ ਨਾਲ ਪਰਮਾਤਮਾ ਸਾਡਾ ਇਕੱਠ ਬਣਾਈ ਰੱਖੇ। ਇਸੇ ਤਰੀਕੇ ਨਾਲ ਜਿਹੜੀ ਇੱਕ ਗੱਲ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ, ਮਨਿੰਦਰ ਸਿੰਘ ਕਹਿ ਕੇ ਗਿਆ, ਉਹ ਹੈਗੀ ਹੈ ਸਿੱਖ ਸੋਵਰੰਟੀ ਦੀ, ਉਹ ਗੱਲ ਵੀ ਬਿਲਕੁਲ ਨਾ ਭੁੱਲਿਓ। ਮੇਰੇ ਕੋਲ ਬੋਲਦੇ ਗਲਤੀ ਹੋ ਗਈ, ਉਹ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸੁਨੀਲ ਕੁਮਾਰ ਸ਼ਰਮਾ ਜੀ। ਅਤੇ ਇੱਕ ਮੈਂ ਗੱਲ ਕਹਾਂ ਕਿ ਜਿਸ ਤਰ੍ਹਾਂ ਜਹਾਜ਼ ਦੇ ਵਿੱਚ ਸਾਰੇ ਸਨ, 341 ਮੁਸਾਫਰ ਸਿੱਖ ਸਨ, 24 ਮੁਸਲਮਾਨ ਸਨ, 12 ਹਿੰਦੂ ਸਨ, ਪਰ ਸਾਰੇ ਬਾਬੇ ਨਾਨਕ ਦੇ ਉਪਾਸ਼ਕ ਸਨ, ਸਾਰੇ ਬਾਬੇ ਨਾਨਕ ਦੇ ਉਪਾਸ਼ਕ ਸਨ। ਬਾਬਾ ਨਾਨਕ ਸਾਰਿਆਂ ਦੇ ਗੁਰੂ ਨਾਨਕ ਸਾਹਿਬ ਸਾਂਝੇ ਨੇ। ਸੋ ਇਹ ਬਹੁਤ ਵੱਡੀ ਗੱਲ ਹੈ, ਅਤੇ ਇਹ ਵੀ ਗੱਲ ਸੱਚੀ ਹੈ ਕਿ ਜਿਸ ਤਰ੍ਹਾਂ ਸੁਨੀਲ ਕੁਮਾਰ ਜੀ ਨੇ ਕਿਹਾ ਕਿ ਇਹਦੇ ਵਿੱਚ ਖੁੱਲ੍ਹ ਦਿਲੀ ਜਿਹੜੀ ਹੈ, ਫਰਾਕ ਦਿਲੀ ਚਾਹੀਦੀ ਹੈ। ਇਮਤਿਆਜ਼ ਪੋਪਟ ਜਿਹੜੇ ਕਿ ਐਕਟਿਵਿਸਟ ਵੀ ਨੇ, ਸਾਡੇ ਬਹੁਤ ਉੱਘੇ ਜਿਹੜੇ ਕਾਰਕੁਨ ਨੇ ਮਨੁੱਖੀ ਅਧਿਕਾਰਾਂ ਦੇ, ਉਹ ਇੱਕ ਮਿੰਟ ਲਈ ਆਪਣੀ ਹਾਜ਼ਰੀ ਲਵਾਉਣਗੇ। ਆਉਣ ਲਈ ਧੰਨਵਾਦ ਇਮਤਿਆਜ਼ ਜੀ। ਸਲਾਮ ਅਲੈਕੁਮ। I want to congratulate the Guru Nanak Jahaz Historic Society aaj to mark this day 110 years ago. Yahan mujhe nazar aata hai ke ye jahaz yahan aaya tha, aur jo shore committee ke jo leader tha tab was Hussain Rahim, Gujarati Muslim just like me. He arrived here in 1910. In 1913, he was detained in Victoria, 1 year before the Jahaz came here. And then he became the head of the Shore Committee that was led by all these people. So, iska naam yaad kare ke kafi log Musalman, Hindu, Sikh, Samil the, they were already here and they did a lot of work to support the Jahaz that came and all the bad things that happened afterwards. So, thank you so much.
ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਇਹ ਪ੍ਰੋਕਲੇਮੇਸ਼ਨ ਅਤੇ ਰੈਜ਼ੋਲੂਸ਼ਨ ਦੇ ਨਾਲ ਇੱਕ ਸਾਂਝੀ ਤਸਵੀਰ ਸਾਡੇ ਵੀਰ ਇੱਕ ਮਿੰਟ ਵਾਸਤੇ, ਠੀਕ ਹੈ। ਇਹ ਹਰਭਜਨ ਸਿੰਘ ਜੀ ਗਿੱਲ ਅਤੇ ਨਾਲ ਸਾਰੇ ਬਹੁਤ ਬਹੁਤ ਧੰਨਵਾਦ। ਇਹ ਦੋ ਕਿਤਾਬਾਂ ਜਿਹੜੀਆਂ ਨੇ, ਪ੍ਰੋਗਰਾਮ ਜਦੋਂ ਅਜੇ ਤੁਸੀਂ ਇਸੇ ਤਰ੍ਹਾਂ ਇਕਾਗਰਚਿਤ ਬੈਠਣਾ, ਬਾਅਦ ਦੇ ਵਿੱਚ ਕੁਛ ਜਿਹੜੀਆਂ ਕਿਤਾਬਾਂ ਸਾਡੇ ਕੋਲ ਨੇ ਅਸੀਂ ਦੇਵਾਂਗੇ, ਜਿਹੜੇ ਵੀ ਚਹੇਤੇ ਹੋਣਗੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਸੋ ਬਹੁਤ ਧੰਨਵਾਦ ਸਾਡੀਆਂ ਮਾਣਯੋਗ ਸ਼ਖਸੀਅਤਾਂ ਦਾ, ਤੁਸੀਂ ਸੱਦ ਸਕਦੇ ਹੋ। ਅਤੇ ਮੈਂ ਇਸ ਤੋਂ ਬਾਅਦ ਗੁਜ਼ਾਰਿਸ਼ ਕਰਾਂਗਾ ਸਾਡੇ ਸਿੱਖ ਰਾਈਡਰਸ ਦੇ ਹਰਵਿੰਦਰ ਸਿੰਘ ਧੂਰ ਦੀ ਨੁਮਾਇੰਦਗੀ ਦੇ ਵਿੱਚ ਸਾਰੇ ਵੀਰ ਜਿਹੜੇ ਆ ਉਹ ਸਟੇਜ 'ਤੇ ਆਉਣਗੇ, ਜਿੰਨੇ ਵੀ ਸਾਡੇ ਨੌਜਵਾਨ ਨੇ। ਅਤੇ ਉਹਨਾਂ ਦੇ ਨਾਲ ਇੱਕ ਸ਼ਖਸੀਅਤ ਸਾਡੀ ਸਤਿਕਾਰਯੋਗ, ਜਿਹੜੇ ਕਿ 1999 ਤੋਂ ਉਹਨਾਂ ਦੀ ਸਾਰੀ ਟੀਮ ਲੱਗੀ ਹੈ, ਮੇਰੀ ਬਰਾਦ ਅਵਤਾਰ ਸਿੰਘ ਜੀ ਢਿੱਲੋਂ, ਉਹ ਸਿੱਖ ਮੋਟਰਸਾਈਕਲ ਵਿਦਆਊਟ ਜਿਹੜਾ ਹੈਲਮਟ ਤੋਂ ਕੇਸ ਜਿੱਤਿਆ, ਉਹ ਵੀ ਨਾਲ ਆਉਣਗੇ, ਉਹਨਾਂ ਨੂੰ ਗੁਜ਼ਾਰਿਸ਼ ਹੈ। ਸੋ ਜਿਹੜਾ ਸਾਡੇ ਵਲੰਟੀਅਰ ਔਰਗਨਾਈਜ਼ਰ ਨਾਲ ਰਾਜ ਸਿੰਘ ਪੰਡਾਲਵਰਾਂ ਨੂੰ ਬੇਨਤੀ ਕਰਾਂਗੇ ਪ੍ਰੋਕਲੇਮੇਸ਼ਨ ਨਾਲ ਲਿਆ ਕੇ ਉਸ ਦੇ ਤਸਵੀਰ ਹੋਏਗੀ। ਅਤੇ ਇਹਨਾਂ ਨੇ ਅੱਜ ਡਾਊਨ ਟਾਊਨ ਤੋਂ ਹੁੰਦਿਆਂ ਹੋਇਆਂ ਮੋਟਰਸਾਈਕਲ ਜਿਹੜੇ ਚਲਾ ਕੇ ਇੱਥੇ ਸ਼ਮੂਲੀਅਤ ਕੀਤੀ ਹੈ। ਆਓ ਜੀ ਇੱਧਰ ਕੁਛ ਸਿੰਘ ਹਾਜ਼ਰੀ ਲਵਾਓ। ਸੋ ਇਹ ਇੱਕ ਸਾਂਝੀ ਤਸਵੀਰ ਹੈ ਇਹਨਾਂ ਦੀ, ਸੋ ਪਲੀਜ਼ ਇੱਧਰ ਨੂੰ ਆ ਜਾਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਦੋ ਸ਼ਬਦ ਅਵਤਾਰ ਸਿੰਘ ਜੀ, ਬਹੁਤ ਸਤਿਕਾਰਯੋਗ ਸ਼ਖਸੀਅਤ ਨੇ, 25ਵੀਂ ਵਰ੍ਹੇਗੰਢ ਵੀ ਆ ਰਹੀ ਹੈ। ਸੋ ਇਹਨਾਂ ਨੇ ਅੱਜ ਖਾਸ ਤੌਰ 'ਤੇ ਇਸ ਮੌਕੇ 'ਤੇ ਸਾਰਿਆਂ ਨੂੰ ਸੱਦਾ ਦਿੱਤਾ, ਸਾਡੇ ਪ੍ਰਬੰਧਕਾਂ ਦੇ ਵਿੱਚੋਂ ਵੀ ਨੇ। ਅਵਤਾਰ ਸਿੰਘ ਢਿੱਲੋਂ, ਦੋ ਸ਼ਬਦ। ਮੇਰੀ ਭਾਈ ਖਾਲਸਾ ਭਾਈ ਫਤਿਹ ਜੀ ਸਾਰਿਆਂ ਨੂੰ, ਮੇਰੀ ਬੋਲਣ ਦੀ ਆਦਤ ਨਹੀਂ, ਮੇਰਾ ਕੰਮ ਕਰਨ ਦਾ ਚਾਅ ਹੈ। ਸੋ ਜੋ ਕੌਮ ਦੇ ਚੜ੍ਹਦੀ ਕਲਾ ਲਈ ਆਪ ਸਾਰੇ ਕਰ ਰਹੇ ਹੋ, ਇਸ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਧੂਰ ਸਾਹਿਬ, ਤੁਹਾਡਾ ਸਾਰੇ ਸਿੱਖ ਰਾਈਡਰਸ ਕਲੱਬ ਦੇ ਜਿੰਨੇ ਨੌਜਵਾਨ ਨੇ, ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਸ਼ਾਮਿਲ ਹੋਏ ਹੋ। ਅਤੇ ਅੱਜ ਇੱਕ ਪ੍ਰਤੀਨਿਧਤਾ, ਇਹ ਬਾਬਾ ਗੁਰਦਿੱਤ ਸਿੰਘ ਜੀ ਦੇ ਵਾਰਸ ਨੇ ਜਿਨ੍ਹਾਂ ਨੇ ਲਗਾਤਾਰ ਉਸ ਸੰਘਰਸ਼ ਨੂੰ ਜਾਰੀ ਰੱਖਿਆ। ਸੋ ਬਹੁਤ ਧੰਨਵਾਦ, ਸ਼ੁਕਰੀਆ। ਜਿਹੜੇ ਰੈਜ਼ੋਲੂਸ਼ਨ ਜਿਸ ਤਰ੍ਹਾਂ ਪਹਿਲਾਂ ਪੜ੍ਹ ਕੇ ਸੁਣਾਏ ਗਏ ਸਾਡੇ ਨੁਮਾਇੰਦਿਆਂ ਵੱਲੋਂ, ਉਹਨਾਂ ਦੇ ਵਿੱਚ ਇੱਕ ਇੱਕ ਸ਼ਬਦ ਜਿਹੜਾ ਉਸ ਅਦਬ ਅਤੇ ਸਤਿਕਾਰ ਨੂੰ ਸਮਰਪਿਤ ਸੀ। ਸੋ ਇਸੇ ਤਰ੍ਹਾਂ ਇਹ ਸਜਣਗੇ, ਇੱਥੇ ਬੈਠਣਗੇ, ਕਿਉਂਕਿ ਬਹੁਤ ਮਹੱਤਵਪੂਰਨ ਕੁਛ ਜਿਹੜੇ ਆ, ਜਿਨ੍ਹਾਂ 'ਚੋਂ ਇੱਕ ਤਾਂ ਬਹੁਤ ਵਧੀਆ ਮਹਿੰਗਾ ਸਿੰਘ ਜੀ ਸਾਹਿਬ ਮਹਿਰਮ ਸਾਹਿਬ, ਜਿਨ੍ਹਾਂ ਦਾ ਜਥਾ ਜਿਨ੍ਹਾਂ ਨੇ ਉਸੇ ਤਰ੍ਹਾਂ ਗੁਰੂ ਨਾਨਕ ਜਹਾਜ਼ ਦੇ ਵਿੱਚ ਸ਼ਾਮਿਲ ਹੋਏ, ਉਹਨਾਂ ਦੀ ਸ਼ਮੂਲੀਅਤ ਜਿਹੜੀ ਹੋਏਗੀ, ਉਹਨਾਂ ਤੋਂ ਪਹਿਲਾਂ ਕੁਝ ਸ਼ਖਸੀਅਤਾਂ ਸਾਡੇ ਵਿਚਕਾਰ ਆਉਣਗੀਆਂ ਇਸ ਰੈਜ਼ੋਲੂਸ਼ਨ ਲਈ। ਸੋ ਮੈਂ ਬੇਨਤੀ ਕਰਦਾ ਜਿਨ੍ਹਾਂ ਦੇ ਵਿੱਚ, ਧੰਨਵਾਦ ਜੀ ਧੂਰ ਸਾਹਿਬ। ਸੋ ਬੇਨਤੀ ਹੈ ਸਾਡੇ ਕੋਲ ਦੋ ਦੋ ਸ਼ਬਦ ਲਈ, ਜਿਨ੍ਹਾਂ 'ਚ ਜਸਪ੍ਰੀਤ ਸਿੰਘ ਜੈਸ ਸਾਡੇ ਵਕੀਲ ਨੌਜਵਾਨ ਕਿੱਥੇ ਨੇ ਉਹਨੂੰ ਬੁਲਾਓ, ਇਸੇ ਤਰ੍ਹਾਂ ਸਾਡੇ ਬਲਪ੍ਰੀਤ ਸਿੰਘ ਖੱਟੜਾ ਸਾਡੇ ਨੌਜਵਾਨ, ਸਾਡੇ ਵਕੀਲ ਐਜੂਕੇਸ਼ਨ ਦੇ ਨਾਲ ਜੁੜੇ ਸਾਡੇ ਬਹੁਤ ਸਤਿਕਾਰਯੋਗ ਗਗਨ ਸਿੰਘ, ਉਹਨਾਂ ਨੂੰ ਬੇਨਤੀ ਹੈ ਉਹ ਸਟੇਜ 'ਤੇ ਆਉਣ। ਇਸ ਦੇ ਨਾਲ ਦਾਨਿਸ਼ ਸਿੰਘ ਸਾਡੇ ਵਿਚਕਾਰ ਆਏ ਹੋਏ ਨੇ, ਮੇਰੀ ਆਵਾਜ਼ ਸੁਣਦੇ ਹੋਣ, ਵਰਲਡ ਸਿੱਖ ਔਰਗਨਾਈਜੇਸ਼ਨ ਦੇ ਪ੍ਰੈਜ਼ੀਡੈਂਟ, ਉਹ ਵੀ ਸਟੇਜ 'ਤੇ ਆਉਣਗੇ। ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਜ਼ਰੂਰ ਆਉਣ, ਉਹ ਵੀ ਨੇੜੇ ਤੇੜੇ ਹੋਣ ਤਾਂ ਸ਼ਮੂਲੀਅਤ ਕਰਨ। ਅਤੇ ਜਿਹੜੀ ਖਾਸ ਤੌਰ 'ਤੇ ਮੈਂ ਗੱਲ ਕਰ ਰਿਹਾ, ਇਸ ਵੇਲੇ ਸਾਡੇ ਮਾਣਯੋਗ ਕੈਂਤ ਸਾਹਿਬ ਸਾਡੇ ਵਕੀਲ, ਬੜੇ ਸਤਿਕਾਰਯੋਗ ਸ਼ਖਸੀਅਤ ਨੇ,
ਉਹਨਾਂ ਨੂੰ ਵੀ ਸੱਦਾ, ਉਹ ਵੀ ਸਟੇਜ 'ਤੇ ਆਉਣ। ਸੋ ਲਫ਼ਜ਼ ਜਿਹੜੇ ਆ, ਦੋ ਦੋ ਸ਼ਬਦ ਜਿਹੜੇ ਆ, ਸਾਰੇ ਕਰਮਵਾਰ ਤੁਹਾਡੇ ਨਾਲ ਸਾਂਝੇ ਕਰਨਗੇ। ਅਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਕਿ ਜਿੰਨੇ ਪਿੱਛੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਗੱਤਕੇ ਦੇ ਜੌਹਰ ਦਿਖਾਉਣੇ ਨੇ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਬੱਚੇ ਅੱਗੇ ਸਟੇਜ 'ਤੇ ਆ ਜਾਣ, ਅਤੇ ਸਾਡਾ ਜਥਾ ਜਿਹੜਾ ਹੈ ਉਹ ਵੀ ਸਟੇਜ 'ਤੇ ਆ ਜਾਏ। ਇਸ ਤੋਂ ਬਾਅਦ ਗਿਆਨੀ ਬਲਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਆਏ ਨੇ, ਬਹੁਤ ਸਤਿਕਾਰਯੋਗ ਕਲਗੀਧਰ ਦਰਬਾਰ ਦੀ ਸਾਰੀ ਟੀਮ। ਅਰਸ਼ਵੀਰ ਸਿੰਘ ਜੀ ਤੁਸੀਂ ਵੀ ਸਟੇਜ 'ਤੇ ਪਲੀਜ਼ ਆਓ, ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ। ਅਤੇ ਮਨਮੋਹਨ ਸਿੰਘ ਜੀ ਸਮਰਾ, ਇਹਨਾਂ ਸਾਡੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਹੈ। ਸੋ ਸਭ ਤੋਂ ਪਹਿਲਾਂ ਬਲਪ੍ਰੀਤ ਸਿੰਘ ਜੀ, ਦੋ ਸ਼ਬਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਅਸਲ 'ਚ ਜੀ ਬਾਹਲੀਆਂ ਗੱਲਾਂ ਨਹੀਂ ਕਰਨੀਆਂ, ਪਰ ਮੈਂ ਕੁਛ ਪ੍ਰਿੰਟ ਕਰਕੇ ਲਿਆਉਂਦਾ ਜਿਹੜਾ ਮੈਂ ਅੱਜ ਥੋੜ੍ਹੇ ਨਾਲ ਥੋੜ੍ਹੀ ਜਿਹੀ ਸ਼ਾਮਿਲ ਕਰਨੀ ਆ ਜੀ। ਸੋ ਦਿਸ ਇਜ਼ ਦੀ ਐਕਚੁਅਲ ਰਿਟਨ ਡਿਸੀਜਨ ਫਰੋਮ ਦ ਬੀ ਸੀ ਕੋਰਟ ਆਫ ਅਪੀਲ ਵਿਚ ਕੇਮ ਆਊਟ ਇਨ 1914 ਵੈਨ ਦੀ ਕਾਮਾਗਾਟਾ ਮਾਰੂ ਕੇਸ ਵਾਜ਼ ਗੋਇੰਗ ਥਰੂ ਦ ਕੋਰਟਸ ਹੀਅਰ ਇਨ ਬ੍ਰਿਟਿਸ਼ ਕੋਲੰਬੀਆ ਐਂਡ Thank you, Dr. Saab. So this is a decision dated July 6, 1914. So almost 110 years to the date. And there's some language from this decision that I wish to share with everybody. So main AG mere kol jehdi case chalya si us samay BC Court of Appeal jehdi sare nal highest court of BC di ohde main kuch shabd jehde us samay de judge ne kahe si angrezi de vich main thode nal shamil karniyan ne. This is an appeal by Munshi Singh, the appellant Munshi Singh, son of Vazir Singh of Gulupur, India, Asia, has been ordered to be deported by the Board of Inquiry at the Port of Vancouver in the province of British Columbia. To fir main thoda gaan chalda, the appellant is specifically held to be entitled to be deported and is ordered to be deported for the following reasons. That his last place of residence was Gulupur, Hoshiarpur, District of Punjab, India, Asia, seeking to enter Canada at the port of Vancouver, BC, SS Kamagata Maru, the edge of course, Guru Nanak Jahaz, from China, Asia, arriving at the port of Vancouver. That he is an immigrant within the meaning of the Immigration Act, te is cheez nu main underscore kar raha, that he belongs to one of the prohibited classes enumerated in Section 3 of the Act, that he is of the Asiatic race and he does not possess $200, he has not come by continuous journey and is an unskilled laborer and specifically is not entitled in the pursuance of the orders of in council to land in Canada and is a person entitled to be deported. Fair Makwish Gahan Chaldanji, this is the decision of Justice McPhillips of the BC Court of Appeal. Were the power not to exist, to exclude, and even after entry, the power to deport British subjects from the British Isles of Canada and all other portions of the empire might be, I'm underscoring, invaded by people of the undesirable classes, as specifically set forth in Section 3 of the Act. Fir main gaha hor chaldan ji. It was asserted by counsel for the appellant, the Sharma Saab ne jarur kaha si ke Mr. Bird was one of the counsel, that the Hindus are of the Caucasian race akin to the English. It judge de bayan ne. It is plain that upon study of the question, the Hindu race, as well as the Asiatic race in general, are in their conception of life
and ideas of society fundamentally different to the Anglo-Saxon and the Celtic races and European races in general. Further, acquaintance with the subject shows that better classes of the Asiatic races are not given to leave their countries. They are non-immigrant classes, greatly attached to their homes, and those who become immigrants without disparagement to them are, and I underscore again, undesirables in Canada, where a very different civilization exists. The laws of this country are unsuited to them, and their ways and ideas may well be a menace to the well-being of society. The Parliament of Canada, the nation's parliament, may be well said to be safeguarding the people of Canada from an influx which it is no chimera to conjure up might annihilate the nation and change its whole potential complexity. Introduce Oriental ways as against European ways, Eastern civilization for Western civilization, and the dire results that would naturally flow therefrom. And lastly, better that peoples of non-assimilative races and by nature properly non-assimilative races should not come to Canada, but rather they should remain of residence in their own country of origin, as they do not share the same past in preservation and development of the empire. So, in response to that, it was hard to come up with words, but again, this is the Court of Appeal speaking about the decisions of the Parliament at the time, and I think the answer was before you today. Honorable Mr. Sukh Dhaliwal, now a member of Parliament, hardly to be said an undesirable or an invader of this country. Honorable Rachna Singh, who is here today, the existing member of, the Minister of Education for the legislature. Hard to say that that is not adopting or assimilating to the ways of Canada. And of course, this is the Court of Appeal, but I'm a practicing lawyer. In our Supreme Court of British Columbia, we have the honor of having Madam Justice Bovinder Kaur Shergill, who's now in the same courts. I mean, that this was the Court of Appeal, she's in the Supreme Court, but the point is the same, that we have six in the courts as well now. Hard to say that we are what has been described by this judge in this decision. So I just wish to share that with everybody because it's important for us, especially the next generation, just like respected Dr. Saabs have come forward and done their research, it's also incumbent and important for us to do our research as well and to contribute to preserving the history of our forefathers that have helped establish this to be a home for us. Thank you so much. Waheguru Ji Ka Khalsa, Waheguru Ji Ki Fateh. ਬਹੁਤ ਬਹੁਤ ਧੰਨਵਾਦ ਇਹ ਨੌਜਵਾਨ ਬਲਪ੍ਰੀਤ ਸਿੰਘ ਖੱਟੜਾ ਕੋਈ ਸ਼ੱਕ ਨਹੀਂ ਰਹਿ ਜਾਂਦਾ ਜਿੰਨੀਆਂ ਗੱਲਾਂ ਕੀਤੀਆਂ ਨੇ ਅਤੇ ਬਹੁਤ ਦਿਲਚਸਪ ਸਨ ਪਰ ਸਮਾਂ ਬਹੁਤ ਜ਼ਿਆਦਾ ਸੀਮਿਤ ਕਰਕੇ ਅਸੀਂ ਸੰਕੋਚਿਆ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਦੇ ਵਿੱਚ ਲਾਈਨਾਂ ਦੇ ਵਿਚਕਾਰ ਪੜ੍ਹਨ ਵਾਲੀ ਗੱਲ ਹੈ ਅਸੀਂ ਸਾਡੇ ਢਾਡੀ ਜਥੇ ਨੇ ਬਹੁਤ ਉਤਸ਼ਾਹ ਦੇ ਨਾਲ ਜਿਹੜੀ ਰਚਨਾ ਤਿਆਰ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਆਖਰੀ ਖਾਸ ਆਈਟਮ ਜਿਹੜੀ ਹੈ ਉਹ ਸਾਡੇ ਨੌਜਵਾਨ ਜਿਹੜੇ ਹੈ ਗੱਤਕੇ ਦੇ ਮਾਹਰ ਉਹਨਾਂ ਨੇ ਹਾਜ਼ਰੀ ਲਵਾਉਣੀ ਹੈ ਸੋ ਬਹੁਤ ਸੰਖੇਪ ਦੇ ਵਿੱਚ ਸਾਰੇ ਜਿਹੜੇ ਸਾਡੇ ਬੁਲਾਰੇ ਨੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਗਗਨ ਸਿੰਘ ਹੋਰਾਂ ਦੀ ਕੱਲ੍ਹ ਅਸੀਂ ਬੈਠੇ ਸੀ ਜਿਹੜੀ ਗੱਲ ਇਹਨਾਂ ਨੇ ਕਹੀ ਇਹ ਆਪਣੇ
ਮੂੰਹੋਂ ਹੀ ਉਹ ਆਪ ਸਾਂਝੀ ਕਰਨਗੇ ਕਿ ਗੁਰੂ ਨਾਨਕ ਜਹਾਜ਼ ਅਤੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੇ ਨਾਂ ਨੂੰ ਜਿਸ ਤਰ੍ਹਾਂ ਯਾਦ ਕਰਦਿਆਂ ਹੋਇਆਂ ਜੋ ਇਹਨਾਂ ਦਾ ਵਲਵਲਾ ਆ, ਸੋ ਮੈਂ ਗੁਜ਼ਾਰਿਸ਼ ਕਰਦਾ ਉਹ ਪਹਿਲਾਂ ਹਾਜ਼ਰੀ ਲਵਾਉਣਗੇ, ਉਸ ਤੋਂ ਬਾਅਦ ਦੋ ਸ਼ਬਦ ਜੈਸੀ ਹੁਣੀ ਹੋਣਗੇ ਅਤੇ ਨਾਲ ਅਵਤਾਰ ਸਿੰਘ ਹੋਰਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਉਹ ਵੀ ਸਟੇਜ 'ਤੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਤਾਂ ਮੈਂ ਬਾਅਦ 'ਚ ਕਰੂੰਗਾ, ਪਰ ਬਲਪ੍ਰੀਤ ਦੀ ਗੱਲ ਨੂੰ ਹੀ ਮੈਂ ਅੱਗੇ ਤੋਰਦਾ। ਮੈਂ ਖੁਸ਼ ਹਾਂ ਅਸੀਂ ਇਕੱਠੇ ਹੀ ਖੜ੍ਹੇ ਹਾਂ, ਕਿਉਂਕਿ ਜੋ 110 ਸਾਲ ਪਹਿਲਾਂ ਜਿਨ੍ਹਾਂ ਦੇ ਨਾਲ ਆਡਾ ਲੱਗਾ ਸੀ ਉਹ ਸੀ ਵੈਨਕੂਵਰ ਦੀ ਪੋਰਟ, ਪੋਰਟ ਆਫ ਵੈਨਕੂਵਰ। ਅਤੇ ਬੜਾ ਇਹ ਪਰਮਾਤਮਾ ਦੀ ਕਿਰਪਾ ਆ ਕਿ ਅਸੀਂ ਦੋਹੀ ਭਾਈ ਅੱਜ ਵੀ, ਮੈਨੂੰ ਲਗਾਤਾਰ 11 ਸਾਲ ਹੋ ਗਿਆ, ਅੱਜ ਵੀ ਵੈਨਕੂਵਰ ਦੀ ਪੋਰਟ ਦੇ ਨਾਲ ਸਾਡਾ ਆਡਾ ਚੱਲਦਾ। ਗੱਲ ਕੀ ਆ, ਬੜੇ ਦੁੱਖ ਨਾਲ ਕਹਿਣ ਲੱਗਿਆ, ਹੁਣ ਅਸੀਂ ਹਰ ਥਾਂ ਮਿਕਸ ਸਬਜ਼ੀ ਵਾਲਾ ਕੰਮ ਕਰ ਦਿੰਦੇ ਹਾਂ। ਸਾਨੂੰ ਟਾਈਮ ਤੁਸੀਂ ਉਦੋਂ ਦਿੰਦੇ ਆ ਜਦੋਂ ਰਾਜਨੀਤਿਕ ਚਲੇ ਜਾਂਦੇ ਆ, ਫਿਰ ਅਸੀਂ ਕਹਿੰਦੇ ਸਾਡੀ ਪ੍ਰਾਪਤੀ ਕੋਈ ਨਹੀਂ ਹੁੰਦੀ। ਤੁਸੀਂ ਇਹ ਦੇਖੋ, ਜੇ ਇਹਨੂੰ ਸਮਝੀਏ ਕਿ ਰੇਸਿਜ਼ਮ ਮੁੱਕ ਗਿਆ, ਅੱਜ ਮਨਿਸਟਰ ਆਫ, ਪੁਰਾਣੇ ਮਨਿਸਟਰ ਆਫ ਰੇਸਿਜ਼ਮ ਦੇ ਇੱਥੇ ਸੀਗੇ, ਅੱਜ ਵੀ ਵੈਨਕੂਵਰ ਦੀ ਬੰਦਰਗਾਹ ਦੇ ਵਿੱਚ 11 ਸਾਲ ਹੋ ਗਏ ਸਾਨੂੰ ਲਗਾਤਾਰ ਰੇਸਿਜ਼ਮ ਝੱਲਦਿਆਂ ਨੂੰ। ਤੁਸੀਂ ਬਾਅਦ ਦੇ ਵਿੱਚ ਸੁੱਖ ਧਾਲੀਵਾਲ ਸਾਹਿਬ ਉਹਨਾਂ ਨੂੰ ਪੁੱਛ ਲਿਓ, ਬਸ਼ੱਕ ਵੈਨਕੂਵਰ ਦੀ ਪੋਰਟ ਦੇ ਵਿੱਚ ਇੱਕ ਗੋਰਾ ਕੰਮ ਕਰਦਾ, ਕਿਉਂਕਿ ਗੋਰਾ ਮੈਂ ਉਹਨੂੰ ਕੋਈ ਟਾਰਗੇਟ ਕਰਕੇ ਨਹੀਂ ਕਿਹਾ, ਸਿਰਫ ਇਸ ਕਰਕੇ ਕਿਹਾ ਵੀ ਉਹ ਬੰਦਾ ਸਾਨੂੰ ਟਾਰਗੇਟ ਕਰਦਾ, ਉਹਦਾ ਨਾਂ ਗ੍ਰੈਗ ਰੋਗੀ ਹੈ। ਸਾਡੇ 18 ਐਮਪੀਆਂ ਦਾ ਜ਼ੋਰ ਲੱਗ ਚੁੱਕਿਆ ਅੱਜ ਤੱਕ ਉਸ ਰੇਸਿਸਟ ਗੋਰੇ ਨੂੰ ਸਿਸਟਮ ਚੋਂ ਨਹੀਂ ਕੱਢ ਸਕੇ। ਕਿਹੜੀਆਂ ਅਸੀਂ ਗੱਲਾਂ ਮਾਰਦੇ ਹਾਂ, ਗੁਰਬਾਣੀ ਦੀ ਇੱਕ ਪੰਕਤੀ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਮਾਫ ਕਰਨਾ, ਆ ਜੰਗਾਲੀਆ ਤਖਤੀਆਂ ਤੇ ਨਾਂ ਲਿਖੇ ਦੇਖਿਓ ਜਰਾ, ਕੀ ਸਾਡੇ ਘਰ ਦੇ ਬਾਹਰ ਜੇ ਸਾਡੇ ਬਜ਼ੁਰਗ ਦਾ ਨਾਂ ਲਿਖਿਆ ਹੋਵੇ ਉਹਦੇ ਤੇ ਕਾਵਾਂ ਚਿੜੀਆਂ ਬਿੱਠਾਂ ਕਰਦੀਆਂ ਹੋਣ ਤੇ ਅਸੀਂ ਦੇਖਦੇ ਰਹੀਏ? ਗੱਲ ਸਿਰਫ ਇਹ ਆ, ਅਸੀਂ ਜਿਹੜੀ ਵੀ ਚੀਜ਼ ਮੰਗਦੇ ਹਾਂ, ਫਿਰ ਮੈਂ ਅਗੇਨ ਦੁਬਾਰਾ ਰਿਪੀਟ ਕਰਦਾ, ਗੁਰੂ ਸਾਹਿਬ ਨੇ ਕਿਸੇ ਪਰਪਸ ਨਾਲ ਇਹ ਸ਼ਬਦ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ। ਤਾਂ ਜੇ ਦੇਖੀਏ ਜਿਹੜੀ ਸਾਡੀ ਯਾਦਗਾਰ ਤਾਂ ਸਾਡੀ ਜਗਾਲੀ ਉਹ ਫਿਰਦੀ ਆ। ਐਂ ਅਸੀਂ ਅਕਸਰ ਗੱਲ ਕਰਦੇ ਸੀਗੇ ਵੀ ਨਾਮ ਦੀ ਗੱਲ ਜਿਹੜੀ ਆ, ਤੁਸੀਂ ਇਹ ਸੋਚ ਕੇ ਦੇਖੋ ਵੀ ਕਿੱਡਾ ਵੱਡਾ ਗਲਿਚ ਆ ਇਹ, ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਜਾ ਰਹੀ ਆ, ਜਿਹੜੀ ਗੱਲ ਦੀ ਮਾਫੀ ਮੰਗੀ ਉਹਦਾ ਨਾਂ ਹੀ ਨਹੀਂ ਪਤਾ ਕੀ ਆ। ਸਿਰਫ ਗੱਲ ਕੀ ਆ, ਕਿਉਂਕਿ ਉਹ ਦਿਲੋਂ ਨਹੀਂ ਸਾਰਾ ਕੁਛ ਹੋ ਰਿਹਾ, ਜੇ ਦਿਲੋਂ ਹੁੰਦਾ ਤੇ ਅੱਜ ਨੂੰ ਇੱਥੇ ਆ ਸਾਰਾ ਕੁਛ ਪੇਂਟਡ ਹੋਣਾ ਸੀਗਾ। ਮੈਂ ਕੋਈ ਇਹਦੇ ਵਿੱਚ ਕੋਈ ਖਲਨ ਨਹੀਂ ਸੀ ਪਾਉਣਾ ਚਾਹੁੰਦਾ ਜਾਂ ਕੋਈ ਹਾਈਲਾਈਟ ਨਹੀਂ ਸੀ ਕਰਨਾ ਚਾਹੁੰਦਾ, ਸਿਰਫ ਗੱਲ ਕੀ ਆ, ਅਸੀਂ ਅਕਸਰ ਇੱਦਾਂ ਹੀ ਕਰਦੇ ਹਾਂ, ਪ੍ਰੋਗਰਾਮ ਹੁੰਦਾ, ਗੁਰੂ ਕਾ ਲੰਗਰ ਟੁੱਟ ਲੱਗਾ ਜੀ, ਪਕੌੜੇ ਚੱਲਦੇ ਆ ਜੀ, ਆਹ ਹੋ ਗਿਆ ਜੀ, ਰਾਜਨੀਤਿਕ ਆ ਗਿਆ ਜੀ, ਫੋਟੋਆਂ ਖਿਚਾ ਲਈਆਂ ਜੀ, ਦਿਸਣ ਦਾ, ਪਰ ਗੱਲ ਕੀ ਆ, ਸਾਡੀ ਪ੍ਰਾਪਤੀ ਕੀ ਹੋਈ? ਨਥਿੰਗ। ਸੋ ਅੱਜ ਤੋਂ ਬਾਅਦ ਮਿਹਨਤ ਆ ਤੁਹਾਡੇ ਅੱਗੇ, ਘਰ ਜਾ ਕੇ ਪਹਿਲਾਂ ਦਾ ਬਰੋਸ਼ਰਸ ਜਿਹੜੇ ਆਪਣੇ ਬੱਚਿਆਂ ਨੂੰ ਦੱਸਿਓ ਤੇ ਇਸ ਢੰਗ ਦੇ ਨਾਲ ਕੰਮ ਕਰੀਏ ਵੀ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਅੱਗੇ ਸੀ ਅੱਗੇ ਲਿਜਾ ਸਕੀਏ।
ਕੁਛ ਤਕਨੀਕੀ ਕਾਰਨਾਂ ਕਰਕੇ ਜਿਹੜੀ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਸੀਗੀ ਅਸੀਂ ਉਹ ਅੱਜ ਨਹੀਂ ਅਨਾਊਂਸ ਕਰ ਸਕਦੇ, ਪਰ ਮੇਰਾ ਵਾਅਦਾ ਆ ਜਿਵੇਂ ਸੰਤ ਤੇਜਾ ਸਿੰਘ ਹੁਣੀ ਗੁਰੂ ਨਾਨਕ ਮਾਈਨਿੰਗ ਸ਼ੁਰੂ ਕੀਤੀ ਸੀਗੀ ਉਹਦੇ ਤੋਂ ਉਸ ਲੈਵਲ ਦਾ ਨਹੀਂ ਅਸੀਂ ਕੁਛ ਕਰ ਸਕਦੇ, ਅਸੀਂ ਤਾਂ ਬਹੁਤ ਨਿਮਾਣੇ ਜਾ ਆ, ਪਰ ਹਾਂ ਨੇੜੇ ਤੇੜੇ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਗਗਨ ਸਿੰਘ, ਬਹੁਤ ਬਲਪ੍ਰੀਤ ਸਿੰਘ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਸਾਡੇ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਹਾਜ਼ਰੀ ਲਵਾਉਣ ਅਤੇ ਉਸ ਤੋਂ ਬਾਅਦ ਗੱਤਕੇ ਦੇ ਜੌਹਰ ਦਿਖਾਏ ਜਾਣ, ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਤੋਂ ਜਿਹੜਾ ਜਥਾ ਆਇਆ ਉਸ ਜਥੇ ਨੇ ਹਾਜ਼ਰੀ ਲਵਾਉਣੀ ਹੈ। ਮੈਂ ਇਹ ਗੱਲ ਜ਼ਰੂਰ ਕਹਿ ਰਿਹਾ, ਉਹ ਇਹ ਹੈ ਕਿ ਅਸੀਂ ਜਿਹੜੀ ਗੱਲਬਾਤ ਹੈ ਇਸ ਨੂੰ ਬਹੁਤ ਉਸਾਰੂ ਢੰਗ ਨਾਲ ਲੈਣਾ। ਪੋਲੀਟੀਕਲ ਡਿਫਰੈਂਸਿਸ ਕਿਸੇ ਦੇ ਵੀ ਕਿਸੇ ਨਾਲ ਹੋ ਸਕਦੇ ਨੇ। ਇਹ ਕੰਮ ਸਵਾਲ ਇਹ ਵੀ ਹੈ ਕਿ ਅਸੀਂ ਵੀ ਵਿੱਚ ਹੀ ਬੈਠੇ ਹਾਂ, ਅਸੀਂ ਕਿਉਂ ਨਹੀਂ ਕੀਤਾ ਇਹ ਕੰਮ, ਹੁਣ ਤੱਕ ਕਿਉਂ ਨਹੀਂ ਕੀਤਾ? ਪੋਲੀਟੀਸ਼ੀਅਨਾਂ ਦਾ ਵੀ ਕਸੂਰ ਹੈ ਅਤੇ ਕਸੂਰ ਸਾਡਾ ਵੀ ਹੈ। ਪੋਲੀਟੀਸ਼ੀਅਨ ਕੀ ਕਰਦੇ ਨੇ, ਅਸੀਂ ਮੰਗ ਕਦੋਂ ਕਰਦੇ ਹਾਂ? ਸਾਡੇ ਕੰਨ ਵੀ ਨਹੀਂ ਖੁੱਲ੍ਹਦੇ। ਅਸੀਂ ਮੰਗ ਕਰਿਆ ਕਰੀਏ ਤਾਂ ਸਭ ਕੁਛ ਹੁੰਦਾ, ਅਸੀਂ ਆਵਾਜ਼ ਉਠਾਈਏ ਅਤੇ ਇੱਕ ਦੂਜੇ ਨਾਲ ਮਿਲ ਕੇ ਜਦੋਂ ਇਹੋ ਜਿਹਾ ਉਪਰਾਲਾ ਹੁੰਦਾ। ਮੈਂ ਇੱਕ ਗੱਲ ਕਹਿ ਦਿਆਂ, ਖਾਸ ਤੌਰ 'ਤੇ 110 ਸਾਲ ਹੋ ਗਏ ਗਗਨ ਸਿੰਘ ਜੀ, ਫੋਟੋਆਂ ਖਿਚਾਉਣ ਵਾਲੇ ਪ੍ਰੋਗਰਾਮ ਹੋਰ ਹੋਣਗੇ, ਇਹ ਉਹ ਨਹੀਂ ਹੈ। ਇਹ ਪ੍ਰੋਗਰਾਮ ਉਹ ਹੈ ਜਿਹਦੇ 'ਚ ਪਹਿਲੀ ਵਾਰ ਗੱਲ ਹੋਈ ਹੈ ਕਿ ਗੁਰੂ ਨਾਨਕ ਜਹਾਜ਼ ਹੈ। ਸੋ ਜਿਹੜੇ ਉਹੋ ਜਿਹੇ ਲੋਕ ਨੇ ਉਹਨਾਂ ਦੀ ਆਪਣੀ ਸੋਚ ਹੋਏਗੀ। ਸੋ ਇਸ ਗੱਲ ਨੂੰ ਅਸੀਂ ਤਾਂ ਕਰਕੇ ਕਰ ਰਹੇ ਹਾਂ, ਇਹ ਨੌਜਵਾਨ ਜਿਹੜੇ ਸਾਡੇ ਨਾਲ ਵਲੰਟੀਅਰ ਲੱਗੇ ਹੋਏ ਨੇ, ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ, ਸਾਰੀਆਂ ਸੁਸਾਇਟੀਆਂ ਨੇ ਕੀਤਾ, ਉਹਨਾਂ ਸਾਰਿਆਂ ਨੂੰ ਜੇਕਰ ਗਲਤੀ ਹੋ ਗਈ ਕੀ ਕਰ ਸੁਧਾਰਨੀ ਨਹੀਂ? ਅੱਜ ਜੇਕਰ 20 ਸੁਸਾਇਟੀਆਂ ਨੇ, ਅਸੀਂ ਫੰਡਾਮੈਂਟਲ ਮਾਡਰਨਿਸਟ ਬਣੇ ਫਿਰਦੇ ਹਾਂ, ਕਿਉਂ ਬਈ? ਕਿਉਂ ਆਪਸ ਵਿੱਚ ਵੰਡੀਆਂ ਪਾਈਆਂ? ਤਕਲੀਫ ਸਾਰਿਆਂ ਦੀ, ਬਾਬਾ ਨਾਨਕ ਸਾਰਿਆਂ ਦਾ, ਜੇ ਮੁਸਲਮਾਨ ਬੈਠੇ ਨੇ, ਸਿੱਖ ਬੈਠੇ ਨੇ, ਹਿੰਦੂ ਨੇ, ਸਾਰਿਆਂ ਦੇ ਨੇ, ਅਸੀਂ ਸਾਰਿਆਂ ਨੇ ਮਿਲ ਕੇ ਚੱਲਣਾ। ਸੋ ਅਸੀਂ ਇੱਕ ਦੂਜੇ ਨਾਲ ਦੂਰੀਆਂ ਖਤਮ ਕਰੀਏ, ਅਸੀਂ ਇੱਕ ਗੱਲ ਸੋਚੀਏ, ਜੇਕਰ ਕੋਈ ਚੰਗਾ ਕੰਮ ਹੁੰਦਾ ਤਾਂ ਉਸ ਚੰਗੇ ਕੰਮ ਦੇ ਪ੍ਰਤੀ ਕਮਿਟਮੈਂਟ ਸਾਨੂੰ ਬਹੁਤ ਜ਼ਰੂਰੀ ਚਾਹੀਦੀ ਹੈ। ਸੋ ਇਹ ਬੇਨਤੀ ਇਸ ਕਰਕੇ ਹੈ ਕਿਉਂਕਿ ਅਸੀਂ ਪੋਜ਼ਿਟਿਵਿਟੀ ਰੱਖਣੀ ਹੈ, ਇਹ ਆਸ ਇੱਥੇ ਨਹੀਂ ਖਤਮ ਹੁੰਦੀ। ਗੁਰਦੇਵ ਸਿੰਘ ਜੀ 81 ਸਾਲ ਦੇ ਬਜ਼ੁਰਗ ਨੇ, ਜੇ ਹੁਣ ਲੱਗੇ ਹੋਏ ਨੇ ਤਾਂ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾਣਾ। ਸੋ ਇਹ ਜਥਾ ਜਿਹੜਾ ਹੈ ਇਹ ਹਾਜ਼ਰੀ ਲਵਾਏਗਾ, ਮੇਰੀ ਬੇਨਤੀ ਹੈ। ਉਸ ਤੋਂ ਬਾਅਦ ਸਾਡੇ ਕੋਲ ਬਹੁਤ ਸਤਿਕਾਰ ਦੋ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਦੋ ਦੋ ਸ਼ਬਦ ਸਾਂਝੇ ਕਰਨੇ ਨੇ, ਸਾਰੇ ਇੱਕ ਤੋਂ ਇੱਕ ਵੱਧ ਕੇ ਸਤਿਕਾਰਯੋਗ ਨੇ। ਮੈਂ ਫਿਰ ਇਹ ਕਹਿ ਦਿਆਂ ਕਿ ਇਹ ਪ੍ਰੋਗਰਾਮ ਰਸਮੀ ਤੌਰ 'ਤੇ ਨਹੀਂ ਹੈ ਕਿ 110 ਸਾਲਾਂ ਮਨਾ ਲਿਆ, ਇਸ ਪ੍ਰੋਗਰਾਮ ਦਾ ਬਹੁਤ ਵੱਡਾ ਉਪਰਾਲਾ, ਜੇ ਅਸੀਂ ਨਾ ਸਮਝ ਸਕੇ ਤਾਂ ਫਿਰ ਸ਼ਾਇਦ ਕੋਈ ਨਾ ਸਮਝ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ, ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ, ਪਾਉਂਦੇ ਫਟਕਾਰਾਂ ਲੋਕੀ ਉਹਨਾਂ ਦੀ ਔਲਾਦ ਨੂੰ। ਤੁਸੀਂ ਆਪਣੇ ਵੱਡਿਆਂ ਵਡੇਰਿਆਂ ਦੀਆਂ ਜਿਹੜੀਆਂ ਘਾਲ ਕਮਾਈਆਂ ਕੀਤੀਆਂ ਸੀ, ਜੋ ਉਹਨਾਂ ਦੇ ਸਿਰ ਉੱਤੇ ਬਿਪਤਾ ਪਈ ਸੀ। ਇੱਕ ਵਿਦਵਾਨ ਕਹਿੰਦਾ, ਸਭੀ ਰਿਸ਼ਤੇਦਾਰ ਬਣਤੇ ਹੈ, ਆਪਾਂ ਅੱਜ ਉਹਨਾਂ ਦੀ ਯਾਦਗਾਰ ਦੇ ਵਿੱਚ ਬੈਠੇ ਹਾਂ ਕਿਉਂਕਿ ਉਹਨਾਂ ਨੇ ਸਫ਼ਰ ਬਹੁਤ ਵੱਡਾ ਤੈਅ ਕੀਤਾ। ਇੱਕ ਵਿਦਵਾਨ ਕਹਿੰਦਾ, ਭਲੇ ਪੁਰਖਾਂ ਨੂੰ ਕਰਦੀ ਹੈ ਯਾਦ ਦੁਨੀਆਂ, ਬੁਰੇ ਬੰਦੇ ਦਾ ਰਹਿੰਦਾ ਨਹੀਂ ਨਾਮ ਜੱਗ ਤੇ, ਕਈ ਨੇਕੀਆਂ ਖੱਟ ਦੇ ਲੱਦ ਜਾਂਦੇ, ਕਈ ਸਦਾ ਹੀ ਰਹੇ ਬਦਨਾਮ ਜੱਗ ਤੇ। ਕਈ ਥੋੜ ਦਾ ਬੀਜ ਦੇ ਬੀਜ ਇੱਥੇ ਭਾਲਦੇ, ਗਰੀਬ ਦਾਮ ਜੱਗ ਤੇ, ਕੀ ਉਹਦਾ ਜੀਉਣਾ ਤੂਫਾਨ ਬੀਲੇ, ਜਿਹਦੀ ਹੋ ਗਈ ਅਣਕ ਨਿਲਾਮ ਜੱਗ ਤੇ। ਗੁਲਾਮਾਂ ਦੇ ਹੁੰਦੇ ਨਹੀਂ ਮੱਕੇ ਤੇ, ਗੁਲਾਮਾਂ ਨੂੰ ਪੈਂਦੇ ਨੇ ਦਰ ਦਰ ਤੋਂ ਧੱਕੇ, ਕਿਉਂਕਿ ਸਾਡੇ ਉਹ ਮਹਾਨ ਸੂਰਮੇ, ਮਹਾਨ ਯੋਧੇ, ਸਾਡੇ ਵੱਡੇ ਵਡੇਰੇ ਜਿਹੜੇ ਇਸ ਧਰਤੀ ਤੋਂ ਵਾਪਸ ਮੁੜੇ ਸਨ,
ਉਹਨਾਂ ਦੀ 110 ਸਾਲਾਂ ਆਪਾਂ ਉਹ ਸਫ਼ਰ ਨੂੰ ਚੜ੍ਹਦੀ ਕਲਾ ਦੇ ਵਿੱਚ ਮਨਾਉਣ ਦਾ ਯਤਨ ਕੀਤਾ ਜੀ। ਆਓ ਸਭ ਤੋਂ ਪਹਿਲਾਂ ਢਾਡੀ ਜੱਥੇ ਦੀ ਹਾਜ਼ਰੀ ਪ੍ਰਵਾਨ ਕਰੋ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਔਖੀ ਬਣੀ ਤੋਂ ਔਖੀਆਂ ਘਾਟੀਆਂ ਦਾ ਬਣ ਕੇ ਚਾਨਣਾ ਪੰਨ ਦਿਖਾਉਣ ਵਾਲਾ ਮੇਰੇ ਤੋਂ ਪਹਿਲਾਂ ਮਹਾਨ ਵਿਦਵਾਨਾਂ ਨੇ, ਸਾਹਿਤਕਾਰਾਂ ਨੇ, ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ, ਮੈਨੇਜਮੈਂਟ ਨੇ ਆਪੋ ਆਪਣੇ ਵਿਚਾਰ ਰੱਖੇ ਨੇ, ਸਾਰੇ ਬੜੇ ਸਿਆਣੇ ਸੁਲਝੇ ਨੇ ਮੇਰੇ ਤੋਂ ਜ਼ਿਆਦਾ। ਪਰ ਯਾਦ ਰੱਖਿਓ, ਕੌਮਾਂ ਉਹਨਾਂ ਦੀਆਂ ਯੋਧੀਆਂ ਨੇ ਜਿਹੜੇ ਆਪਣੇ ਵੱਡਿਆਂ ਵਡੇਰਿਆਂ ਨੂੰ ਯਾਦ ਰੱਖਦੀਆਂ ਨੇ। ਫੀਤਾ ਫੀਤਾ ਹੋ ਜਾਂਦੀ ਹੈ ਕਬੀਲਦਾਰੀ, ਆਹ ਜਦੋਂ ਗੰਢ ਇਤਫਾਕ ਦੀ ਖੁੱਲ੍ਹ ਜਾਵੇ, ਲੱਖ ਯਤਨ ਕਰ ਲਓ ਫਿਰਨਾ ਪਵੇ ਭਾਂਡੇ, ਜਿਹੜਾ ਦੁੱਧ ਸਮੁੰਦਰ ਵਿੱਚ ਡੁੱਲ ਜਾਵੇ, ਨਾਲ ਮੰਤਰਾਂ ਨਹੀਂ ਚਿਰਾਗ ਜਗਦੇ, ਤੇਲ ਮੁੱਕੇ ਤਾਂ ਬੱਤੀ ਉਹ ਗੁੱਲ ਜਾਵੇ, ਪਾਰਸ ਮਿੱਟ ਜਾਂਦੀ ਗਲਤ ਅੱਖਰਾਂ ਵਾਂਗ, ਤੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਸੱਚਮੁੱਚ ਭੁੱਲੇ ਬੈਠੇ ਸੀ ਅਸੀਂ ਹੋਰ ਹੀ ਨਾਮ ਯਾਦ ਰੱਖਦੇ ਸੀ ਗੁਰੂ ਨਾਨਕ ਜਹਾਜ਼ ਨੂੰ, ਕੌਮ ਭੁੱਲ ਬੈਠੀ ਸੀ। ਸਤਿਗੁਰੂ ਕਿਰਪਾ ਕਰਨ, ਕਿਉਂਕਿ ਵੱਡਿਆਂ ਵਡੇਰੇ ਨੇ ਜਿਹੜੇ ਪਾਰ ਪੂਰਨੇ ਪਾਏ ਨੇ। ਯਾਦ ਰੱਖਿਓ, 2 ਮਹੀਨਿਆਂ ਦਾ ਜਿਹੜਾ ਸਫ਼ਰ ਆਪਾਂ ਸਾਰੇ ਕਹੀ ਜਾਂਦੇ ਹਾਂ, ਪਰ ਯਾਦ ਰੱਖਿਓ ਅਸੀਂ ਪੁੱਤ ਕਿਹਦੇ ਹਾਂ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੰਘਾਂ ਨੇ 8-8 ਮਹੀਨੇ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਕੈਦੀ ਹੋਏ ਸਨ, 8-8 ਮਹੀਨੇ ਉਹਨਾਂ ਨੇ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਸੀ। ਅਸੀਂ ਤਲਵਾਰ 'ਚੋਂ ਪੈਦਾ ਹੋਏ ਹਾਂ ਪਿਆਰਿਓ, ਕੋਈ ਗੱਲ ਨਹੀਂ ਹੈ। ਸਿੱਖ ਕੌਮ ਹਮੇਸ਼ਾ ਰੰਬੀਆਂ ਤੇ ਤਲਵਾਰਾਂ ਤੇ ਨੇਜਿਆਂ ਉੱਤੇ ਚੜ੍ਹਦੀ ਕਲਾ ਦੇ ਵਿੱਚ ਖੇਡਦੀ ਹੈ। ਇਹ ਕਦੇ ਗੁੱਡੀਆਂ ਪਟੋਲਿਆਂ ਦੇ ਨਾਲ, ਕਦੇ ਕੌਮਾਂ ਚੜ੍ਹਦੀ ਕਲਾ ਦੇ ਵਿੱਚ ਨਹੀਂ ਰਹਿੰਦੀਆਂ। ਕੌਮਾਂ ਜਦੋਂ ਦੇਗਾਂ ਦੇ ਵਿੱਚ ਕੱਢਦੀਆਂ ਨੇ, ਕੌਮਾਂ ਜਦੋਂ ਤਲਵਾਰਾਂ ਦੇ ਥੱਲੇ ਨੱਚਦੀਆਂ ਨੇ, ਉਦੋਂ ਕੌਮਾਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਨੇ। ਆਓ ਪਿਆਰਿਓ, ਆ ਸ਼ਰਮਣ ਕਰਿਓ, ਜਦੋਂ ਨਾਨਕ ਜਹਾਜ਼ ਸਮੇਂ ਦੀ ਸਰਕਾਰ ਬੇਈਮਾਨ ਹੋ ਗਈ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ, ਉਹ ਸਮੇਂ ਬਾਬੇ ਗੁਰਦਿੱਤ ਸਿੰਘ ਵਰਗਿਆਂ ਨੇ, ਮਹਾਨ ਉਹ ਸਮੇਂ ਦੇ ਵਿਦਵਾਨਾਂ ਨੇ ਜਾ ਕੇ ਗੱਲ ਆਖੀ ਸੀ, ਜੇ ਤੁਸੀਂ ਨਾ ਮੁੜੇ, ਜੇ ਤੁਹਾਡੇ ਸਰੀਰ ਤੇ ਇੱਕ ਵੀ ਝਰੀਟ ਲੱਗ ਗਈ ਨਾ, ਤੇ ਅਸੀਂ ਵੈਨਕੂਵਰ ਨੂੰ ਅੱਗ ਲਗਾ ਕੇ ਸਾੜ ਦਾਂਗੇ, ਨਾਲ ਆਪ ਵੀ ਮਰ ਜਾਵਾਂਗੇ। ਉਹ ਸਮੇਂ ਦੇ ਲੋਕਾਂ ਨੇ ਗੱਲ ਨੂੰ ਚੰਗਾ ਸਮਝਿਆ, ਮੁੜਨਾ ਚੰਗਾ ਸਮਝਿਆ, ਜਿਵੇਂ ਲੋਕ ਲੈ ਕੇ ਮਨ ਵਿੱਚ ਸੁਪਨੇ ਆਏ ਸਨ, ਕਿਉਂਕਿ ਉਹ ਸਮੇਂ ਕਿਸੇ ਨੇ ਆਪਣਾ ਘਰ ਰੱਖਿਆ, ਕਿਸੇ ਨੇ ਜਾਇਦਾਦ ਵੇਚੀ, ਸਭ ਕੁਝ ਵੇਚ ਕੇ ਆਏ ਸਨ, ਪਰ ਸਮੇਂ ਦੀ ਸਰਕਾਰ ਨੇ ਇੱਥੇ ਉਹਨਾਂ ਦਾ ਸਵਾਗਤ ਨਾ ਕੀਤਾ, ਸਗੋਂ ਧੁਰਕਾਰਿਆ। ਇਹ ਸਾਰੇ ਜਾਣੇ ਗੁਰੂ ਨਾਨਕ ਜਹਾਜ਼ 'ਚ ਬਹਿ ਕੇ ਜਦੋਂ ਵਾਪਸ ਹੋਣ ਲੱਗੇ ਨੇ, ਜੋ ਜੋ ਗੁਰੂ ਨਾਨਕ ਜਹਾਜ਼ 'ਚ ਜਾਂਦੇ ਆ, ਜੋ ਜੋ ਉਹਨਾਂ ਦੇ ਨਾਲ ਘਟਨਾਵਾਂ ਹੁੰਦੀਆਂ ਨੇ, ਮਹਿਰਮ ਦਾ ਢੱਡ ਜੱਥਾ ਤੇ ਮਹਿਰਮ ਦੀ ਕਲਮ ਆਪ ਦੀ ਖਿਦਮਤ ਵਿੱਚ।
ਬਹੁਤ ਧੰਨਵਾਦ ਜੀ, ਡਾਕਟਰ ਸਾਹਿਬ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ, ਜਿਹੜੇ ਵੀ ਆਪਣੀਆਂ ਵੱਡਿਆਂ ਵਡੇਰਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਆਏ ਹੋ, ਕਿਉਂਕਿ ਇਹ ਵੱਡਿਆਂ ਵਡੇਰਿਆਂ ਦੀਆਂ ਦਾਤਾਂ ਨੇ ਜੋ ਅੱਜ ਅਸੀਂ ਆਨੰਦ ਮਾਣ ਰਹੇ ਹਾਂ। ਸਤਿਗੁਰੂ ਤੁਹਾਡੀ ਸਾਰਿਆਂ ਦੀ ਚੜ੍ਹਦੀ ਕਲਾ ਤੁਹਾਨੂੰ ਰੱਖੇ, ਇੱਥੇ ਵੱਸਦੇ ਰਹੋ, ਹੱਸਦੇ ਰਹੋ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਅਤੇ ਰੋਸ਼ਨ ਕਰਦੇ ਰਹੋ। ਤੁਹਾਡੇ ਦਰਸ਼ਨ ਦਾਰੇ ਫਿਰ ਆਪਾਂ ਕਰਦੇ ਰਹੀਏ, ਸਤਿਗੁਰੂ ਕਿਰਪਾ ਕਰਨ। ਆਉਣ ਵਾਲਾ ਜੋ ਸਮਾਂ ਉਲੀਕਿਆ ਗਿਆ ਡਾਕਟਰ ਸਾਹਿਬ ਜੀ, ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਆਪ ਜੀ ਦਰਸ਼ਨ ਦਾਰੇ ਕਰਵਾਏ ਨੇ। ਵੱਖ ਵੱਖ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਦਰਸ਼ਨ ਦਾਰੇ ਹੋਏ ਨੇ। ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਸਾਡੇ ਇਸ ਜਥੇ ਦਾ, ਗੱਤਕੇ ਦੇ ਜੌਹਰ ਦਿਖਾਉਣੇ ਆ ਹੁਣ ਸਾਡੇ ਬੱਚਿਆਂ ਨੇ। ਅਤੇ ਇੱਕ ਬੇਨਤੀ ਹੈ, ਗੁਰਦੁਆਰਾ ਸਾਹਿਬ ਗੁਰੂ ਨਾਨਕ ਗੁਰਦੁਆਰਾ ਸਾਹਿਬ ਪ੍ਰਬੰਧਕ ਸੇਵਾਦਾਰ ਕਹਿੰਦੇ ਵੀ ਗੱਲ ਇਹ ਹੈ ਕਿ ਤੂਰ ਸਾਹਿਬ ਨੇ ਥੋੜ੍ਹਾ ਦਬਕਾ ਵੀ ਮਾਰ ਦਿੰਦੇ ਨੇ ਕਦੇ ਕਦੇ, ਕਹਿੰਦੇ ਵੀ ਹੁਣ ਜੇ ਕੋਈ ਬੱਚਿਆਂ ਦੇ ਗੱਤਕੇ ਦੀ ਸਮਾਪਤੀ ਤੋਂ ਪਹਿਲਾਂ ਜੇ ਕੋਈ ਚਲਿਆ ਗਿਆ ਨਾ ਵਾਪਸ, ਤਾਂ ਫਿਰ ਸਾਨੂੰ ਜਾਣਦੇ ਹੀ ਹੋ ਤੁਸੀਂ। ਅਸੀਂ ਕਿ ਨਹੀਂ ਜੀ ਬਸ ਠੀਕ ਹੈ, ਅਤੇ ਠੀਕ ਹੈ ਜੀ ਬਿਲਕੁਲ, ਕੋਈ ਵਾਪਸ ਉਹਨਾਂ ਚਿਰ ਨਹੀਂ ਜਾਏਗਾ ਜਿੰਨਾ ਚਿਰ ਇਹਨਾਂ ਬੱਚਿਆਂ ਨੇ ਤਕਰੀਬਨ 2.5 ਘੰਟੇ ਹੋ ਗਏ ਉਹ ਕੈਨੇਡਾ ਤੋਂ ਬਾਅਦ ਤਿਆਰ ਬੈਠੇ ਨੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ, ਹਾਲਾਂਕਿ ਸਾਡੇ ਕੋਲ ਬਹੁਤ ਧੰਨਵਾਦ ਦੇ ਸ਼ਬਦ ਕਹਿਣ ਲਈ ਸਾਡੇ ਬਹੁਤ ਸਤਿਕਾਰਯੋਗ ਮਾਨ ਸਾਹਿਬ ਸਾਡੇ ਨਾਲ ਨੇ ਪ੍ਰੋਗਰਾਮ ਦਾ ਕੰਕਲੂਜਨ ਕਰਨ ਦੇ ਵਾਸਤੇ। ਇਸ ਤੋਂ ਪਹਿਲਾਂ ਕਿ ਗੱਤਕੇ ਦੇ ਜੌਹਰ ਬੱਚੇ ਦਿਖਾਉਣ, ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਲੈਫਟ ਸਾਈਡ 'ਤੇ ਖੱਬੇ ਪਾਸੇ ਆਪਾਂ ਜਾਣਾ ਸਾਰਿਆਂ ਨੇ, ਅਤੇ ਉੱਥੇ ਜਾ ਕੇ ਹਾਜ਼ਰੀ ਲਵਾਉਣੀ ਹੈ। ਅਤੇ ਮੱਲੀ ਸਾਹਿਬ ਵੱਲੋਂ ਇੱਕ ਸੂਚਨਾ ਹੈ, ਉਹ ਸੂਚਨਾ ਮੈਂ ਆਪ ਹੀ ਦੇ ਦਿੰਦਾ। ਉਹ ਇਹ ਸੂਚਨਾ ਕਿ 3 ਅਗਸਤ ਨੂੰ ਜਿਹੜਾ ਸਰੀ ਦਾ ਤਾਜ ਕਨਵੈਨਸ਼ਨ ਸੈਂਟਰ ਹੈ ਉੱਥੇ ਪੰਜਾਬੀ ਦੀ ਬਹੁਤ ਵੱਡੀ ਬਹੁਤ ਵਧੀਆ ਅੰਤਰਰਾਸ਼ਟਰੀ ਸੈਮੀਨਾਰ ਹੋ ਰਿਹਾ, ਉਸ ਦੇ ਵਿੱਚ ਵਿਦਵਾਨ ਸਾਰੇ ਸ਼ਾਮਿਲ ਹੋ ਰਹੇ ਨੇ। ਸੋ ਮੈਂ ਇਸ ਗੱਲ ਲਈ ਖਿਮਾ ਮੰਗਦਾ ਸਮੇਂ ਦੀ ਘਾਟ ਕਰਕੇ, ਪਰ ਜ਼ਰੂਰ ਇਹ ਮੌਕੇ 'ਤੇ ਅਸੀਂ ਸਾਰਿਆਂ ਨੇ ਸ਼ਾਮਿਲ ਹੋਣਾ। ਅਤੇ ਗੱਤਕੇ ਦੇ ਜੌਹਰ ਦੇਖਣ ਤੋਂ ਪਹਿਲਾਂ ਇਹ ਧੰਨਵਾਦ ਦੇ ਸ਼ਬਦ ਨੇ, ਅਤੇ ਸਾਰੇ ਜਿੰਨੇ ਵੀ ਤੁਸੀਂ ਆਏ ਹੋ ਕੋਟਾਨਕੋਟ ਧੰਨਵਾਦ ਹੈ। ਗੱਤਕੇ ਦੀ ਹਾਜ਼ਰੀ ਅਸੀਂ ਲਵਾਉਣੀ ਹੈ, ਅਤੇ ਇਹ ਧੰਨਵਾਦ ਦੇ ਸ਼ਬਦ ਤੁਹਾਡੇ ਨਾਲ ਡਾਕਟਰ ਮਾਨ ਵੀ ਸਾਂਝੇ ਕਰਨਗੇ, ਅਤੇ ਇੱਕ ਮਿੰਟ ਮੱਲੀ ਸਾਹਿਬ, ਅਤੇ ਉਸ ਤੋਂ ਬਾਅਦ ਧੰਨਵਾਦ ਦੇ ਸ਼ਬਦ, ਅਤੇ ਗੱਤਕੇ 'ਤੇ ਆਪਾਂ ਸਾਰਿਆਂ ਨੇ ਜੁੜਨਾ। ਹੋਈਆਂ ਗੁਸਤਾਖੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਆਡੀਅੰਸ ਤਾਂ ਕਾਫੀ ਚੱਲ ਗਿਆ, ਪਰ ਮੈਂ 1-2 ਗੱਲਾਂ ਬਹੁਤ ਜ਼ਰੂਰੀ ਕਰਨੀਆਂ ਸੀਗੀਆਂ ਕਿ ਕੌਮਾਂ ਕਹਿ ਵੀ ਦਿੱਤਾ ਵੀ ਕੌਮਾਂ ਉਹੀ ਜੀਂਦੀਆਂ ਜਿਹੜੀ ਆਪਣੇ ਇਤਿਹਾਸ ਨੂੰ ਮਤਲਬ ਭੁੱਲਦੀਆਂ ਨਹੀਂ। ਇਹ ਜਿਹੜੀ ਅਸੀਂ ਮਤਲਬ ਕਈ ਵਾਰ ਅਸੀਂ ਸੈਟਿਸਫਾਈ ਹੋ ਜਾਂਦੇ ਵੀ ਸਾਨੂੰ ਬਹੁਤ ਕੁਛ ਮਿਲ ਗਿਆ, ਆਹ ਕੁਛ ਮਿਲ ਗਿਆ, ਹਾਲੇ ਸਾਨੂੰ ਕੁਛ ਵੀ ਨਹੀਂ ਮਿਲਿਆ। ਜਿਹੜੀ ਮਨੁੱਖ ਦੀ ਪਹਿਚਾਣ ਹੈਗੀ ਆ ਅੱਜ ਵੀ ਉਸੇ ਤਰ੍ਹਾਂ ਲੋਕ ਜਦੋਂ ਜਦ ਕਰ ਰਹੇ ਹੈਗੇ ਆ। ਤੋ ਮੈਂ ਗੁਰਵਿੰਦਰ ਸਿੰਘ ਜੀ ਦਾ ਔਰ ਡਾਕਟਰ ਸਿੱਧੂ ਸਾਹਿਬ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਕੁਛ ਕਲੈਰੀਫਾਈ ਕੀਤਾ ਕਿ ਅਸਲ ਵਿੱਚ ਇਤਿਹਾਸ ਇਹ ਹੈਗਾ। ਸੋ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹੈਗਾ। ਤਾਂ ਆਪਾਂ ਉਹਨਾਂ ਲੋਕਾਂ ਦੇ ਧੀਆਂ ਪੁੱਤ ਆ ਜਿਹੜੇ ਲੋਕ ਕਾਲੇ ਪਾਣੀ ਨੂੰ ਵੀ ਨਾਰੇ ਮਾਰਦੇ ਗਏ ਹੈਗੇ। ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਆਪਣੇ ਹੱਕਾਂ ਲਈ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਕੰਮ ਕਰਨਾ ਚਾਹੀਦਾ। ਸੋ ਇਹਨਾਂ ਸ਼ਬਦਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਆਹ ਸਪੀਕਰ ਮਾਈਕ ਉੱਧਰ ਲੈ ਕੇ ਜਾਣੇ ਨੇ ਡਾਕਟਰ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। 2 ਸ਼ਬਦ ਕਲੋਜ਼ਿੰਗ 'ਤੇ, ਅਤੇ ਉਸ ਤੋਂ ਬਾਅਦ ਆਪਾਂ ਸਾਰੇ ਮਾਈਕ ਉੱਧਰ ਲੈ ਕੇ ਜਾਂਦੇ ਹਾਂ ਜੀ, ਸਾਰੇ ਗੱਤਕੇ ਦੇ ਜੌਹਰ ਦੇਖਦੇ ਹਾਂ ਜੀ।
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਐਤਵਾਰ ਨੂੰ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਆਏ ਹੋ। ਮੈਂ ਸਿਰਫ ਔਰ ਸਿਰਫ ਤੁਹਾਨੂੰ ਇੱਕ ਗੱਲ ਕਰੂੰਗਾ, ਧੰਨਵਾਦ। ਅਤੇ ਦੂਸਰੀ ਗੱਲ, ਅੱਜ ਦਾ ਪ੍ਰੋਗਰਾਮ ਇੱਕ ਫੋਟੋ ਆਪ ਓਪਰਚੁਨਿਟੀ ਨਹੀਂ ਸੀ, ਇਹ ਬੜਾ ਸੀਰੀਅਸ ਮੈਟਰ ਹੈ। ਸੋ ਉਮੀਦ ਕਰਦਾ ਕਿ ਤੁਸੀਂ ਘਰ ਜਾ ਕੇ ਇਹਨੂੰ ਓਨੀ ਹੀ ਸੀਰੀਅਸਨੈਸ ਨਾਲ ਸੋਚੋਗੇ, ਆਪਣੇ ਬੱਚਿਆਂ ਨਾਲ ਗੱਲ ਕਰੋਗੇ, ਆਪਣੀ ਨਿੱਜੀ ਜ਼ਿੰਦਗੀ 'ਚ ਇਹਨੂੰ ਲਿਆਉਣ ਦੀ ਕੋਸ਼ਿਸ਼ ਕਰੋਗੇ, ਔਰ ਜਿੱਥੇ ਗੱਲ ਹੋਏਗੀ ਉੱਥੇ ਡਰ ਨਾ, ਸੰਕੋਚ ਨਾ ਨਹੀਂ, ਖੁੱਲ੍ਹ ਕੇ ਗੱਲ ਕਰੋਗੇ ਇਹਦੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।